ਸਤਿ ਸ਼੍ਰੀ ਅਕਾਲ, ਲਵ ਯੂ ਆਲ, ਗੁੱਡ ਮਾਰਨਿੰਗ। ਕੀ ਸਤਿ ਸ਼੍ਰੀ ਅਕਾਲ ਸਰ। ਹਾਲ ਹੈ ਸਭ ਦੇ? ਬਹੁਤ ਵਧੀਆ, ਤੁਸੀਂ ਦੱਸੋ। ਕੈਮਰਾ ਔਨ ਜੀ, ਕੈਮਰਾ ਔਨ। ਜਲਦੀ ਨਾਲ ਜਲਦੀ ਨਾਲ ਜਲਦੀ ਨਾਲ ਸ਼ੁਰੂ ਕਰੀਏ ਆਪਾਂ। ਕੈਮਰਾ ਔਨ ਔਰ ਬੀ ਅਲਰਟ, ਪੂਰੇ ਅਲਰਟ ਹੋ ਕੇ ਬੈਠ ਜਾਓ ਗਿਰਾਂ, ਕਿਉਂਕਿ ਮੌਸਮ ਸ਼ੁਰੂ ਹੋ ਚੁੱਕਿਆ ਮੇਨ ਦਾ, ਹੁਣ ਨਵਾਂ ਸੀਜ਼ਨ ਆ ਗਿਆ। ਹਾਂਜੀ, ਕੈਮਰਾ ਔਨ ਔਰ ਨੋਟਬੁੱਕ ਪੈਨ ਪੂਰੇ ਤਿਆਰ। ਨੋਟਬੁੱਕ ਪੈਨ ਰੈਡੀ? ਹਾਂਜੀ ਰੈਡੀ, ਪਲੀਜ਼ ਥੰਬਸ ਅਪ, ਥੰਬਸ ਅਪ, ਥੰਬਸ ਅਪ। ਪੂਰੀ ਐਨਰਜੀ ਨਾਲ, ਪੂਰੀ ਐਨਰਜੀ, ਐਨਰਜੀ ਚਾਹੀਦੀ ਹੈ ਪੂਰੀ ਅੱਜ ਆਪਾਂ ਨੂੰ, ਪੂਰੀ ਐਨਰਜੈਟਿਕ ਹੋ ਕੇ ਬੈਠਣਾ ਆਪਾਂ। ਚੀਜ਼ਾਂ ਬੜੀਆਂ ਫਾਸਟ ਚੱਲਣੀਆਂ ਅੱਜ ਔਰ ਨਵੀਆਂ ਨਵੀਆਂ ਚੀਜ਼ਾਂ ਆਉਣੀਆਂ। ਹਾਂਜੀ ਰੈਡੀ, ਪਲੀਜ਼ ਥੰਬਸ ਅਪ, ਥੰਬਸ ਅਪ, ਪਲੀਜ਼ ਥੰਬਸ ਅਪ ਕਿ ਯੈਸ। ਹਾਂਜੀ ਗ੍ਰੇਟ, ਗੁੱਡ ਗੁੱਡ ਗੁੱਡ। ਅਕਸ਼ੇ, ਪਰਮਿੰਦਰ, ਸ਼ਵਿੰਦਰ, ਬਲਵਿੰਦਰ, ਕਿਆ ਬਾਤ ਹੈ! ਪਰਮਿੰਦਰ, ਸ਼ਵਿੰਦਰ, ਬਲਵਿੰਦਰ ਨਾਲ ਸਤਿੰਦਰ, ਕਿਆ ਬਾਤ ਹੈ! ਕੈਮਰਾ ਔਨ ਕਰ ਲਓ ਜੀ, ਕੈਮਰਾ ਔਨ ਕਰ ਲਓ ਜਲਦੀ ਨਾਲ ਜਲਦੀ ਨਾਲ ਜਲਦੀ ਨਾਲ। ਕੈਮਰਾ ਔਨ ਮੈਂ ਕਿਉਂ ਕਹਿ ਰਿਹਾ, ਕਿਉਂਕਿ ਪਤਾ ਚੱਲੇ ਕਿ ਹਾਂ ਅਲਰਟ ਹੋ ਕੇ ਬੈਠੇ ਹਾਂ ਵਾਕਈ, ਤੇ ਆਪਾਂ ਜਿਹੜੀ ਹੈਗੀ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਲਿਖਣ ਵਾਲੀਆਂ ਨੇ, ਪਰ ਉਹ ਆਮ ਚੀਜ਼ਾਂ ਨਹੀਂ ਹੈਗੀਆਂ। ਮੈਂ ਵੀ ਦੱਸ ਦਿੰਦਾ, ਇਹ ਵੀ ਗਰੰਟੀ ਦੇ ਦੇਣਾ ਤੁਹਾਨੂੰ, ਇੰਸਟੀਟਿਊਟਸ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲੀਆਂ ਹੋਣੀਆਂ, ਇਸ ਚੀਜ਼ ਦੀ ਗਰੰਟੀ ਦੇ ਦੇਣਾ, ਪਹਿਲਾਂ ਉੱਪਰ ਲਿਖ ਲਓ ਭਾਵੇਂ ਗਰੰਟੀ ਹੈ ਇਸ ਚੀਜ਼ ਦੀ ਅੱਜ। ਗੁੱਡ 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 ਗ੍ਰੇਟ। ਸੋ ਜਲਦੀ ਨਾਲ, ਸੁਖ ਸ਼ਵਿੰਦਰ, ਸੁਖ ਸਿੱਧੂ, ਪਰਮਿੰਦਰ, ਕੈਮਰਾ ਔਨ ਪਲੀਜ਼ ਜਲਦੀ ਨਾਲ। ਗੁੱਡ, ਬਹੁਤ ਵਧੀਆ, ਗ੍ਰੇਟ ਗ੍ਰੇਟ ਗ੍ਰੇਟ, ਨਾਈਸ। ਸੋ ਮੇਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ, ਭਾਵੇਂ ਕੋਈ ਇਸ ਵਾਰੀ ਮੇਨ ਕਿਸੇ ਨੇ ਲਿਖਣਾ ਜਾਂ ਨਹੀਂ ਲਿਖਣਾ, ਪ੍ਰੀ ਦਿੱਤਾ ਜਾਂ ਨਹੀਂ ਦਿੱਤਾ, ਉਹ ਬਿਲਕੁਲ ਅਲੱਗ ਚੀਜ਼ ਹੈ। ਰੁੱਤ ਮੇਨ ਦੀ ਆ ਚੁੱਕੀ ਹੈ, ਠੀਕ ਹੈ, ਹੁਣ ਜਿਹੜਾ ਹੈਗਾ ਉਹ ਫੋਕਸ ਮੇਨ ਤੇ ਰਹੇਗਾ। ਔਰ ਇਸ ਸੈਸ਼ਨ ਦੇ ਵਿੱਚ ਬਹੁਤ ਕ੍ਰਿਸਪੀ ਜਿਹਾ ਸੈਸ਼ਨ ਆਪਾਂ ਰੱਖਣਾ ਹੈ ਔਰ ਬਹੁਤ ਇੰਟੈਂਸਿਵ ਹੋਏਗਾ। ਤੁਹਾਡੀ ਤਿਆਰੀ ਦਾ ਸਾਰਾ ਰੂਟ ਇਹ ਬਦਲ ਸਕਦਾ, ਜੇ ਅਜੇ ਮੇਨ ਦੀ ਤਿਆਰੀ ਆਪਾਂ ਸ਼ੁਰੂ ਕਰ ਰਹੇ ਹਾਂ ਤਾਂ। ਕੁਝ ਚੀਜ਼ਾਂ ਨੇ ਖਾਸ ਜਿਹੜੀਆਂ ਆਪਾਂ ਇੱਥੇ ਧਿਆਨ ਦੇਣੀਆਂ ਨੇ। ਔਰ ਬਹੁਤ ਇੰਟੈਂਸਿਵ ਹੋਣਗੀਆਂ ਉਹ ਚੀਜ਼ਾਂ, ਇਸੇ ਕਰਕੇ ਮੇਰੀ ਰਿਕੁਐਸਟ ਹੈ ਕਿ ਕਾਪੀ ਪੈਨ ਰੱਖਣਾ ਕੋਲੇ, ਉਹ ਚੀਜ਼ਾਂ ਨੋਟ ਕਰ ਲੈਣੀਆਂ ਆਪਾਂ ਨੂੰ, ਚਾਹੇ ਇਸ ਵਾਰੀ ਪ੍ਰੀ ਦੇ ਕੇ ਆਏ ਹਾਂ ਜਾਂ ਅਗਲੀ ਵਾਰੀ ਦੇਣਾ, ਉਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਇਸ ਵੇਲੇ ਕਿ ਜਿਹੜੀ ਮੇਨ ਦੀ ਤਿਆਰੀ ਹੈ, ਕਿਉਂਕਿ ਸਿੰਪਲ ਜੀ ਚੀਜ਼ ਹੈ, ਸਾਨੂੰ ਪਾਰ ਜਿਹੜਾ ਹੈਗਾ ਅਸਲ 'ਚ ਮੇਨ ਨਹੀਂ ਲਾਉਣਾ ਹੈ, ਰਾਈਟ? ਐਗਰੀ? ਪਾਰ ਤਾਂ ਮੇਨ ਨਹੀਂ ਲਾਉਣਾ ਹੈ, ਤੇ ਫੋਕਸ ਮੇਨ ਤੇ ਹੀ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਾਨੂੰ ਮੇਨ ਤੇ ਹੀ ਫੋਕਸ ਰੱਖਣਾ ਪਏਗਾ। ਔਰ ਦੂਸਰੀ ਚੀਜ਼,
ਚਾਹੇ ਪ੍ਰੀ ਹੈ ਚਾਹੇ ਮੇਨ ਹੈ, ਉਹ ਵੀ ਪਰਸਨੈਲਿਟੀ ਟੈਸਟ ਹੈ। ਇਸ ਚੀਜ਼ ਨੂੰ ਧਿਆਨ 'ਚ ਲੈ ਕੇ ਚੱਲਣਾ। ਇਹ ਪੂਰੀ ਤਰ੍ਹਾਂ ਨਾਲ ਅਕੈਡਮਿਕਸ ਤੋਂ ਵੱਖਰਾ ਪੇਪਰ ਹੈ UPSC ਦਾ, ਔਰ ਜੋ ਅਸੀਂ ਅਕੈਡਮਿਕਸ ਦੇ ਵਿੱਚ ਹੁਣ ਤੱਕ ਪੜ੍ਹ ਕੇ ਆਏ ਹਾਂ ਉਹਦੇ ਨਾਲੋਂ ਬਹੁਤ ਵੱਖਰੀ ਅਪਰੋਚ ਰੱਖਣੀ ਪੈਂਦੀ ਹੈ। ਤੇ ਚੀਜ਼ਾਂ ਨੂੰ ਬੜੇ ਪ੍ਰੈਕਟੀਕਲ ਤਰੀਕੇ ਦੇ ਨਾਲ ਵੇਖਣਾ ਪੈਂਦਾ ਹੈ। ਸਾਡਾ ਜਿਹੜਾ ਆਂਸਰ ਹੈ, ਜੋ ਵੀ ਤੁਸੀਂ ਲਿਖ ਕੇ ਆਉਣੇ ਹੋ ਆਂਸਰ ਸ਼ੀਟ ਤੇ, ਇੱਕ ਚੀਜ਼ ਦਾ ਖਿਆਲ ਰੱਖਣਾ ਹੈ, ਉਹਦੇ ਵਿੱਚੋਂ ਤੁਹਾਡੀ ਪਰਸਨੈਲਿਟੀ ਰਿਫਲੈਕਟ ਹੋ ਰਹੀ ਹੁੰਦੀ ਹੈ। ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਚੀਜ਼ ਦਾ ਪਹਿਲਾ ਖਿਆਲ ਰੱਖਣਾ ਕਿ ਮੈਂ ਆਪਣੀ ਪਰਸਨੈਲਿਟੀ ਨੂੰ ਕਿਵੇਂ ਰਿਪ੍ਰੈਜ਼ੈਂਟ ਕਰ ਰਿਹਾ ਹਾਂ ਉੱਥੇ। ਦਿਸ ਇਜ਼ ਵਨ ਆਫ ਦ ਮੇਜਰ ਪੁਆਇੰਟਸ। ਤੁਹਾਡੀ ਸ਼ੀਟ ਨੇ ਤੁਹਾਨੂੰ ਰਿਪ੍ਰੈਜ਼ੈਂਟ ਕਰਨਾ, ਤੁਹਾਡੀ ਆਂਸਰ ਸ਼ੀਟ ਨੇ। ਕਿਸੇ ਨੇ ਆਪਾਂ ਨੂੰ ਪੁੱਛਣਾ ਥੋੜ੍ਹਾ ਨਾ ਉੱਥੇ ਬੁਲਾ ਕੇ ਵੀ, ਹਾਂ ਕੀ ਲਿਖਣਾ ਚਾਹੁੰਦੇ ਸੀ ਜੀ, ਮਤਲਬ ਕੀ ਸੀ ਇਸ ਲਿਖਣ ਦਾ। ਸਾਡੀ ਜਿਹੜੀ ਆਂਸਰ ਸ਼ੀਟ ਆ ਉਹ ਸਾਨੂੰ ਉੱਥੇ ਰਿਪ੍ਰੈਜ਼ੈਂਟ ਕਰ ਰਹੀ ਹੁੰਦੀ ਹੈ। ਐਗਰੀ, ਉਹਨੇ ਰਿਪ੍ਰੈਜ਼ੈਂਟ ਕਰਨਾ ਅਸੀਂ ਕੀ ਹਾਂ। ਤਾਂ ਸਭ ਤੋਂ ਪਹਿਲਾਂ ਇਸ ਚੀਜ਼ ਦਾ ਖਿਆਲ ਰੱਖਣਾ ਜਦੋਂ ਮੇਨ ਦੀ ਤਿਆਰੀ ਹੁਣ ਸ਼ੁਰੂ ਕਰਨੀ ਕਿ ਜਿਹੜੀ ਮੇਰੀ ਆਂਸਰ ਸ਼ੀਟ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਭਾਵ ਉਹਦੇ ਤੇ ਮੈਂ ਕਿਵੇਂ ਪ੍ਰੈਜ਼ੈਂਟ ਕਰਨਾ ਚੀਜ਼ਾਂ ਨੂੰ। ਸੈਕੰਡ ਇੰਪੋਰਟੈਂਟ ਪੁਆਇੰਟ, 80-20 ਰੂਲ। 80-20 ਰੂਲ ਹੈ ਇੱਕ ਲਾਈਫ ਦਾ, ਹਰ ਜਗ੍ਹਾ ਲਾਗੂ ਹੁੰਦਾ ਜੀ। ਵੈਲਫਰੀਡੋ ਪੈਰੇਟੋ ਤੁਸੀਂ ਸੁਣਿਆ ਹੋਇਆ, ਕਿਸੇ ਨੇ ਵੈਲਫਰੀਡੋ ਪੈਰੇਟੋ ਪੜ੍ਹਿਆ ਹੋਏਗਾ, ਕਈ ਸਟੂਡੈਂਟਸ ਨੇ। ਵੈਲਫਰੀਡੋ ਪੈਰੇਟੋ ਇਟਾਲੀਅਨ ਫਿਲਾਸਫਰ ਹੋਏ ਹੈ, ਉਹਨਾਂ ਨੇ ਇੱਕ ਸਟੱਡੀ ਕੀਤੀ ਸੀ ਬਹੁਤ ਲੰਬਾ ਟਾਈਮ, ਉਹਦੇ ਵਿੱਚੋਂ ਨਤੀਜੇ ਬਹੁਤ ਨਕਸ਼ਲ ਰੱਖਾਂਗੇ ਆਪਾਂ। ਉਹਨਾਂ ਨੇ ਨਤੀਜਾ ਕੱਢਿਆ, ਉਹ ਕਹਿੰਦੇ ਕਿ ਜਿਹੜੀ ਪੰਜਾਬੀ 'ਚ ਜਿਹੜੀ ਕਹਾਵਤ ਹੈ ਨਾ ਕਿ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਏਗਾ, ਉਹ ਕਹਿੰਦੇ ਕਿ ਇਹ ਕਹਾਵਤ ਗਲਤ ਹੈ, ਇਹ ਨਹੀਂ ਲਾਗੂ ਹੁੰਦੀ। 80-20 ਰੂਲ ਹੈ, 20% ਰਿਜ਼ਲਟਸ ਤੁਹਾਡੇ 80% ਐਫਰਟਸ ਤੋਂ ਆਉਂਦੇ ਹੈ। ਮੀਨਸ 80% ਐਫਰਟਸ ਕਰਦੇ ਰਹੋ ਤਾਂ ਸਿਰਫ 20% ਰਿਜ਼ਲਟਸ ਆਉਣੇ ਆ, ਔਰ 80% ਰਿਜ਼ਲਟਸ ਸਿਰਫ 20% ਐਫਰਟਸ ਤੋਂ ਆਉਂਦੇ ਹੈ। ਦਿਸ ਇਜ਼ ਦਾ ਫੈਕਟ। 80-20 ਰੂਲ ਪੂਰੀ ਬੁੱਕ ਹੈ, ਤੁਸੀਂ ਪੜ੍ਹ ਵੀ ਸਕਦੇ ਹੋ ਕਦੀ ਸਮਾਂ ਮਿਲਿਆ ਤਾਂ। ਇਸ ਵੇਲੇ ਮੇਰੇ ਕੋਲ ਟੇਬਲ ਤੇ ਨਹੀਂ ਹੈਗੀ, ਅਲਮੀਰਾ 'ਚ ਪਈ ਹੋਈ, ਮੈਨੂੰ ਕੱਢਣੀ ਪੈਣੀ ਹੈ ਦਿਖਾਉਣ ਵਾਸਤੇ। ਪੂਰੀ ਬੁੱਕ ਹੈ ਉਹਦੇ ਤੇ, 80-20 ਰੂਲ। ਸੋ ਨਟਸ਼ੈਲ 'ਚ ਮਕਸਦ ਕੀ ਹੈ, ਕਿਉਂ ਇਸ ਦਾ ਜ਼ਿਕਰ ਕੀਤਾ ਆਪਾਂ, ਆਪਣਾ ਮਕਸਦ ਕੀ ਹੈ? ਧਿਆਨ ਦੇਣਾ ਹੈ ਉਹ ਕਿਹੜੇ ਕੰਮ ਨੇ ਜਿਨ੍ਹਾਂ ਤੇ 80% એનર્ਜੀ ਲਾਈ ਜਾਂਦੇ ਆ ਅਸੀਂ ਤੇ ਨਤੀਜੇ ਤੋਂ ਸਿਰਫ 20% ਆਉਣੇ ਆ। ਇਸ ਚੀਜ਼ ਤੇ ਫੋਕਸ ਕਰਨਾ ਹੈ, ਲੱਭਣਾ ਹੈ। ਉਹ ਸਭ ਤੋਂ ਪਹਿਲੀ ਚੀਜ਼ ਤਾਂ ਮੈਂ ਦੱਸ ਦਿੰਦਾ, ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਮੈਂ ਦੱਸ ਦਿੰਦਾ, ਬਹੁਤ ਜ਼ਿਆਦਾ ਪੜ੍ਹਦੇ ਰਹਿਣਾ ਤੇ ਆਂਸਰ ਰਾਈਟਿੰਗ ਨਾ ਕਰਨਾ। 80% ਟਾਈਮ ਅਸੀਂ ਪੜ੍ਹਨ ਤੇ ਹੀ ਲਾ ਰਹੇ ਹੁੰਦੇ ਹਾਂ, ਇਹ ਪੜ੍ਹ ਲਿਆ, ਉਹ ਪੜ੍ਹ ਲਿਆ, ਉਹ ਪੜ੍ਹ ਲਿਆ, ਉਹ ਪੜ੍ਹ ਲਿਆ, ਕਰੰਟ ਅਫੇਅਰ ਦੇ ਨੋਟਸ ਤਿਆਰ ਕਰ ਲਏ, ਇਹ ਨੋਟਸ ਤਿਆਰ ਕਰ ਲਏ, ਉਹ ਨੋਟਸ ਤਿਆਰ ਕਰ ਲਏ। ਜ਼ਰੂਰਤ ਕਿਸ ਚੀਜ਼ ਦੀ ਹੈ? ਆਂਸਰ ਰਾਈਟਿੰਗ ਦੀ। ਜੇ 20% ਐਫਰਟ ਸਿਰਫ ਆਂਸਰ ਰਾਈਟਿੰਗ ਤੇ ਲਗਾ ਦਿੱਤੇ ਨਾ, ਅਸੀਂ 80% ਰਿਜ਼ਲਟਸ ਉੱਥੋਂ ਆ ਜਾਣੇ। ਤਾਂ ਕਰਕੇ ਸਭ ਤੋਂ ਪਹਿਲਾ ਰੂਲ, ਕਾਫੀ ਬੱਚੇ ਇੱਥੇ ਇਦਾਂ ਦੇ ਬੈਠੇ ਹੋਏ ਆ ਜਿਨ੍ਹਾਂ ਨੇ ਪਿਛਲੇ ਸਾਲ ਆਂਸਰ ਰਾਈਟਿੰਗ ਕੀਤੀ ਹੈ ਲਿਟਰੇਚਰ ਦੀ, ਜਿਹੜੇ ਸਟੂਡੈਂਟਸ ਨੇ ਹੁਣ ਕਰਨੀ ਆ ਜਾਂ ਜਿਨ੍ਹਾਂ ਨੇ ਅਜੇ ਤਿਆਰੀ ਸ਼ੁਰੂ ਕਰ ਰਹੇ ਆ,
ਹੁਣੇ ਤੋਂ ਆਦਤ ਬਣਾ ਲਓ ਆਂਸਰ ਰਾਈਟਿੰਗ ਦੀ। ਇਸ ਚੀਜ਼ ਦੀ ਵੇਟ ਨਾ ਕਰੋ ਕਿ ਪਹਿਲਾਂ ਬਹੁਤ ਸਾਰਾ ਸਿਲੇਬਸ ਪੜ੍ਹਾਂਗੇ ਫਿਰ ਆਂਸਰ ਰਾਈਟਿੰਗ ਉਹਦੀ ਸ਼ੁਰੂ ਹੋਏਗੀ, ਫਿਰ ਕਦੇ ਨਹੀਂ ਹੁੰਦੀ ਉਹ, ਕਿਉਂਕਿ ਉਹ ਇੱਕ ਹੈਬਿਟ ਹੈ। ਜੇ ਹੈਬਿਟ ਹੁਣੇ ਬਣ ਗਈ ਕਿ ਆਂਸਰ ਰਾਈਟਿੰਗ ਕਰਨੀ ਆ, ਉਹ ਹੁਣੇ ਹੀ ਹੈਬਿਟ ਪਾਈ ਜਾ ਸਕਦੀ। ਜਿੰਨੀ ਉਹ ਹੈਬਿਟ ਪੈ ਜਾਏਗੀ, ਮੈਂ ਇੱਕ ਐਕਸਪੀਰੀਅੰਸ ਸ਼ੇਅਰ ਕਰ ਦੇਣਾ ਬੀਇੰਗ ਏ ਟੀਚਰ, ਮੈਂ ਇੱਕ ਐਕਸਪੀਰੀਅੰਸ ਸ਼ੇਅਰ ਕਰ ਦੇਣਾ ਇੱਥੇ ਜਿਹੜਾ ਤੁਹਾਡੇ ਬਹੁਤ ਕੰਮ ਆ ਸਕਦਾ। ਮੈਂ ਸਟਾਰਟਿੰਗ ਦੇ 2-3 ਸਾਲ ਜਨਰਲ ਸਟੱਡੀਜ਼ ਵੀ ਪੜ੍ਹਾਈ ਕੁਛ ਸਬਜੈਕਟਸ, ਫਿਰ ਉਹਨਾਂ ਨੂੰ ਛੱਡ ਕੇ ਫਿਰ ਲਿਟਰੇਚਰ 'ਚ ਸ਼ਿਫਟ ਹੋ ਗਿਆ ਕਿ ਨਹੀਂ ਲਿਟਰੇਚਰ 'ਚ ਜ਼ਿਆਦਾ ਜ਼ਰੂਰਤ ਹੈ, ਜੀਐਸ ਦੇ ਟੀਚਰਸ ਹੈਗੇ, ਲਿਟਰੇਚਰ ਦੇ ਵਿੱਚ ਟੀਚਰਸ ਨਹੀਂ ਮਿਲ ਰਹੇ ਹੈਗੇ। ਉਸ ਵੇਲੇ ਮੈਂ ਇੱਕ ਚੀਜ਼ ਨੋਟ ਕੀਤੀ, ਹੁਣ ਵੀ ਲਿਟਰੇਚਰ ਦੇ ਵਿੱਚ ਵੀ ਨੋਟ ਕਰੀ ਦੀ ਆ ਉਹ ਚੀਜ਼, ਉਸ ਵੇਲੇ ਜ਼ਿਆਦਾ ਨੋਟ ਹੋਈ ਉਹ ਚੀਜ਼। ਮੇਰੇ ਬੈਚ ਦੇ ਵਿੱਚ ਕੁਝ ਬੱਚੇ ਇਦਾਂ ਦੇ ਹੁੰਦੇ ਸੀ ਜਿਹੜੇ ਕਿ ਜੇ ਅਸੀਂ ਉਹਨਾਂ ਨੂੰ ਬਾਹਰੋਂ ਵੇਖਿਆ ਨਾ, ਨੋਨ ਸੀਰੀਅਸ ਸੀਗੇ, ਟੋਟਲੀ ਨੋਨ ਸੀਰੀਅਸ। ਜੇ ਕਲਾਸ 'ਚ ਵੀ ਬੈਠੇ ਆ ਤਾਂ ਮੈਨੂੰ ਪਤਾ ਲੱਗ ਰਿਹਾ ਹੁੰਦਾ ਸੀ ਉਹਨਾਂ ਦਾ, ਕਲਾਸ ਦੇ ਵਿੱਚ ਸਾਹਮਣੇ ਦੇਖੇ ਤਾਂ ਉੱਪਰਲੀ ਸਤਹ ਤੋਂ ਬਹੁਤ ਜ਼ਿਆਦਾ ਧਿਆਨ ਨਹੀਂ ਹੈਗਾ ਉਹਨਾਂ ਦਾ, ਉਹ ਆਪਣੀ ਡਰਾਇੰਗ ਕਰੀ ਜਾਂਦੇ ਆ ਬੈਠੇ। ਪਰ ਜਦੋਂ ਉਹ ਆਂਸਰ ਰਾਈਟਿੰਗ ਕਰਦੇ ਸੀ ਤਾਂ ਮੈਨੂੰ ਸਕੋਰ ਦੇਣਾ ਹੀ ਪੈਂਦਾ ਸੀ ਉਹਨਾਂ, ਕਿਉਂ? ਕਿਉਂਕਿ ਉਹਨਾਂ ਦੀਆਂ ਰਾਈਟਿੰਗ ਸਕਿੱਲਸ ਬਹੁਤ ਵਧੀਆ ਸੀ, ਇਹ ਨਹੀਂ ਸੀ ਕਿ ਉਹਨਾਂ ਕੋਲੇ ਨੌਲੇਜ ਬਹੁਤ ਜ਼ਿਆਦਾ ਹੈਗੀ ਹੈ। ਜੋ ਉਹਨਾਂ ਕੋਲੇ ਹੁੰਦਾ ਸੀ ਉਹਨੂੰ ਪਰੋਸਣਾ ਆਉਂਦਾ ਸੀ ਉਹਨਾਂ ਨੂੰ, ਗੈਟਿੰਗ ਦਾ ਪੁਆਇੰਟ, ਉਹਨਾਂ ਨੂੰ ਪਰੋਸਣਾ ਆਉਂਦਾ ਸੀ ਉਹ ਪ੍ਰੈਜੈਂਟ ਕਿਵੇਂ ਕਰ। ਬਹੁਤ ਜ਼ਿਆਦਾ ਨੌਲੇਜ ਮੈਟਰ ਨਹੀਂ ਕਰਦੀ ਹੈਗੀ, ਇਫੈਕਟ ਹੈ। ਬਾਕੀ ਯਕੀਨ ਕਰਨਾ ਨਾ ਯਕੀਨ ਕਰਨਾ ਤੁਹਾਡੀ ਇੱਛਾ ਹੈਗੀ ਹੈ, ਤੁਹਾਡੀ ਸ਼ਰਧਾ ਹੈ, ਜਿੱਥੇ ਜਿਵੇਂ ਆਸਥਾ ਹੈਗੀ ਹੈ। ਮੈਟਰ ਕਰਦਾ ਪ੍ਰੈਜੈਂਟ ਕਿਵੇਂ ਕਰ ਰਹੇ ਹਾਂ ਚੀਜ਼ਾਂ ਨੂੰ, ਪ੍ਰੈਜੈਂਟ ਕਰਨਾ ਸਿੱਖਣਾ, ਕਿਵੇਂ ਪ੍ਰੈਜੈਂਟ ਕਰਨਾ, ਜਿੰਨੀ ਵੀ ਨੌਲੇਜ ਹੈਗੀ ਉਹਨੂੰ ਪ੍ਰੈਜੈਂਟ ਕਿਵੇਂ ਕਰਨਾ। ਜਦੋਂ ਬਹੁਤ ਜ਼ਿਆਦਾ ਨੌਲੇਜ ਆ ਗਈ ਨਾ, ਫਿਰ ਪ੍ਰੈਜੈਂਟ ਕਰਨ ਦਾ ਮਸਲਾ ਆਉਂਦਾ, ਸਮਝੋ ਚੀਜ਼ ਨੂੰ, ਛੋਟੀ ਜਿਹੀ ਚੀਜ਼। ਬੜੀ ਪ੍ਰੈਕਟੀਕਲ ਲਾਈਫ ਦੀਆਂ ਐਗਜ਼ਾਮਪਲਸ ਆਉਣਗੀਆਂ। ਮੈਂ ਅਕਸਰ ਐਗਜ਼ਾਮਪਲ ਦਿੰਦਾ ਹੁੰਦਾ ਬੜੀ ਪ੍ਰੈਕਟੀਕਲ ਜੀ ਹੁੰਦੇ, ਬੀਇੰਗ ਏ ਫੀਮੇਲ, ਜਿਹੜੀ ਗਰਲਸ ਬੈਠੀਆਂ ਹੋਈਆਂ ਉਹ ਬਹੁਤ ਜਲਦੀ ਇਹਨੂੰ ਅੰਡਰਸਟੈਂਡ ਕਰ ਜਾਣਗੀਆਂ, ਸ਼ਾਇਦ ਬੋਇਜ਼ ਵੀ ਕਰ ਜਾਣ। ਕਦੇ ਕਦੇ ਇਦਾਂ ਹੁੰਦਾ ਨਾ ਕਿ ਘਰੇ ਆਪਣੀ ਮਸਤੀ 'ਚ ਬੈਠੇ ਹੁੰਦੇ ਆ ਤੇ ਇੱਕਦਮ ਫੋਨ ਆ ਜਾਂਦਾ ਕਿ ਗੈਸਟ ਆ ਰਹੇ ਆ, 2-3-4-5 ਕੋਈ ਗੈਸਟ ਆ ਰਹੇ ਆ, ਤੇ ਟਾਈਮ ਵੀ ਨਹੀਂ ਹੁੰਦਾ ਕਿ ਇੰਨੇ ਟਾਈਮ 'ਚ ਅਰੇਂਜਮੈਂਟ ਕਰ ਲਈਏ, ਕੋਈ ਮਾਰਕੀਟ ਜਾ ਕੇ ਸਮਾਨ ਹੀ ਲੈ ਆਈਏ। ਸਾਰਿਆਂ ਨਾਲ ਹੀ ਹੁੰਦੀ ਹੈ ਸਾਡੇ ਨਾਲ, ਹੈ ਨਾ? ਆਪਾਂ ਆਪਣੇ 'ਚ ਕੋਈ ਮੰਗਲ ਗ੍ਰਹਿ ਤੋਂ ਤਾਂ ਆਇਆ ਨਹੀਂ, ਸਾਰੇ ਇੱਥੇ ਹੀ ਰਹਿੰਦੇ ਆ, ਸਾਰੇ ਇੱਕੋ ਜਿਹੇ ਆ, ਉਹੋ ਜਿਹੇ ਕਲਚਰ 'ਚ ਹੀ ਆ ਸਾਰੇ। ਤਾਂ ਉਦੋਂ ਕੀ ਹੁੰਦਾ ਹੈ ਕਿ ਜੋ ਵੀ ਪਿਆ ਬਸ ਉਹਨੂੰ ਕੁੱਕ ਕਰੋ, ਵਧੀਆ ਤੋਂ ਵਧੀਆ ਤਰੀਕੇ ਨਾਲ, ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰੋ। ਇਹੀ ਹੁੰਦਾ, ਪ੍ਰੈਜੈਂਟ ਕਰੋ ਵਧੀਆ ਤਰੀਕੇ ਨਾਲ। ਜਦੋਂ ਇਨਫੋਰਮੇਸ਼ਨ ਘੱਟ ਹੈ ਨਾ, ਉੱਥੇ ਫਿਰ ਵਿਅਕਤੀ ਬੜਾ ਕੁਝ ਸੋਚਦਾ ਹੈ, ਇੱਥੋਂ ਚੀਜ਼ ਕੱਟ ਕੇ ਲੈ ਕੇ ਆਉਣਾ, ਇਕਨੋਮੀ ਦਾ ਕੁਐਸਚਨ ਆ, ਕੁਛ ਨਾ ਕੁਛ ਜੀਓਗ੍ਰਾਫੀ ਨਾਲ ਜੋੜਾਂ, ਕੁਛ ਨਾ ਕੁਛ ਕਨਸਟੀਟਿਊਸ਼ਨ ਨਾਲ ਜੋੜਦੇ ਆ, ਕੁਛ ਨਾ ਕੁਛ ਹਿਸਟਰੀ ਨਾਲ ਜੋੜਾਂ, ਇੰਟਰਲਿੰਕਿੰਗ। ਸੋ ਪ੍ਰੈਜੈਂਟ ਕਿਵੇਂ ਕਰਨਾ ਚੀਜ਼ਾਂ ਨੂੰ, ਉਹ ਮੈਟਰ ਕਰਦਾ ਹੈ। ਉਹਨੂੰ ਹੁਣੇ ਤੋਂ ਹੀ ਸਿੱਖਣ ਦੀ ਆਦਤ ਪਾਉਣੀ ਹੈ ਬਸ, ਹੁਣੇ ਤੋਂ। ਜੀਐਸ ਪੜ੍ਹ ਰਹੇ ਹਾਂ, ਕੋਈ ਜ਼ਰੂਰਤ ਨਹੀਂ, ਬਹੁਤ ਜ਼ਿਆਦਾ ਸਾਡੇ ਕੋਲ ਪਹਿਲਾਂ ਇਨਫੋਰਮੇਸ਼ਨ ਹੋਏਗੀ, ਨੌਲੇਜ ਹੋਏਗੀ, ਪਹਿਲਾਂ ਬਹੁਤ ਜ਼ਿਆਦਾ ਅਸੀਂ ਕੁਝ ਵੀ ਲੈ ਲਵਾਂਗੇ ਫਿਰ ਅਸੀਂ ਕਰਾਂਗੇ। ਇਹ ਸਕਿੱਲ ਹੈ, ਇੱਕ ਚੀਜ਼ ਦਾ ਧਿਆਨ ਰੱਖਣਾ, ਇਹ ਸਕਿੱਲ ਹੈ, ਇਹ ਆਰਟ ਹੈ, ਰਾਈਟ? ਜਦੋਂ ਅਸੀਂ ਯੂਪੀਐਸਸੀ ਦੀ ਤਿਆਰੀ ਕਰਦੇ ਹਾਂ, 2 ਲੈਵਲਸ ਦੀ ਤਿਆਰੀ ਹੁੰਦੀ ਹੈ, 2 ਲੈਵਲਸ ਦੇ। ਇੱਕ ਹੈ ਟੈਕਨੀਕਲ ਤਿਆਰੀ, ਟੈਕਨੀਕਲ ਤੋਂ ਭਾਵ ਕੀ ਹੈ, ਵਟ ਟੂ ਰੀਡ, ਹਾਊ ਟੂ ਰੀਡ, ਕੀ ਪੜ੍ਹਨਾ ਤੇ ਕਿਵੇਂ ਪੜ੍ਹਨਾ, ਰਾਈਟ?
ਦੂਸਰਾ ਹੈਗਾ ਆਪਣਾ ਮੈਂਟਲ ਮੇਕਅਪ, ਇੱਕ ਕੌਨਫੀਡੈਂਸ ਲੈਵਲ, ਇੱਕ ਉਸ ਪੋਜ਼ਿਟਿਵ એનર્ਜੀ ਦੇ ਵਿੱਚ ਬਣੇ ਰਹਿਣਾ, ਉਸ ਲੈਵਲ ਤੇ ਬਣਾ ਕੇ ਰੱਖਣਾ ਆਪਣੇ ਆਪ ਨੂੰ। ਸੋ ਦੋ ਲੈਵਲ ਸੇ ਤਿਆਰੀ ਹੁੰਦੀ ਹੈ। ਸੋ ਮਾਈਂਡ ਦੇ ਲੈਵਲ ਤੇ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ, ਔਰ ਟੈਕਨੀਕਲ ਲੈਵਲ ਤੇ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਕੀ ਪੜ੍ਹਨਾ ਕੀ ਨਹੀਂ ਪੜ੍ਹਨਾ ਤੇ ਜੋ ਪੜ੍ਹਨਾ ਹੈ ਉਹ ਕਿਵੇਂ ਪੜ੍ਹਨਾ। ਸਿਰਫ ਪੜ੍ਹਨਾ ਕਾਫੀ ਨਹੀਂ ਹੈ, ਕਿਵੇਂ ਪੜ੍ਹਨਾ ਬਹੁਤ ਮੈਟਰ ਕਰਦਾ UPSC ਦੇ ਵਿੱਚ। ਚੀਜ਼ਾਂ ਨੂੰ ਅਪਰੋਚ ਕਿਵੇਂ ਕਰਨਾ ਹੈ UPSC ਦੇ ਵਿੱਚ। ਕਈ ਵਾਰੀ ਹੁੰਦਾ ਹੈ ਅਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲੈਂਦੇ ਹਾਂ, ਸਾਨੂੰ ਪਤਾ ਲੱਗ ਜਾਂਦਾ NCERT ਪੜ੍ਹਨੀ ਹੈ ਜਾਂ ਹੋਰ ਬੁੱਕਸ ਪੜ੍ਹਨੀਆਂ ਨੇ, ਬੇਸਿਕ ਲਕਸ਼ਮੀਕਾਂਤ ਪੜ੍ਹਨੀ ਹੈ ਜਾਂ ਹੋਰ ABC ਜਿਹੜੇ ਵੀ ਸਬਜੈਕਟਸ ਦੀਆਂ ਜੋ ਵੀ ਪੜ੍ਹਨੀਆਂ ਨੇ, ਸਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਇਹਨਾਂ ਨੂੰ ਪੜ੍ਹਨਾ, ਬਟ ਅਪਰੋਚ ਕੀ ਚਾਹੀਦੀ ਹੈ, ਪੜ੍ਹਨਾ ਕਿਵੇਂ ਉਹ ਨਹੀਂ ਪਤਾ ਲੱਗਦਾ। ਸੋ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਿੰਪਲ ਜੀ ਚੀਜ਼ ਆ, ਜਦੋਂ ਅਸੀਂ ਕਿਤੋਂ ਸਪੋਜ਼ ਚੰਡੀਗੜ੍ਹ ਤੋਂ ਦਿੱਲੀ ਚੱਲੇ ਤਾਂ ਅਸੀਂ ਪਹਿਲਾਂ ਦੇਖਦੇ ਹਾਂ ਨਾ ਜਾਣਾ ਕਿੱਧਰ ਦੀ ਹੈ, ਰਸਤਾ ਕਿੱਧਰ ਦੀ ਹੈ, ਰਸਤਾ ਹੈ ਕੀ ਹੈ, ਕਿਵੇਂ ਜਾਣਾ ਹੈਗਾ। ਇਹ ਤਾਂ ਨਹੀਂ ਨਾ ਕਿ ਅਸੀਂ ਗੱਡੀ ਚੱਕੀ ਤੇ ਨਿਕਲ ਗਏ, ਅਸੀਂ ਪਹਿਲਾਂ ਦੇਖਦੇ ਤਾਂ ਹੈਗੇ ਹੀ, ਆਪਾਂ ਤਾਂ ਕਰਦੇ ਹੀ ਹਾਂ। ਉਸੇ ਤਰੀਕੇ ਨਾਲ ਅਪਰੋਚ ਪਹਿਲਾਂ ਸਾਡੀ ਕਲੀਅਰ ਹੋਣੀ ਚਾਹੀਦੀ। ਦੂਸਰੀ ਚੀਜ਼, ਸਾਨੂੰ ਇਹ ਜਨਰਲੀ ਇੱਕ ਉਲਾਂਭਾ ਰਹਿ ਜਾਂਦਾ, ਸ਼ਿਕਾਇਤ ਰਹਿ ਜਾਂਦੀ ਹੈ UPSC ਦੇ ਨਾਲ ਕੁਝ ਐਸਪੀਰੈਂਟਸ ਨੂੰ ਜਿਹੜੇ ਪਹਿਲਾਂ 2-3 ਸਾਲ ਲਗਾ ਚੁੱਕੇ ਹੋਣਗੇ ਕਿ UPSC ਪਤਾ ਨਹੀਂ ਕੀ ਲੱਭਦੀ ਹੈ, UPSC ਕੁਝ ਵੀ ਨਹੀਂ ਲੱਭਦੀ ਵਿਚਾਰੀ, UPSC ਦਾ ਵਿਚਾਰਾ ਜਾਂ ਇੰਸਟੀਟਿਊਟ ਹੈ ਕੋਈ ਕੁਝ ਨਹੀਂ ਲੱਭਦਾ। ਉਹ ਤੇ ਕਹਿੰਦਾ ਮੈਂ ਤੁਹਾਨੂੰ ਸਿੰਪਲ ਜੇ ਕੁਐਸਚਨ ਪੁੱਛੇ ਆ ਯਾਰ ਮੈਨੂੰ ਉਹਨਾਂ ਦੇ ਆਨਸਰ ਦੇ ਦਿਓ ਬਸ। ਅਸੀਂ ਉਹਨਾਂ ਦੇ ਆਨਸਰ ਹੀ ਨਹੀਂ ਦੇ ਕੇ ਆਉਂਦੇ। ਹੁੰਦਾ ਕੀ ਹੈ ਕਈ ਵਾਰੀ ਜਿਵੇਂ ਸਿੰਪਲ ਜਾ ਨਾ ਕਿ UPSC ਨੇ ਪੁੱਛ ਲਿਆ ਵੀ ਗਊ ਤੇ ਲੇਖ ਲਿਖੋ, ਤੇ ਆਪਾਂ ਜਦੋਂ ਗਊ ਤੇ ਲੇਖ ਲਿਖਦੇ ਹਾਂ ਤਾਂ ਫਿਰ ਆਪਾਂ ਲਿਖਦੇ ਨੇ ਵੀ ਇੱਕ ਗਊ ਹੁੰਦੀ ਹੈ, ਗਊ ਦੀਆਂ ਚਾਰ ਲੱਤਾਂ, ਗਊ ਘਾਹ ਖਾਂਦੀ ਹੈ, ਘਾਹ ਜਿਹੜਾ ਉਹ ਹਰੇ ਮੈਦਾਨ 'ਚ ਹੁੰਦਾ, ਘਾਹ ਹਰੇ ਰੰਗ ਦਾ ਹੁੰਦਾ, ਘਾਹ ਉਦੋਂ ਆਉਂਦਾ ਜਦੋਂ ਮੌਨਸੂਨ ਆ ਜਾਂਦੇ, ਮੀਂਹ ਪੈਂਦਾ ਉਦੋਂ ਹੁੰਦਾ, ਮੀਂਹ ਜੂਨ ਜੁਲਾਈ 'ਚ ਆਉਂਦਾ, ਜੂਨ ਜੁਲਾਈ ਜਿਹੜਾ 6ਵਾਂ ਮਹੀਨਾ 7ਵਾਂ ਮਹੀਨਾ ਹੁੰਦਾ ਸਾਡੇ ਸਾਲ ਦਾ, ਹੈ ਨਾ, ਗੱਲ ਹੋਰ ਹੀ ਪਾਸੇ ਲੈ ਕੇ ਘੁੰਮ ਰਹੇ ਹੁੰਦੇ ਹਾਂ ਅਸੀਂ। ਅਖੀਰ ਤੇ ਫਿਰ ਕਹਿ ਜਿੰਨੇ ਵੀ ਹਾਂ ਗਊ ਆ ਜਿਹੜੀ ਉਹ ਸਾਡੀ ਮਾਤਾ ਹੈ। ਤੁਸੀਂ ਕਹਿ ਰਹੇ ਹੋਗੇ ਵੀ ਕਿੱਦਾਂ ਦਾ ਜੋਕ, ਅਸੀਂ ਇਦਾਂ ਦਾ ਥੋੜਾ ਲਿਖਦੇ ਹਾਂ, ਐਵੇਂ ਮਜ਼ਾਕ ਕਰੀ ਜਾਂਦੇ ਆ ਸਾਡੇ ਨਾਲ। ਨਹੀਂ, ਸਾਡਾ ਇਦਾਂ ਦਾ ਕੁਝ ਹੀ ਚੱਲ ਰਿਹਾ ਹੁੰਦਾ ਹੈ। ਜਿਹੜੇ ਸਟੂਡੈਂਟਸ ਨੇ ਕੁਝ ਕਾਂਸਰ ਰਾਈਟਿੰਗ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲ ਦੇ ਦੌਰਾਨ, ਉਹਨਾਂ ਨੂੰ ਪਤਾ ਲੱਗ ਗਿਆ ਹੋਏਗਾ ਵੀ ਕਿੱਥੋਂ ਕਿੱਧਰ ਨੂੰ ਆਨਸਰ ਜਾਂਦੇ ਸੀ ਸਾਡੇ ਉਦੋਂ, ਤੇ ਅਸੀਂ ਕੀ ਸਿੱਖ ਕੇ ਆਏ ਹਾਂ, ਪਤਾ ਲੱਗ ਗਿਆ ਹੋਏਗਾ ਉਹਨਾਂ ਨੂੰ ਵੀ ਸ਼ੁਰੂ 'ਚ ਗਊ ਦਾ ਲੇਖ ਕਿਵੇਂ ਲਿਖਦੇ ਸੀ ਅਸੀਂ ਪੰਜਾਬੀ ਲਿਟਰੇਚਰ ਦੇ ਵਿੱਚ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਰਾਈਟ। UPSC ਦੇ ਜਿਹੜੇ ਕੁਐਸਚਨਸ ਨੇ ਸਿੰਪਲ ਹੁੰਦੇ ਆ, ਸਿੰਪਲ ਮੇਰੇ ਕਹਿਣ ਦਾ ਮਤਲਬ ਕੀ ਹੈ, ਇਹਨੂੰ ਸਮਝਣਾ ਜ਼ਰੂਰੀ ਹੈ। ਸਿੰਪਲ ਕਿਸ ਐਂਗਲ ਤੋਂ ਆਪਾਂ ਕਹਿ ਰਹੇ ਹਾਂ, ਸਿੰਪਲ ਤੋਂ ਭਾਵ ਕੀ ਹੈ ਕਿ ਉਹਨਾਂ ਵਾਸਤੇ ਨੋ ਡਾਊਟ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਸਾਨੂੰ ਜੀਓਗ੍ਰਾਫੀ ਦੇ ਵਿੱਚ ਵੀ ਕਾਫੀ ਕੁਝ ਪੜ੍ਹਨਾ ਪਏਗਾ, ਤੁਹਾਨੂੰ ਇਕਨੋਮੀ 'ਚ ਵੀ ਬਹੁਤ ਕੁਝ ਪੜ੍ਹਨਾ ਪੈਂਦਾ, ਕਨਸਟੀਟਿਊਸ਼ਨ, IR, ਬਹੁਤ ਸਾਰੇ ਐਸਪੈਕਟਸ ਨੇ ਜਿਨ੍ਹਾਂ 'ਚ ਬਹੁਤ ਕੁਝ ਸਾਨੂੰ ਪੜ੍ਹਨਾ ਪੈਂਦਾ, ਬਟ ਉਹ ਇਨਫੋਰਮੇਸ਼ਨ ਦਾ ਲੈਵਲ ਹੈ ਸਿੰਪਲ ਤੋਂ ਮੇਰਾ ਭਾਵ, ਕਿ ਕੋਈ ਉਹਨਾਂ 'ਚ ਬਹੁਤ ਕੰਪਲਿਕੇਸ਼ਨ ਨਹੀਂ ਹੁੰਦੀ। ਸਿੱਧ ਪੱਧਰੀ ਗੱਲ ਉਹਨਾਂ ਨੇ ਪੁੱਛੀ ਹੁੰਦੀ ਤੇ ਸਿੱਧ ਪੱਧਰ ਉਹਦਾ ਜਵਾਬ ਅਸੀਂ ਦੇਣਾ ਹੁੰਦਾ, ਉਹਨੂੰ ਮਲਟੀ ਡਾਇਮੈਂਸ਼ਨਲ ਕਰਨਾ ਹੁੰਦਾ ਹੈ ਅਸੀਂ, ਬਸ ਮਲਟੀ ਡਾਇਮੈਂਸ਼ਨਲ ਉਹਨੂੰ ਪ੍ਰੈਜ਼ੈਂਟ ਕਰਨਾ ਹੁੰਦਾ, ਉਹਦੀ ਵੱਖਰੇ ਵੱਖਰੀਆਂ ਡਾਇਮੈਂਸ਼ਨਸ ਅਸੀਂ ਵੇਖਣੀਆਂ ਹੁੰਦੀਆਂ, ਕਿ ਇੱਕ ਜਦੋਂ ਇੱਕ ਚੀਜ਼ ਪੁੱਛ ਲਈ ਹੈ UPSC ਐਗਜ਼ਾਮਿਨਰ ਨੇ ਤਾਂ ਉਹਦੀਆਂ ਵੱਖਰੀਆਂ ਵੱਖਰੀਆਂ ਡਾਇਮੈਂਸ਼ਨਸ ਮੈਂ ਕਿਵੇਂ ਫੈਲਾ ਸਕਦਾ। ਸਪੋਜ਼ ਜਿਵੇਂ ਆਪਾਂ ਹੁਣੇ ਗੱਲ ਕੀਤੀ, ਛੋਟੀ ਜਿਹੀ ਚੀਜ਼ ਹੈ, ਕੁਐਸਚਨ ਉਹਨਾਂ ਨੇ ਪੁੱਛ ਲਿਆ ਇਕਨੋਮੀ ਤੇ ਕੋਈ, ਅਸੀਂ ਉਸ ਇਕਨੋਮੀ ਦੀ ਗੱਲ ਕਰਦਿਆਂ ਹੋਏ ਥੋੜਾ ਜਿਹਾ ਅੱਗੇ ਡਿਟੇਲ 'ਚ ਜਾਵਾਂਗੇ, ਹੁਣ ਇੱਕ ਬੇਸਿਕ ਗੱਲ ਕਰਦੇ ਹਾਂ,
ਇਕਨੋਮੀ ਦੀ ਗੱਲ ਕਰਦੇ ਹਾਂ, ਉਸ ਇਕਨੋਮੀ ਦੇ ਕਨਸੈਪਟ ਨੂੰ ਕੀ ਅਸੀਂ ਜੀਓਗ੍ਰਾਫੀ ਦੇ ਨਾਲ ਜੋੜ ਸਕਦੇ ਹਾਂ, ਕੀ ਅਸੀਂ ਕਨਸਟੀਟਿਊਸ਼ਨ ਨਾਲ ਜੋੜ ਸਕਦੇ ਹਾਂ, ਕੀ ਅਸੀਂ ਹਿਸਟਰੀ ਨਾਲ ਜੋੜ ਸਕਦੇ ਹਾਂ, ਕੀ ਅਸੀਂ ਆਈਟੀ ਨਾਲ ਜੋੜ ਸਕਦੇ ਹਾਂ, ਕੀ ਅਸੀਂ ਏਆਈ ਨਾਲ ਉਹਨੂੰ ਰਿਲੇਟ ਕਰ ਸਕਦੇ ਹਾਂ, ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਰਨਾ ਹੁੰਦਾ। ਵੈਸੇ ਵੀ ਸਿੰਪਲੀ ਜੇ ਤੁਸੀਂ ਦੇਖੋਗੇ ਕਿਸੇ ਵੀ ਮੁਲਕ ਦੀ ਜਿਹੜੀ ਇਕਨੋਮੀ ਹੈ ਉਹ ਉਹਦੀ ਜੀਓਗ੍ਰਾਫੀ ਤੋਂ ਜੁਦਾ ਹੋ ਹੀ ਨਹੀਂ ਸਕਦੇ ਹੁੰਦੇ। ਜੋ ਸਾਡੀ ਇਕਨੋਮੀ ਹੈ ਸਾਡੀ ਜੀਓਗ੍ਰਾਫੀ 'ਚੋਂ ਨਿਕਲੀ ਹੋਈ ਹੈ। ਸਾਡੀ ਇਕਨੋਮੀ ਅਸੀਂ ਕਹਿੰਦੇ ਐਗਰੀਕਲਚਰ ਬੇਸਡ ਰਹੀ ਹੈ ਸਾਡੀ ਇਕਨੋਮੀ, ਹੁਣ ਅਸੀਂ ਇੰਡਸਟਰੀ ਬੇਸਡ ਹੋਣ ਚੱਲੇ ਹਾਂ। ਐਗਰੀਕਲਚਰ ਕਿਉਂ? ਕਿਉਂਕਿ ਸਾਡੇ ਕੋਲ ਵੱਡੀ ਅਲੂਵੀਅਲ ਸੋਇਲ ਦੀ ਲੈਂਡ ਪਈ ਹੋਈ ਸੀਗੀ, ਸਾਡੇ ਕੋਲ ਰਿਵਰ ਲੈਂਡ ਹੈ, ਸਾਡੀ ਡਾਇਵਰਸਿਫਾਈਡ ਹੈ, ਸਾਡੇ ਕੋਲ ਫਸਲਾਂ ਹੋ ਸਕਦੀਆਂ ਨੇ, ਉਹਦੇ ਤੇ ਬੇਸਡ ਸਾਡੀ ਇਕਨੋਮੀ ਬਣੀ ਹੈ। ਸਾਡਾ ਕਨਸਟੀਟਿਊਸ਼ਨ ਸਾਡੀ ਹਿਸਟਰੀ ਦੇ ਆਧਾਰ ਤੇ ਸਾਰਾ ਬਣਿਆ ਹੋਇਆ, ਇਤਿਹਾਸ ਚੋਂ ਨਿਕਲਿਆ ਹੋਇਆ ਸਾਡਾ ਕਨਸਟੀਟਿਊਸ਼ਨ ਸਾਰਾ। ਸਾਡੀ ਇਕਨੋਮੀ ਚ ਜਿੱਦਾਂ ਦੇ ਅਸੀਂ ਟੈਕਸਸ ਲਾਉਣੇ ਆ ਉਹ ਸਾਨੂੰ ਦੱਸਦੇ ਆ ਕਿ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ। ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਇੰਟਰਲਿੰਕਡ, ਸੋ ਉਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ। ਜਦੋਂ ਵੀ ਇਸੇ ਕਰਕੇ ਮੈਂ ਕਹਿ ਰਿਹਾ ਕਿ ਹੁਣ ਜਦੋਂ ਅਸੀਂ ਆਂਸਰ ਰਾਈਟਿੰਗ ਸ਼ੁਰੂ ਕਰਦੇ ਹਾਂ ਕਰਾਂਗੇ ਤਾਂ ਉਹਦੇ ਵਿੱਚ ਹੁਣੇ ਤੋਂ ਅਸੀਂ ਇਸ ਚੀਜ਼ ਦਾ ਖਿਆਲ ਕਰਨਾ ਸ਼ੁਰੂ ਕਰਨਾ ਕਿ ਕੋਈ ਕੁਐਸਚਨ ਜੇ ਜੀਓਗ੍ਰਾਫੀ ਦਾ ਆਇਆ ਉਹਨੂੰ ਹਿਸਟਰੀ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ, ਉਹਨੂੰ ਫਿਊਚਰ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ। ਯੂਪੀਐਸਸੀ ਇੰਨੀ ਕੀ ਡਿਮਾਂਡ ਕਰਦੀ, ਔਰ ਜਿਹੜੀ ਤੁਹਾਡੀ ਆਂਸਰ ਸ਼ੀਟ ਹੈ ਉਹਦੇ ਤੇ ਵਾਪਸ ਆਉਣਾ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪ੍ਰੈਜੈਂਟ ਕਰਦੀ ਹੈ ਤੁਹਾਡੀ ਆਂਸਰ ਸ਼ੀਟ, ਤੁਹਾਨੂੰ ਧਿਆਨ ਰੱਖਣਾ ਇਸ ਚੀਜ਼ ਦਾ। ਤੁਹਾਡੀ ਆਂਸਰ ਸ਼ੀਟ ਨੇ ਤੁਹਾਡੇ ਬਾਰੇ ਬੋਲਣਾ ਹੈ ਉੱਥੇ ਜਾ ਕੇ ਕਿ ਤੁਸੀਂ ਕੌਣ ਹੋ, ਇੱਕ ਚੀਜ਼, ਦੂਸਰੀ ਤੁਸੀਂ ਕੀ ਸੋਚਦੇ ਹੋ, ਤੁਹਾਡਾ ਥਾਟ ਪੈਟਰਨ ਕੀ ਹੈ। ਜਿਹੜੇ ਬੱਚੇ ਆਂਸਰ ਰਾਈਟਿੰਗ ਲਿਟਰੇਚਰ ਦੀ ਕਰ ਰਹੇ ਉਹਨਾਂ ਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਹੋਣਗੀਆਂ ਕਿ ਕਿੱਥੋਂ ਗੱਲ ਹੋ ਰਹੀ ਹੈ। ਇੱਕ ਇੱਕ ਵਰਡ ਜਿਹੜਾ ਲਿਖਿਆ ਗਿਆ ਨਾ ਉਹਦੇ ਚੋਂ ਪਤਾ ਲੱਗਦਾ ਹੁੰਦਾ ਕਿ ਸਾਡੀ ਪਰਸਨੈਲਿਟੀ ਕੀ ਹੈ, ਇੱਕ ਇੱਕ ਵਰਡ ਦੇ ਵਿੱਚ। ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿਸੇ ਖਾਸ ਧਰਮ ਦੀ ਗੱਲ ਤਾਂ ਨਹੀਂ ਕਰ ਰਹੇ ਅਸੀਂ, ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਅਸੀਂ ਗੱਲ ਕਰਦੇ ਨਹੀਂ, ਕੌਨਸ਼ੀਅਸ ਲੈਵਲ ਤੇ ਨਹੀਂ ਸਾਡੇ ਧਿਆਨ 'ਚ ਹੁੰਦੀਆਂ ਉਹ ਚੀਜ਼ਾਂ। ਤਾਂ ਯੂਪੀਐਸਸੀ ਉਹ ਬਹੁਤ ਬਰੀਕੀ ਦੇ ਨਾਲ ਚੀਜ਼ਾਂ ਨੂੰ ਵੇਖ ਰਹੀ ਹੁੰਦੀ, ਹੋਰ ਕੁਛ ਨਹੀਂ, ਬਹੁਤ ਵੱਡੀਆਂ ਚੀਜ਼ਾਂ ਕੁਛ ਨਹੀਂ ਚੈੱਕ ਕਰ ਰਹੀ ਹੁੰਦੀ। ਇੱਕ ਹੋਰ ਸੱਚ ਦੱਸ ਦੇਣਾ ਯੂਪੀਐਸਸੀ ਦਾ, ਜਦੋਂ ਮੈਂ ਤਿਆਰੀ ਕਰਦਾ ਸੀ ਤਾਂ ਮੈਨੂੰ ਇੱਕ ਮੌਕਾ ਮਿਲਿਆ ਯੂਪੀਐਸਸੀ ਦੇ ਇੱਕ ਐਗਜ਼ਾਮਿਨਰ, ਜਿਹੜੇ ਪਹਿਲਾਂ ਐਗਜ਼ਾਮਿਨਰ ਰਹੇ ਹੋਏ ਸੀ ਉਹਨਾਂ ਨੂੰ ਮਿਲਦਾ, ਪੰਜਾਬੀ ਲਿਟਰੇਚਰ ਦੇ ਸੀ ਉਹ, ਮੈਨੂੰ ਕਿਸੇ ਦੋਸਤ ਨੇ ਉਹਨਾਂ ਦੇ ਨਾਲ ਮਿਲਵਾਇਆ, ਤੇ ਸ਼ਾਇਦ ਉਸ ਵੇਲੇ ਵੀ ਹੋਣ ਉਹ, ਕਿਉਂਕਿ ਉਹ ਕਦੇ ਵੀ ਐਕਸਪੋਜ਼ ਨਹੀਂ ਕਰਦੇ ਹੁੰਦੇ ਉਹ ਲੋਕ, ਉਹ ਇੱਕ ਓਥ ਹੁੰਦੀ ਹੈ ਸੀਕ੍ਰੇਸੀ। ਤਾਂ ਮੈਂ ਉਹਨਾਂ ਨੂੰ ਪੁੱਛਿਆ ਉਸ ਵੇਲੇ, ਮੈਂ ਦਿੱਲੀ ਰਹਿੰਦਾ ਸੀ, ਮੈਂ ਕਿਹਾ ਸਰ ਮੈਨੂੰ ਇੱਕ ਚੀਜ਼ ਦੱਸ ਦਿਓ ਬਸ, ਯੂਪੀਐਸਸੀ ਚਾਹੁੰਦੀ ਕੀ ਹੁੰਦੀ ਹੈ, ਕੀ ਚੈੱਕ ਕਰਦੀ ਹੈ। ਉਹ ਕਹਿੰਦੇ ਬੇਟੇ ਅਸੀਂ ਕੁਛ ਨਹੀਂ ਦੇਖਦੇ ਹੁੰਦੇ, ਕਹਿੰਦੇ ਮੈਂ ਐਗਜ਼ਾਮਿਨਰ ਰਿਹਾ, ਕੁਛ ਨਹੀਂ, ਅਸੀਂ ਤੁਹਾਨੂੰ ਬੱਚਿਆਂ ਵਾਂਗੂ ਟ੍ਰੀਟ ਕਰਦੇ। ਉਹਨੇ ਕਿ ਬੱਚੇ ਨੇ, ਬੱਚੇ ਨੇ, ਅਸੀਂ ਕੋਈ ਬਹੁਤ ਵੱਡੀਆਂ ਚੀਜ਼ਾਂ ਨਹੀਂ ਮੰਗ ਰਹੇ ਹੁੰਦੇ ਤੁਹਾਡੇ ਕੋਲੋਂ, ਕਹਿੰਦੇ ਸਾਨੂੰ ਹੁੰਦਾ ਬਸ ਤੁਹਾਨੂੰ ਕੁਐਸਚਨ ਪੁੱਛਿਆ, ਸਿੰਪਲ ਜੇ ਸਧਾਰਨ ਜੀ ਲੈਂਗੁਏਜ, ਬਸ ਸਾਨੂੰ ਉਹਦਾ ਜਵਾਬ ਦੇ ਦਿਓ। ਕਹਿੰਦੇ ਸਾਨੂੰ ਹੋਰ ਕੁਛ ਨਹੀਂ, ਅਸੀਂ ਕਦੇ ਵੀ ਨਹੀਂ ਕਹਿੰਦੇ ਐਕਸਪੈਕਟ ਕਰਦੇ, ਸਾਨੂੰ ਪਤਾ ਹੁੰਦਾ ਤੁਸੀਂ ਬੱਚੇ ਹੋ, ਸਾਨੂੰ ਪਤਾ ਇਸ ਚੀਜ਼ ਦਾ ਵੀ ਤੁਸੀਂ ਬਹੁਤ ਪ੍ਰੈਸ਼ਰ ਦੇ ਵਿੱਚ ਰਹਿ ਕੇ ਪੜ੍ਹ ਰਹੇ ਹੋ, ਬਹੁਤ ਤਿਆਰੀਆਂ ਕਰ ਰਹੇ ਹੋ, ਬਹੁਤ ਕੁਝ ਸੈਕਰੀਫਾਈਸ ਕਰ ਰਹੇ ਹੋ ਆਪਣੀ ਲਾਈਫ ਦਾ, ਉਹ ਕਹਿੰਦੇ ਬਸ ਸਿੰਪਲ ਜੀ ਸਾਡੀ ਚੀਜ਼ ਹੁੰਦੀ ਵੀ ਜੋ ਅਸੀਂ ਪੁੱਛਿਆ ਕਹਿੰਦੇ ਉਹ ਦੇ ਜੋ, ਕਹਿੰਦੇ ਬੱਚੇ ਉਹੀ ਨਹੀਂ ਲਿਖ ਕੇ ਆਉਂਦੇ, ਹੋਰ ਹੀ ਕੁਝ ਲਿਖ ਕੇ ਆਉਂਦੇ। ਇਸੇ ਕਰਕੇ
ਆਪਾਂ ਹੁਣੇ ਆਂਸਰ ਰਾਈਟਿੰਗ ਸ਼ੁਰੂ ਕਰਨੀ। ਤੁਸੀਂ ਕਿਸੇ ਵੀ ਇੰਸਟੀਟਿਊਟ ਤੋਂ ਕਰ ਰਹੇ ਹੋ, ਕਿਤੋਂ ਵੀ ਕਰ ਰਹੇ ਹੋ, ਸੈਲਫ ਸਟੱਡੀ ਕਰ ਰਹੇ ਹੋ। ਵੈਸੇ ਮੈਂ ਇੱਕ ਚੀਜ਼ ਫਿਰ ਕਹਾਂਗਾ, ਜੇ ਸੈਲਫ ਸਟੱਡੀ ਕਰ ਰਹੇ ਹੋ ਨਾ, ਤਾਂ ਮੈਂ ਇੱਕ ਇੰਨੀ ਕੁ ਚੀਜ਼ ਜ਼ਰੂਰ ਕਹਾਂਗਾ, ਕਿਸੇ ਨਾ ਕਿਸੇ ਮੈਂਟੋਰ ਦੇ ਨਾਲ ਜ਼ਰੂਰ ਜੁੜ ਜਾਓ, ਜ਼ਰੂਰ ਜੁੜ ਜਾਓ। ਉਹ ਤੁਹਾਡੀ ਇਨਵੈਸਟਮੈਂਟ ਹੈ, ਕੋਈ ਖਰਚਾ ਨਹੀਂ ਹੋਗਾ ਉਹਦੇ 'ਚ। ਇਹ ਨਾ ਵੇਖੋ ਮੈਂ ਤੁਹਾਡੇ ਕੈਰੀਅਰ ਨੂੰ ਲੈ ਕੇ ਕਹਿ ਰਿਹਾ, ਤੁਸੀਂ ਇੰਨੇ ਸਾਲ ਜੇ ਲਗਾ ਰਹੇ ਹੋ, ਇੰਨੀ ਆਪਣੀ ਟਾਈਮ ਲਗਾ ਰਹੇ ਹੋ, ਤੁਸੀਂ ਇਸ ਵੇਲੇ ਕਿਸੇ ਜੌਬ 'ਚ ਹੋ ਕੇ ਪੈਸਾ ਕਮਾ ਸਕਦੇ ਸੀ, ਉਹ ਤੋਂ ਉੱਪਰ ਲਾ ਵੀ ਰਹੇ ਹੋ, ਥੋੜ੍ਹਾ ਜਿਹਾ ਹੋਰ ਲਗਾ ਦਿਓ ਬਸ। ਮੰਨ ਲਓ ਕਿ ਤੁਹਾਨੂੰ ਕੁਝ ਨਹੀਂ ਮਿਲੇਗਾ ਉਹਦੇ ਕੋਲੋਂ, ਮੈਂਟਰ ਤੋਂ ਤੁਸੀਂ ਕੁਝ ਨਹੀਂ ਮਿਲਿਆ, ਰਾਈਟ, ਓਕੇ, ਕੀ ਗਵਾਲਾਂਗੇ ਆਪਾਂ? 15, 20, 25, 30 ਹਜ਼ਾਰ ਰੁਪਏ ਜਾਏਗਾ ਨਾ। ਅੱਜ ਤੋਂ 2 ਸਾਲ ਬਾਅਦ ਉਹ ਕੋਈ ਮੈਟਰ ਨਹੀਂ ਕਰਦਾ, 30 ਹਜ਼ਾਰ ਰੁਪਏ ਅੱਜ ਸਾਡੇ ਵਾਸਤੇ ਬਹੁਤ ਵੱਡਾ ਹੋ ਸਕਦਾ, ਅੱਜ ਤੋਂ 2 ਸਾਲ ਬਾਅਦ ਉਹਦੀ ਕੋਈ ਵਰਥ ਨਹੀਂ। ਮੰਨ ਲਓ ਸਾਨੂੰ ਲੱਗਿਆ ਸਾਨੂੰ ਕੁਝ ਨਹੀਂ ਮਿਲ ਰਿਹਾ, ਵੈਸੇ ਕਦੇ ਹੁੰਦਾ ਨਹੀਂ ਵੀ ਅਸੀਂ ਕਿਸੇ ਵੀ ਮੈਂਟੋਰ ਕੋਲ ਜਾਈਏ ਤੇ ਸਾਨੂੰ ਕੁਝ ਵੀ ਨਾ ਸਿੱਖਣ ਨੂੰ ਮਿਲੇ, ਇਹ ਕਦੇ ਨਹੀਂ ਹੋ ਜਾਂਦਾ ਅੱਜ ਤੱਕ, ਕਿਉਂਕਿ ਮਾਰਕੀਟ 'ਚ ਉਹੀ ਲੋਕ ਸਰਵਾਈਵ ਕਰ ਰਹੇ, ਉਹੀ ਟ੍ਰੇਨਰ, ਉਹੀ ਟੀਚਰ ਸਰਵਾਈਵ ਕਰ ਰਹੇ ਜਿਹੜੇ ਕੁਝ ਦੇ ਰਹੇ ਹੈ, ਜਿਹੜਾ ਕੁਝ ਦੇ ਹੀ ਨਹੀਂ ਰਿਹਾ ਉਹ ਨਹੀਂ ਸਰਵਾਈਵ ਕਰ ਸਕੇਗਾ, ਸਿੰਪਲ ਜੀ ਗੱਲ ਹੈ। ਜੇ ਕੋਈ ਸਰਵਾਈਵ ਕਰ ਰਿਹਾ, ਇਟ ਮੀਨਸ ਉਹ ਕੁਝ ਦੇ ਰਿਹਾ ਬੱਚਿਆਂ ਨੂੰ। ਤਾਂ ਇੱਕ ਗਾਈਡ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਅਸੀਂ ਕਹਿ ਦਿੰਦੇ ਨਾ, ਗੁਰੂ ਬਿਨਾਂ ਗਤ ਨਹੀਂ। ਗੁਰੂ ਤਾਂ ਚਲੋ ਬਹੁਤ ਵੱਡੀ ਚੀਜ਼ ਹੁੰਦਾ, ਇੱਕ ਮੈਂਟੋਰ ਬਹੁਤ ਜ਼ਰੂਰੀ ਹੈ ਜਿਹੜਾ ਸਾਨੂੰ ਦੱਸਦਾ ਰਹੇ ਕਿ ਕੀ ਲਿਖਣਾ ਕੀ ਨਹੀਂ ਲਿਖਣਾ, ਕਿੱਦਾਂ ਦੀ ਆਂਸਰ ਰਾਈਟਿੰਗ ਕਿਵੇਂ ਕਰਨੀ ਹੁੰਦੀ, ਰਾਈਟ। ਅਗਲੀ ਚੀਜ਼, ਨੈਕਸਟ, ਕਮਿੰਗ ਬੈਕ ਟੂ ਦਾ ਪੁਆਇੰਟ, ਤੁਸੀਂ ਕੌਣ ਹੋ, ਤੁਸੀਂ ਕੀ ਸੋਚਦੇ ਹੋ? ਹੁਣ ਇਸ ਚੀਜ਼ ਨੂੰ ਅਸੀਂ ਪਛਾਣੀਏ ਕਿਵੇਂ ਆਪਣੇ ਅੰਦਰ, ਕਿ ਮੈਂ ਕੀ ਸੋਚਣਾ, ਫਿਰ ਮੈਂ ਕੀ ਲਿਖ ਕੇ ਆਵਾਂ ਆਂਸਰ ਸ਼ੀਟ ਤੇ। ਸੋਚਣਾ ਸ਼ੁਰੂ ਕਰ ਦਿਓ ਇੱਕ ਆਈਏਐਸ ਦੀ ਤਰ੍ਹਾਂ, ਬਸ ਇੱਕ ਮੈਂ ਆਈਏਐਸ ਹੈਗਾ, ਮੈਂ ਚੇਅਰ ਤੇ ਬੈਠਾ ਹੋਇਆ, ਮੈਂ ਕਿਵੇਂ ਸੋਚਾਂਗਾ ਜਦੋਂ ਮੇਰੇ ਸਾਹਮਣੇ ਕੋਈ ਪ੍ਰੋਬਲਮ ਆ ਗਈ, ਕਿਵੇਂ ਸੋਚਾਂਗਾ ਮੈਂ? ਉਹ ਮਲਟੀ ਡਾਇਮੈਂਸ਼ਨਲ ਸੋਚ ਰਿਹਾ ਹੁੰਦਾ, ਇੰਟਰਲਿੰਕ ਕਰ ਰਿਹਾ ਹੁੰਦਾ ਚੀਜ਼ਾਂ ਨੂੰ, ਔਰ ਲੌਜੀਕਲ ਸੋਚ ਰਿਹਾ ਹੁੰਦਾ, ਰੀਜ਼ਨਿੰਗ ਦੇ ਰਿਹਾ ਹੁੰਦਾ, ਰੀਜ਼ਨਿੰਗ ਭਾਵ ਕਾਰਨ ਦੇ ਰਿਹਾ ਹੁੰਦਾ ਕਿ ਕਾਰਨ ਕੀ ਨੇ ਕਿਸੇ ਵੀ ਚੀਜ਼ ਦੇ ਪਿੱਛੇ, ਕਿਉਂ ਕੋਈ ਚੀਜ਼ ਹੋ ਰਹੀ ਹੈ। ਗੈਟਿੰਗ ਦਾ ਪੁਆਇੰਟ? ਹਾਂਜੀ, ਬਹੁਤ ਵਾਰੀ ਮੈਂ ਗੱਲਾਂ 'ਚ ਇਹ ਕਹਿਣਾ ਹੁੰਦਾ ਇੱਕ ਚੀਜ਼, ਕਿ ਇਹ ਜਿਹੜਾ ਐਗਜ਼ਾਮ ਹੈ ਇਹ ਕੋਈ ਅਕੈਡਮਿਕ ਐਗਜ਼ਾਮ ਨਹੀਂ ਹੈਗਾ, ਕਿ ਆਪਾਂ ਕੋਈ ਬੀਟੈਕ ਵਾਸਤੇ ਐਂਟਰੈਂਸ ਦੇ ਰਹੇ ਹਾਂ ਜਾਂ MBBS ਵਾਸਤੇ ਐਂਟਰੈਂਸ ਦੇ ਰਹੇ ਹਾਂ ਤੇ ਉਹ ਤੋਂ ਬਾਅਦ ਫਿਰ ਕੋਰਸ ਹੋਏਗਾ, ਫਿਰ ਆਪਾਂ ਇੰਜੀਨੀਅਰ ਜਾਂ ਡਾਕਟਰ ਬਣਾਂਗੇ। ਜਿਸ ਦਿਨ ਤੁਹਾਡਾ ਰਿਜ਼ਲਟ ਹੈਗਾ, ਤੁਸੀਂ IAS ਹੈਗੇ ਹੋ, ਉਸ ਦਿਨ ਸ਼ਾਮ ਨੂੰ 2 ਕਰੋੜ 3 ਕਰੋੜ ਕਿੰਨਾ ਮੁੱਲ ਪਾਉਣਾ ਉਹ ਤੁਹਾਡੇ ਤੇ ਹੈ, ਕਿੰਨਾ ਮੁੱਲ ਪਾਉਣਾ ਆਪਣਾ ਸ਼ਾਮ ਨੂੰ, ਉਸ ਦਿਨ ਤੁਸੀਂ ਹੈਗੇ ਹੋ, ਠੀਕ ਹੈ? ਇਹਦਾ ਮਤਲਬ ਕੀ ਹੈ, ਉਹਨਾਂ ਨੇ ਤੁਹਾਨੂੰ ਕੋਈ ਟ੍ਰੇਨਿੰਗ ਨਹੀਂ ਦੇਣੀ, ਉਹ ਤੁਹਾਡੇ ਚੋਂ ਲੱਭ ਰਹੇ ਆ ਕਿ ਕੀ ਤੁਹਾਡੇ ਵਿੱਚੋਂ ਹੈ ਪਰਸਨੈਲਿਟੀ। ਇਸ ਕੋਚਿੰਗ ਦੇ ਦੌਰਾਨ, ਆਪਣੀ ਆਂਸਰ ਰਾਈਟਿੰਗ ਪ੍ਰੈਕਟਿਸ ਦੇ ਦੌਰਾਨ, ਅਸੀਂ ਉਸ ਆਪਣੀ ਪਰਸਨੈਲਿਟੀ ਨੂੰ ਬ੍ਰਸ਼ ਅਪ ਕਰਨਾ ਹੈ ਬਸ। ਔਰ ਸਭ ਤੋਂ ਬੈਸਟ ਪ੍ਰੈਕਟਿਸ ਕੀ ਹੈ? ਆਂਸਰ ਰਾਈਟਿੰਗ। ਆਂਸਰ ਰਾਈਟਿੰਗ ਨੇ ਤੁਹਾਡੇ ਅੰਦਰੋਂ ਚੀਜ਼ ਕੱਢਣੀ ਹੈ। ਜਿੰਨਾ ਲਿਖੋਗੇ, ਲਿਖ ਕੇ ਚੈੱਕ ਜ਼ਰੂਰ ਕਰਵਾਉਣਾ, ਇਹ ਨਹੀਂ ਕਿ ਆਪ ਹੀ ਲਿਖ ਲਏ ਤੇ ਆਪ ਹੀ ਚੈੱਕ ਕਰ ਲਏ, ਉਹਦਾ ਕੋਈ ਫਾਇਦਾ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ। ਔਰ ਰੈਗੂਲਰ ਆਂਸਰ ਰਾਈਟਿੰਗ ਰੈਗੂਲਰ ਕਰਨੀ ਜ਼ਰੂਰੀ ਹੈ। ਬਹੁਤ ਵਾਰੀ ਮਨ ਕਹੇਗਾ ਕਿ ਨਹੀਂ ਇਹ ਤਾਂ ਟੌਪਿਕ ਆਉਂਦਾ ਹੀ ਆ, ਆਪਣੇ ਆਪ ਨੂੰ 2 ਹੀ ਕੁਐਸਚਨ ਕਰ ਲਿਆ ਕਰੋ ਬਸ, ਜਦੋਂ ਵੀ ਮਨ ਲੇਜੀ ਹੋਵੇ ਨਾ, 2 ਕੁਐਸਚਨ ਕਰ ਲੈਣੇ ਆਪਣੇ ਆਪ ਨੂੰ, ਮਨ ਕਹੇਗਾ ਆਉਂਦਾ ਹੀ ਹੈ, ਤਾਂ ਫਿਰ ਆਪਣੇ ਆਪ ਨੂੰ ਕਹਿਣਾ ਠੀਕ ਹੈ ਜੇ ਆਉਂਦਾ ਹੀ ਹੈ ਫਿਰ ਲਿਖ ਦੇ, ਫਿਰ ਸਮੱਸਿਆ ਕਾਹਦੀ ਹੈ, ਫਿਰ ਭੱਜਣਾ ਕਿਸ ਗੱਲ ਤੋਂ, ਜਦੋਂ ਆਉਂਦਾ ਹੈ 5 ਮਿੰਟ ਲਾ ਕੇ ਲਿਖ ਦਿੰਦੇ ਹਾਂ ਆਪਾਂ। ਜੇ ਮਨ ਕਹੇਗਾ ਨਹੀਂ ਆਉਂਦਾ ਤੇ ਫਿਰ ਲਿਖ ਦਿੰਦੇ, ਫਿਰ ਲਿਖ ਕੇ ਸਿੱਖਾਂਗੇ, ਦੋਨੋਂ ਪਾਸੇ ਕਿਸੇ ਪਾਸੇ ਭੱਜਣ ਨਹੀਂ ਦੇਣਾ।
हाँ, बस एक चीज का ख्याल रखना नाल में, एक चीज जिहड़ी बहुत जरूरी है, नाल नाल अपनी मेंटल हेल्थ का ख्याल जरूर रखना। तुहाडे शौक ने म्यूजिक सुनना, दिन च अद्धा घंटा सुनो, रज के सुनो अद्धा घंटा, खेडना, जिम जाना, योगा करना, सैर करना दब के करो, 2 घंटे करदे सी 1 घंटा शुरू कर दे, बस करो, सुप्रेस नहीं करना कदे भी अपने किसी शौक को। घूमन फिरन का शौक है, घूमो फिरो, यूपीएससी कोई इदां दे सैक्रीफाइसेस नहीं मंगदी कदे भी। ਆਪਣੇ ਮਾਈਂਡ ਨੂੰ ਫਰੈਸ਼ ਰੱਖਣਾ ਬਹੁਤ ਜ਼ਰੂਰੀ ਹੈ, ਜਿੰਨਾ ਉਹਨੂੰ ਫਰੈਸ਼ ਰੱਖੋਗੇ ਉਨੀ ਉਹ ਆਉਟਪੁੱਟ ਦੇਵੇਗਾ ਤੁਹਾਨੂੰ। ਪਰ ਜਦੋਂ ਪੜ੍ਹ ਰਹੇ ਹੋ ਬਸ ਫਿਰ ਉਦੋਂ ਪੜ੍ਹ ਰਹੇ ਹੋ, ਉਦੋਂ ਫਿਰ ਦੁਨੀਆ ਚੇਤੇ ਨਹੀਂ ਹੈਗੀ। ਇਹ ਨਹੀਂ ਕਿ ਮੈਨੂੰ ਕੀ ਚੰਗਾ ਲੱਗਦਾ, ਇਹ ਦੇਖਣਾ ਜ਼ਰੂਰਤ ਕਿਸ ਚੀਜ਼ ਦੀ ਹੈ ਇਸ ਐਗਜ਼ਾਮ ਵਾਸਤੇ, ਕਿਉਂਕਿ ਕਈ ਵਾਰੀ ਹੁੰਦਾ ਸਾਨੂੰ ਅਕਸਰ ਜਿਹੜਾ ਸਾਡਾ ਹੁਣ ਤੱਕ ਦਾ ਐਜੂਕੇਸ਼ਨ ਪੈਟਰਨ ਹੈ ਨਾ, ਉਹਦੇ ਵਿੱਚ ਸਾਡੇ ਕੋਲ ਰਾਈਟਿੰਗ ਬਹੁਤ ਜ਼ਿਆਦਾ ਨਹੀਂ ਹੁੰਦੀ, ਸਾਡੇ ਕਲਚਰ ਨਹੀਂ ਹੈਗਾ ਬਹੁਤ ਜ਼ਿਆਦਾ ਰਾਈਟਿੰਗ ਦਾ, ਉਹਦਾ ਕਲਚਰ ਅਸੀਂ ਬਣਾਉਣਾ ਹੈ ਆਪਣੇ ਅੰਦਰ, ਕਿਉਂਕਿ ਸਾਨੂੰ ਲੋੜ ਹੈ, ਕਿਉਂਕਿ ਅਸੀਂ ਉਹ ਕਾਲਜ ਲਾਈਫ ਤੋਂ ਬਾਹਰ ਆ ਚੁੱਕੇ ਹਾਂ, ਹੁਣ ਸਾਡੀਆਂ ਲੋੜਾਂ ਹੋਰ ਨੇ। ਰਾਈਟ, ਗੈਟਿੰਗ ਦਾ ਪੁਆਇੰਟ ਕਲੀਅਰ ਹੈ ਜੀ ਇੱਥੋਂ ਤੱਕ? ਹਾਂਜੀ, ਕੋਈ ਡਾਊਟ, ਐਨੀ ਡਾਊਟ ਪਲੀਜ਼ ਯੂ ਕੈਨ ਰੇਜ਼ ਯੋਰ ਹੈਂਡ, ਡਿਜੀਟਲ ਹੈਂਡ ਰੇਜ਼ ਕਰ ਸਕਦੇ ਹੋ ਅਗਰ ਕੋਈ ਵੀ ਡਾਊਟ ਹੈਗਾ ਤਾਂ ਹੁਣ ਤੱਕ। ਓਕੇ ਗੁੱਡ, ਨੈਕਸਟ ਚੀਜ਼, ਇੱਕ ਚੀਜ਼ ਦਾ ਖਿਆਲ ਰੱਖਣਾ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀ ਹੁਣ ਤੱਕ ਆਪਾਂ ਗੱਲ ਕੀਤੀ ਹੈ ਨਾ, ਜਿੰਨੀ ਕੋਈ ਵਿਅਕਤੀ ਪੜ੍ਹ 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 ਕੇ ਮਿਹਨਤ ਕਰ ਰਿਹਾ ਹੁੰਦਾ, ਇਹ ਚੀਜ਼ਾਂ ਉਹ ਤੋਂ ਸਿੰਪਲ ਨੇ, ਮੈਂ ਇਸ ਚੀਜ਼ ਦੀ ਗਰੰਟੀ ਦੇ ਦਿੰਦਾ, ਲਿਖਣਾ ਉਹ ਤੋਂ ਸਿੰਪਲ ਹੈ, ਜਿੰਨੀ ਜਲਦੀ ਲਿਖਣਾ ਸ਼ੁਰੂ ਕਰ ਦੇਵਾਂਗੇ, ਜਿੰਨੀ ਜਲਦੀ ਆਂਸਰ ਰਾਈਟਿੰਗ ਸ਼ੁਰੂ ਕਰ ਦੇਵਾਂਗੇ। ਦੂਸਰੀ ਚੀਜ਼ ਆਉਂਦੀ ਹੈ, ਅਕਸਰ ਕੀ ਹੁੰਦਾ ਹੈ ਕਿ ਜਦੋਂ ਹੀ ਅਸੀਂ ਆਂਸਰ ਲਿਖਣਾ ਸ਼ੁਰੂ ਕਰਦੇ ਹਾਂ, ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਅਸੀਂ ਮਾਰਕਸ ਲੈਣੇ ਨਹੀਂ ਸ਼ੁਰੂ ਕਰਦੇ, ਮਾਰਕਸ ਘਟਾਉਣੇ ਸ਼ੁਰੂ ਕਰ ਦਿੰਦੇ ਹਾਂ, ਸਾਡੇ ਆਂਸਰਸ ਇਦਾਂ ਦੇ ਹੁੰਦੇ ਆ। ਰਾਈਟ, ਅਗਲੀ ਚੀਜ਼, ਕੋਈ ਵੀ ਵਿਅਕਤੀ ਤੁਹਾਨੂੰ ਮਾਰਕਸ ਨਹੀਂ ਦੇਵੇਗਾ, ਮਾਰਕਸ ਲੈਣੇ ਪੈਣਗੇ, ਦਿੰਦਾ ਕੋਈ ਨਹੀਂ। ਇਹ ਕਦੇ ਨਾ ਸੋਚਿਓ ਕਿ ਯੂਪੀਐਸਸੀ ਨੇ ਮਾਰਕਸ ਨਹੀਂ ਦਿੱਤੇ ਮੈਨੂੰ, ਜਾਂ ਮੈਂ ਪਿਛਲੇ ਵਾਰੀ ਮੇਨ ਦਿੱਤਾ ਸੀ ਯੂਪੀਐਸਸੀ ਨੇ ਮਾਰਕਸ ਨਹੀਂ ਦਿੱਤੇ, ਨਹੀਂ, ਕੋਈ ਵਿਅਕਤੀ ਮਾਰਕਸ ਨਹੀਂ ਦਿੰਦਾ, ਕੋਈ ਵਿਅਕਤੀ ਮਾਰਕਸ ਰੱਖਦਾ ਨਹੀਂ। ਮੈਨੂੰ 13 ਸਾਲ ਤੋਂ ਵੱਧ ਹੋ ਗਏ ਟੀਚ ਕਰਦੇ ਨੂੰ ਯੂਪੀਐਸਸੀ ਦੇ ਵਿੱਚ, ਅੱਜ ਤੱਕ ਕਦੇ ਹੋਇਆ ਨਹੀਂ ਕਿ ਮੈਂ ਕਿਸੇ ਦਾ ਹੱਕ ਰੱਖ ਸਕਿਆ ਹੋਵਾਂ, ਯਾਰ ਇਹ ਡਿਜ਼ਰਵ ਕਰਦਾ ਬੱਚਾ ਤੇ ਮੈਂ ਉਹਨੂੰ ਘੱਟ ਨੰਬਰ ਦਿੱਤੇ ਹੋਣ, ਤੇ ਜਾਂ ਮੈਂ ਐਵੇਂ ਦੇਤੇ ਹੋਣ, ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ, ਉਹ ਲੈਣੇ ਪੈਂਦੇ ਆ। ਇੱਕ ਗੱਲ ਦਾ ਖਿਆਲ ਰੱਖਣਾ, ਮੈਨੂੰ ਲੈਣੇ ਪੈਣਗੇ, ਦੇਗਾ ਕੋਈ ਨਹੀਂ, ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਨਾ ਹੱਕ ਲੈਣੇ ਪੈਂਦੇ ਆ, ਕੋਈ ਨਹੀਂ ਦਿੰਦਾ, ਉਵੇਂ ਮਾਰਕਸ ਲੈਣੇ ਪੈਣਗੇ। ਔਰ ਦੂਸਰੀ ਚੀਜ਼, ਅਕਸਰ ਜਦੋਂ ਅਸੀਂ ਪ੍ਰੋਪਰ ਆਂਸਰ ਰਾਈਟਿੰਗ ਨਹੀਂ ਕਰਦੇ, ਜਦੋਂ ਅਸੀਂ ਚੈੱਕ ਨਹੀਂ ਕਰਵਾਉਂਦੇ ਪ੍ਰੋਪਰ ਆਂਸਰਸ ਮੈਂਟੋਰ ਤੋਂ, ਉਸ ਵੇਲੇ ਜਿਹੜੇ ਸਾਡੇ ਆਂਸਰਸ ਹੁੰਦੇ ਆ, ਮੈਂ ਫਿਰ ਦੁਹਰਾਉਣਾ, ਅਸੀਂ ਮਾਰਕਸ ਲੈ ਨਹੀਂ ਰਹੇ ਹੁੰਦੇ, ਅਸੀਂ ਘਟਾਉਣੇ ਸ਼ੁਰੂ ਕਰ ਦਿੰਦੇ ਹਾਂ ਪਹਿਲੀ ਲਾਈਨ ਤੋਂ ਹੀ ਆਪਣੇ ਮਾਰਕਸ, ਅਸੀਂ ਇਦਾਂ ਦੇ ਆਂਸਰਸ ਲਿਖ ਰਹੇ ਹੁੰਦੇ ਹਾਂ, ਪਲੀਜ਼ ਡੋਂਟ ਮਾਈਂਡ, ਇਹ ਸੱਚ ਗੱਲ ਹੈ, ਇਹ ਸੱਚ ਹੈ, ਮੈਂ ਤੁਹਾਡੇ ਫਾਇਦੇ ਲਈ ਇਹ ਗੱਲ ਕਹਿ ਰਿਹਾ, ਮੈਂ ਕੋਈ ਇਹ ਨਹੀਂ ਕਿ ਕਿਸੇ ਨੂੰ ਪਰਸਨਲੀ ਮੈਂ ਕਹਿ ਰਿਹਾ ਕਿ ਨਹੀਂ ਤੁਹਾਨੂੰ ਲਿਖਣਾ ਨਹੀਂ ਆਉਂਦਾ, ਨਹੀਂ ਇਦਾਂ ਦੀ ਗੱਲ ਨਹੀਂ ਹੈਗੀ, ਇਹ ਨਵੀਂ ਚੀਜ਼ ਅਸੀਂ ਸਿੱਖਣੀ ਹੈ ਜੀ, ਜਿੱਥੇ ਮੈਨੂੰ ਲੱਗਦਾ ਐਜ਼ ਏ ਟੀਚਰ ਮੈਂ ਤੁਹਾਨੂੰ ਇੱਕ ਅਵੇਅਰ ਕਰ ਦਿਆਂ, ਬਾਕੀ ਤੁਹਾਡੀ ਇੱਛਾ ਤੁਸੀਂ ਕਿਵੇਂ ਆਪਣੇ ਕੈਰੀਅਰ ਨੂੰ ਚਲਾਉਣਾ ਹੈ। ਰਾਈਟ, ਆਂਸਰ ਸਾਡਾ ਕਿਵੇਂ ਹੋਣਾ ਚਾਹੀਦਾ, ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ। ਹੁਣ ਅਸੀਂ ਉਹਦੇ ਤੇ ਆਉਣੇ ਕਿ ਆਂਸਰ ਨੂੰ ਲਿਖਣਾ ਕਿਵੇਂ ਹੁੰਦਾ, ਛੋਟਾ ਜਿਹਾ ਇੱਕ ਬਰੀਫਿੰਗ ਕਰਦੇ ਹਾਂ ਅਸੀਂ, ਜਿਹੜੀ ਕਿ ਤੁਹਾਡੀ ਚ ਇਹ ਤੁਹਾਡੇ ਜਨਰਲ ਸਟੱਡੀਜ਼ ਦੇ ਵਿੱਚ ਵੀ ਤੁਹਾਨੂੰ ਕੰਮ ਦੇਣਗੀਆਂ ਇਹ ਚੀਜ਼ਾਂ, ਤੁਹਾਨੂੰ ਤੁਹਾਡਾ ਕੋਈ ਵੀ ਆਪਸ਼ਨ ਬੇਸਿਕਲੀ, ਮੇਰੇ ਖਿਆਲ 'ਚ ਸਾਰੇ ਬੱਚੇ ਲਿਟਰੇਚਰ ਦੀ ਹੈ, ਇੱਕ ਦੋ ਬੱਚਿਆਂ ਦੀ ਮੈਨੂੰ ਪਹਿਚਾਣ ਨਹੀਂ ਆ ਰਹੀ, ਹੋ ਸਕਦਾ ਕਿਸੇ ਹੋਰ ਲਿਟਰੇਚਰ ਦੇ ਹੋਣ ਜਾਂ ਕਿਸੇ ਹੋਰ ਇੰਸਟੀਚਿਊਟ ਤੋਂ ਹੋਵੋ। ਇਹ ਚੀਜ਼ਾਂ ਜੋ ਆਪਾਂ ਹੁਣ ਗੱਲ ਕਰਨ ਚੱਲੇ ਹਾਂ ਕਿ ਆਂਸਰ ਰਾਈਟਿੰਗ ਸਕਿੱਲਸ, ਇਹ ਤੁਹਾਨੂੰ ਹਰ ਐਸਪੈਕਟ ਤੋਂ ਕੰਮ ਦੇਣਗੀਆਂ, ਜੀਐਸ ਦੇ ਵਿੱਚ ਵੀ, ਤੁਹਾਨੂੰ ਇੰਟਰਵਿਊ ਦੇ ਵਿੱਚ ਵੀ, ਈਵਨ ਕਿ ਪਰ ਐਸਏ ਦੇ ਵਿੱਚ ਵੀ,
ਕਿਉਂਕਿ ਟੈਕਨੀਕ ਇੱਕੋ ਹੀ ਹੈ, ਚਾਹੇ ਤੁਹਾਡਾ ਆਪਸ਼ਨਲ ਸਬਜੈਕਟ ਆਏ। ਸਭ ਤੋਂ ਪਹਿਲੀ ਚੀਜ਼ ਕੀ ਹੈ, ਇਹ ਥੋੜ੍ਹੀ ਜਿਹੀ ਪੇਸ਼ੈਂਸ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਦੱਸਣ ਚੱਲੇ ਹਾਂ, ਤੁਹਾਨੂੰ ਪੇਸ਼ੈਂਸ ਰੱਖਣਾ ਪਏਗਾ। ਆਉਣ ਵਾਲੇ 2 ਹਫ਼ਤੇ ਉਹਨਾਂ ਦੀ ਪ੍ਰੈਕਟਿਸ ਕਰਦੇ, ਪੇਸ਼ੈਂਸ ਰੱਖਣਾ ਪਏਗਾ। 2 ਹਫ਼ਤਿਆਂ ਬਾਅਦ ਅੱਜ ਲਿਖ ਸਕਦੇ ਹੋ ਤੁਸੀਂ, 2 ਹਫ਼ਤੇ ਜੇ ਤੁਸੀਂ ਪੇਸ਼ੈਂਸ ਦੇ ਨਾਲ ਇਹ ਪ੍ਰੈਕਟਿਸ ਕਰ ਲਈ, ਤੁਹਾਡੇ ਸਾਹਮਣੇ ਰਿਜ਼ਲਟਸ ਆਉਣੇ ਸ਼ੁਰੂ ਹੋ ਜਾਣਗੇ। ਤੁਹਾਡੀ ਆਂਸਰ ਸ਼ੀਟ, ਤੁਹਾਡਾ ਲਿਖਿਆ ਹੋਇਆ ਆਂਸਰ ਆਪ ਬੋਲੇਗਾ ਕਿ ਯੈਸ ਮੈਨੂੰ ਖੁਸ਼ੀ ਹੁੰਦੀ ਹੈ। ਤੇ ਫਿਰ ਉਦੋਂ 2 ਹਫ਼ਤੇ ਪਹਿਲਾਂ ਦਾ ਆਂਸਰ ਕੱਢ ਕੇ ਵੀ ਪੜ੍ਹ ਲਿਓ ਇੱਕ ਵਾਰੀ ਆਪਣੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ 2 ਹਫ਼ਤੇ 'ਚ ਟ੍ਰਾਂਸਫਰਮੇਸ਼ਨ ਹੋ ਚੁੱਕੀ ਹੈ ਮੇਰੀ ਆਂਸਰ ਰਾਈਟਿੰਗ। ਸਭ ਤੋਂ ਪਹਿਲਾ ਪਾਠ ਕੀ ਹੈ, ਪਰ ਮੈਂ ਫਿਰ ਦੁਹਰਾਉਣਾ, ਅਦਰਵਾਈਜ਼ ਤੁਹਾਡੇ ਮਾਈਂਡ 'ਚ ਡਾਊਟ ਰਹਿ ਜਾਏਗਾ ਕਿ ਇੰਨੇ ਇਸ ਤਰੀਕੇ ਨਾਲ ਕੰਮ ਕਰਾਂਗੇ ਫਿਰ ਕੁਐਸਚਨ ਪੇਪਰ ਕਿਵੇਂ ਸੋਲਵ ਹੋਏਗਾ। ਮੈਂ ਕਹਿ ਰਿਹਾ 15 ਦਿਨ ਸਿਰਫ, ਉਸ ਤੋਂ ਬਾਅਦ ਉਹ ਟਾਈਮ ਘਟਣਾ ਸ਼ੁਰੂ ਹੋ ਜਾਏਗਾ ਤੁਹਾਡਾ। ਪਰ ਆਂਸਰ, ਸਭ ਤੋਂ ਪਹਿਲਾ ਪੁਆਇੰਟ, ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ, ਜੋ ਵੀ ਸਾਡੇ ਸਾਹਮਣੇ ਕੁਐਸਚਨ ਹੈ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਨਹੀਂ ਕਰਦੇ ਹੈਗੇ, ਸਾਨੂੰ ਇਹ ਅੰਡਰ ਸਮਝਣਾ ਪਏਗਾ। ਸਾਨੂੰ ਪਹਿਲਾਂ ਐਕਸੈਪਟ ਕਰਨਾ ਪਏਗਾ ਕਿ ਯੈਸ ਮੈਂ ਨਹੀਂ ਕਰ ਰਿਹਾ। ਜੇ ਹੁਣ ਤੱਕ ਆਪਾਂ ਆਂਸਰ ਰਾਈਟਿੰਗ ਕੀਤੀ ਹੈ, ਉਹਦੇ 'ਚ ਨਹੀਂ ਇੰਪਰੂਵਮੈਂਟਸ ਕੋਈ ਆ ਰਹੀਆਂ, ਸਾਡੀ ਆਂਸਰ ਰਾਈਟਿੰਗ, ਸਾਡਾ ਸਕੋਰ ਨਹੀਂ ਬਣ ਰਿਹਾ। ਜਨਰਲੀ ਜਦੋਂ ਅਸੀਂ ਕਿਸੇ ਇੰਸਟੀਟਿਊਟ ਜਾਂਦੇ ਕੋਈ ਆਂਸਰ ਰਾਈਟਿੰਗ ਸ਼ੁਰੂ ਕਰਦੇ ਹਾਂ ਨਾ, ਤਾਂ ਸਾਨੂੰ ਟੀਚਰਸ ਕੀ ਦੱਸਦੇ ਆ ਕਿ ਇਹਦੇ 'ਚ ਆਹ ਪੁਆਇੰਟਸ ਲਾ ਲਓ, ਇੰਟਰੋ ਦੇ ਵਿੱਚ ਆਹ ਪਾ ਦਿਓ। ਨਹੀਂ, ਉਹ ਇੱਕ ਚੀਜ਼ਾਂ ਅਗਲੇ ਲੈਵਲ ਦੀਆਂ, ਉਸ ਤੋਂ ਪਹਿਲਾਂ ਇੱਕ ਫਾਊਂਡੇਸ਼ਨ ਹੈ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜ਼ਰੂਰੀ ਆ ਆਪਣੇ ਕੁਐਸਚਨ ਨੂੰ ਅੰਡਰਸਟੈਂਡ ਕਰਨਾ ਐਗਜੈਕਟਲੀ ਕਿ ਕੁਐਸਚਨ ਦੇ ਵਿੱਚ ਪੁੱਛ ਕੀ ਰਿਹਾ ਐਗਜ਼ਾਮਿਨਰ। ਕਿਉਂਕਿ ਹੁੰਦਾ ਪਤਾ ਕੀ ਹੈ, ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ, ਹੁੰਦਾ ਕੀ ਹੈ ਜਨਰਲੀ, ਜਦੋਂ ਅਸੀਂ ਕੋਈ ਕੁਐਸਚਨ ਪੜ੍ਹ ਰਹੇ ਹਾਂ ਨਾ, ਆਲਰੇਡੀ ਹਿਊਮਨ ਮਾਈਂਡ ਦੀ ਇੱਕ ਟੈਂਡੈਂਸੀ, ਆਲਰੇਡੀ ਉਹਦੇ ਅੰਦਰ ਇੱਕ ਇੰਟਰਪ੍ਰੀਟੇਸ਼ਨ ਬਣੀ ਪਈ ਹੁੰਦੀ ਹੈ, ਉਹ ਉਸੇ ਇੰਟਰਪ੍ਰੀਟੇਸ਼ਨ ਨੂੰ ਲਾਗੂ ਕਰ ਦਿੰਦਾ ਉਸ ਕੁਐਸਚਨ ਦੇ, ਸਾਨੂੰ ਪਤਾ ਵੀ ਨਹੀਂ ਲੱਗਦਾ, ਸਾਨੂੰ ਪਤਾ ਵੀ ਨਹੀਂ ਲੱਗਦਾ, ਉਹਨੂੰ ਲਾਗੂ ਕਰ ਦਿੰਦਾ ਸਾਡਾ ਮਾਈਂਡ। ਉਹਨੂੰ ਕਹਿੰਦੇ ਅਸੀਂ ਸਬਜੈਕਟਿਵਿਟੀ, ਕਿ ਉਹ ਅਰਥ ਮੈਂ ਸਮਝ ਲਏ ਕੁਐਸਚਨ ਦੇ ਜੋ ਮੈਂ ਸਮਝਣਾ ਚਾਹੁੰਦਾ ਸੀ। ਗੈਟਿੰਗ ਦਾ ਪੁਆਇੰਟ, ਜੋ ਮੈਂ ਸਮਝਣਾ ਚਾਹੁੰਦਾ ਸੀ ਉਹ ਅਰਥ ਮੈਂ ਸਮਝ ਲਏ, ਕੁਐਸਚਨ ਕੀ ਕਹਿ ਰਿਹਾ ਸੀ ਮੈਂ ਉਹ ਨਹੀਂ ਸਮਝ ਲਿਆ। ਇਸੇ ਕਰਕੇ ਕੀ ਹੁੰਦਾ, ਪਹਿਲੀ ਲਾਈਨ ਤੋਂ ਹੀ ਸਕੋਰ ਘਟਣਾ ਸ਼ੁਰੂ ਹੋ ਜਾਂਦਾ। ਕਰਨਾ ਕੀ ਹੈ, ਆਪਾਂ ਸਭ ਤੋਂ ਪਹਿਲਾਂ ਬਲੈਂਕ ਮਾਈਂਡ, ਕੁਐਸਚਨ ਕਹਿ ਕੀ ਰਿਹਾ ਸਭ ਤੋਂ ਪਹਿਲਾਂ ਉਹਨੂੰ ਅੰਡਰਸਟੈਂਡ ਕਰਨਾ। 3 ਵਾਰੀ ਪੜ੍ਹੋ ਕੁਐਸਚਨ ਨੂੰ, 4 ਵਾਰੀ ਪੜ੍ਹੋ, 5 ਵਾਰੀ ਪੜ੍ਹੋ। ਔਰ ਦੂਸਰੀ ਚੀਜ਼ ਨਾਲ ਨਾਲ ਕੀ ਕਰਨਾ, ਪੈਨ ਰੱਖਣਾ, ਟਰੈਕ ਕਰਨਾ, ਕੀ ਵਰਡਸ ਨੂੰ ਅੰਡਰਲਾਈਨ ਕਰਨਾ। ਇਹ ਸਟੈਪਸ ਨੇ, ਜੇ ਇੱਕ ਵੀ ਸਟੈਪ ਇਹ 'ਚੋਂ ਮਿਸ ਹੋ ਗਿਆ ਨਾ, ਸਮਝ ਲਓ ਜੇ GIS ਬਣ ਵੀ ਗਏ ਤਾਂ ਪੰਜਾਬ ਦੀ ਥਾਂ 'ਤੇ ਝਾਰਖੰਡ ਮਿਲ ਸਕਦਾ। ਸਾਰੀ ਸਾਰੀ ਉਮਰ ਮਸਲਾ ਲੋਟ ਨਹੀਂ ਆਉਂਦਾ, ਫਿਰ ਮੁੜ ਕੇ ਬੰਦਾ ਮਸੂਰੀ ਲੱਭਦਾ ਫਿਰਦਾ ਹੁੰਦਾ, ਪਾਰਟਨਰ ਕਿਹੜੇ ਰੈਂਕ ਨਾਲ ਵਿਆਹ ਕਰਾਇਆ ਜਾਵੇ ਕਿ ਪੰਜਾਬ ਚਲੇ ਜਾਈਏ। ਫਿਰ ਕੈਲਕੂਲੇਸ਼ਨਾਂ ਕਰ ਰਿਹਾ ਹੁੰਦਾ ਉੱਥੇ ਬੈਠਾ, ਘਰ ਦੇ ਜਸ਼ਨ ਮਨਾ ਰਿਹਾ ਹੁੰਦਾ, ਮੁੰਡਾ IAS ਬਣ ਗਿਆ, ਉਹ ਉੱਥੇ ਆਪਣੀ ਟੈਨਸ਼ਨ 'ਚ ਬੈਠਾ ਹੁੰਦਾ ਵੀ ਹੁਣ ਕਰੀਏ ਕਿ ਜਾਣਾ ਝਾਰਖੰਡ ਪਏਗਾ ਸਾਰੀ ਉਮਰ। ਸੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਹੁਣ ਗੱਲ ਕਰ ਰਹੇ ਹਾਂ, ਕੁਐਸਚਨ ਦੀ ਵਰਡਿੰਗ ਨੂੰ ਟਰੈਕ ਕਰਨਾ, ਕੀ ਵਰਡਸ ਨੂੰ ਅੰਡਰਲਾਈਨ ਕਰਨਾ। ਤੁਸੀਂ ਦੇਖੋਗੇ ਜਦੋਂ ਪਹਿਲੀ ਵਾਰੀ ਕੁਐਸਚਨ ਪੜ੍ਹੋਗੇ ਨਾ, ਤੁਹਾਡੇ ਸਾਹਮਣੇ ਇੰਟਰਪ੍ਰੀਟੇਸ਼ਨ ਵੱਖਰੀ ਤਰ੍ਹਾਂ ਦੀ ਆਏਗੀ। ਦੂਜੀ ਵਾਰੀ ਪੜ੍ਹੋਗੇ ਇੰਟਰਪ੍ਰੀਟੇਸ਼ਨ ਬਦਲ ਜਾਏਗੀ ਉਹਦੀ, ਤੀਜੀ ਵਾਰੀ ਪੜ੍ਹੋਗੇ ਇੰਟਰਪ੍ਰੀਟੇਸ਼ਨ ਬਦਲ ਜਾਏਗੀ ਉਹਦੀ, ਉਹ ਨਹੀਂ ਅੱਛਾ ਇਹ ਕਹਿ ਰਹੇ।
ਜਦੋਂ ਅਸੀਂ 4-5 ਵਾਰੀ ਪੜ੍ਹਾਂਗੇ ਨਾ, ਫਿਰ ਸਾਨੂੰ ਕਲੀਅਰ ਹੁੰਦਾ ਕਿ ਯੈਸ ਐਗਜੈਕਟਲੀ ਕੁਐਸਚਨ ਇਹ ਕਹਿ ਰਿਹਾ। ਜਦੋਂ 15 ਦਿਨੇ ਪ੍ਰੈਕਟਿਸ ਕਰ ਲਈ, ਰੋਜ਼ ਦੋ ਦੋ ਤਿੰਨ ਤਿੰਨ ਚਾਰ ਚਾਰ ਕੁਐਸਚਨਸ ਤੇ, 15 ਦਿਨ ਦੇ ਵਿੱਚ ਮਾਈਂਡ ਨੂੰ ਆਦਤ ਪੈ ਜਾਣੀ, ਸਾਡੀ ਟ੍ਰੇਨਿੰਗ ਹੋ ਜਾਣੀ ਕਿ ਯੈਸ ਐਗਜੈਕਟਲੀ ਕੁਐਸਚਨ ਨੂੰ ਪੜ੍ਹਨ ਦੀ ਇੱਕ ਟੈਕਨੀਕ ਹੈ ਪਹਿਲਾਂ, ਕਿ ਕੁਐਸਚਨ ਸਮਝਣਾ ਕਿਵੇਂ ਹੈ। ਪਹਿਲਾ ਸਟੈਪ ਤਾਂ ਇਹ ਹੋ ਗਿਆ, ਠੀਕ ਹੈ ਜੀ। ਇਹਦੇ ਵਿੱਚ ਦੋ ਸਟੈਪ ਆ ਗਏ, ਕੁਐਸਚਨ ਨੂੰ ਮਲਟੀਪਲ ਟਾਈਮਸ ਪੜ੍ਹਨਾ, ਕੀ ਵਰਡਸ ਨੂੰ ਅੰਡਰਲਾਈਨ ਕਰਨਾ, ਰਾਈਟ, ਨੋਟ ਡਾਊਨ ਕਰ ਲਿਆ ਜੀ। ਹਾਂਜੀ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ। ਦੂਸਰੀ ਚੀਜ਼ ਜਿਹੜੀ ਹੈਗੀ, ਫਿਰ ਇਸ ਚੀਜ਼ ਦਾ ਖਿਆਲ ਰੱਖਣਾ ਜਿਹੜਾ ਤੁਹਾਡਾ ਜੀਐਸ ਦਾ ਪੇਪਰ ਹੈ ਜਾਂ ਜੀਐਸ ਦੇ ਕੁਐਸਚਨਸ ਨੇ, ਉਹਦੇ ਵਿੱਚ ਕੀ ਲਿਖਿਆ ਹੋਇਆ, ਡਿਸਕ੍ਰਾਈਬ ਲਿਖਿਆ, ਡਿਸਕਸ ਲਿਖਿਆ, ਇਲੈਬੋਰੇਟ ਲਿਖਿਆ, ਐਕਸਪਲੇਨ ਲਿਖਿਆ, ਕੀ ਟਰਮ ਲਿਖੀ ਹੋਈ ਹੈ, ਉਹਦਾ ਖਿਆਲ ਰੱਖਣਾ। ਇਹ ਕੁਝ ਕੁ ਟਰਮਸ ਨੇ ਜਿਹੜੀਆਂ ਤੁਸੀਂ, ਜੇ ਤੁਹਾਡੇ ਕੋਲੇ ਕੋਈ ਹਾਰਡ ਕਾਪੀ ਹੈਗੀ ਹੈ ਜਿਹਦੇ ਚ PYQ ਦਿੱਤੇ ਹੁੰਦੇ ਆ ਮੇਨ ਦੇ, ਉਹਦੇ ਵਿੱਚ ਵੀ ਇਹ ਲਿਸਟ ਦਿੱਤੀ ਹੁੰਦੀ ਹੈ ਅਕਸਰ। ਜਾਂ ਕੀ ਕਰਨਾ, ਗੂਗਲ ਤੋਂ ਇੱਕ ਵਧੀਆ ਸਾਈਟ ਤੋਂ, ਦੋ ਤਿੰਨ ਜੇ ਗੂਗਲ ਤੋਂ ਲੱਭ ਰਹੇ ਤਾਂ 3-4 ਥਾਵਾਂ ਤੋਂ ਵੇਰੀਫਾਈ ਕਰ ਲਿਓ ਕਿ ਐਕਚੁਅਲੀ ਐਕਸਪਲੇਨ ਦਾ ਮਤਲਬ ਕੀ ਹੁੰਦਾ, ਇਲੈਬੋਰੇਟ ਦਾ ਮਤਲਬ ਕੀ ਹੈ, ਡਿਸਕਸ ਦਾ ਮਤਲਬ ਕੀ ਹੈ, ਰਾਈਟ, ਡਿਸਕ੍ਰਾਈਬ ਦਾ ਮਤਲਬ ਕੀ ਹੈ। ਆਪਣੇ ਕੋਲੋਂ ਅਰਥ ਨਹੀਂ ਬਣਾ ਲੈਣੇ ਅਸੀਂ। ਆਪਾਂ ਪੋਲਿਟੀ ਪੜ੍ਹਦੇ ਹਾਂ ਥੋੜ੍ਹਾ ਜਿਹਾ, ਇਹਦੀ ਮੈਂ ਐਵੀਡੈਂਸ ਦਿੰਦਾ ਇਹਦਾ। ਆਪਾਂ ਪੋਲਿਟੀ ਪੜ੍ਹਦੇ ਹਾਂ, ਜਾਂ ਤੁਸੀਂ ਕਿਸੇ ਨਾ ਕਿਸੇ ਐਕਟ ਨੂੰ ਪੜ੍ਹਿਆ ਹੋਣਾ, ਕੋਈ ਅਮੈਂਡਮੈਂਟਸ ਹੋਈਆਂ ਉਹ ਪੜ੍ਹੀਆਂ ਹੋਣੀਆਂ, ਉਹਦੇ ਵਿੱਚ ਲਿਖਿਆ ਹੁੰਦਾ ਨਾ ਕਿ ਸਟੇਟ ਹੈ ਜਿਹੜੀ, ਫਿਰ ਥੱਲੇ ਨਾ ਬ੍ਰੈਕਟ ਦਿੱਤਾ ਵੀ ਸਟੇਟ ਦਾ ਅਰਥ ਇਹ ਹੈ। ਇੱਥੇ ਗੋ ਥਰੂ ਹੋਏ ਆ ਕਦੇ ਨਾ ਕਦੇ ਇਸ ਡਾਕੂਮੈਂਟ ਦੇ, ਵੀ ਉਹਦਾ ਕੀ ਮਤਲਬ ਹੁੰਦਾ, ਭਾਈ ਸਾਹਿਬ ਆਪਦੇ ਅਰਥ ਨਾ ਕੱਢ ਲਿਓ, ਅਸੀਂ ਦੱਸ ਰਹੇ ਹਾਂ ਸਟੇਟ ਦਾ ਅਰਥ ਇਹ ਹੈ। ਇੱਥੇ ਜਿੱਥੇ ਲਿਖਿਆ ਹੋਇਆ ਪੀਪਲ, ਤਾਂ ਥੱਲੇ ਲਿਖਿਆ ਹੁੰਦਾ ਪੀਪਲ ਦਾ ਅਰਥ ਕੀ ਹੈ, ਬਾਈ ਜੀ ਇੱਥੇ ਅਰਥ ਇਹ ਲੈ ਕੇ ਚੱਲਣੇ ਆ ਆਪਾਂ, ਆਪਣੇ ਵੱਲੋਂ ਨਹੀਂ ਲੈ ਕੇ ਚੱਲ ਪੈਣੇ ਅਰਥ। ਜੇ ਤੁਸੀਂ ਕਾਂਸਟੀਟਿਊਸ਼ਨ ਪੜ੍ਹ ਲਵੋ ਨਾ, ਜਾਂ ਬੇਅਰ ਐਕਟ ਪੜ੍ਹ ਲਵੋ, ਜਾਂ ਜੋ ਕੋਈ ਐਕਟ ਆਇਆ ਉਹਦਾ ਐਗਜੈਕਟ ਓਰਿਜਿਨਲ ਜਿਹੜਾ ਡਾਕੂਮੈਂਟ ਆ ਉਹ ਪੜ੍ਹ ਲਵੋ, ਉਹ ਇੰਨਾ ਟੈਕਨੀਕਲ ਹੁੰਦਾ, ਉੱਥੇ ਹਰ ਚੀਜ਼ ਦੇ ਨਾ ਦੱਸੇ ਹੁੰਦੇ ਆ ਵੀ ਇਸ ਚੀਜ਼ ਦਾ ਅਰਥ ਕੀ ਹੈ ਇਹਦੇ ਵਿੱਚ, ਰਾਈਟ। ਉਸੇ ਤਰੀਕੇ ਨਾਲ ਅਸੀਂ ਗ੍ਰਾਂਟਡ ਨਹੀਂ ਲੈ ਲੈਣਾ ਕਿ ਇਲੈਬੋਰੇਟ ਆ ਤਾਂ ਠੀਕ ਹੈ, ਇਹਨੂੰ ਐਂ ਜੇ ਲਿਖਣਾ ਹੋਏਗਾ, ਡਿਸਕਸ ਹੈ ਤਾਂ ਇਹਨੂੰ ਇਦਾਂ ਲਿਖਣਾ ਹੈਗਾ, ਨਹੀਂ। ਤੁਸੀਂ ਉਹ ਪਿਛਲੇ ਤੁਸੀਂ ਪੋਲਿਟੀ ਚੋਂ ਪੜ੍ਹੇ ਹੋਣੇ ਨਾ, ਕਿਹੜੇ 3-4 ਅਮੈਂਡਮੈਂਟਸ ਹੋਈਆਂ ਸੀ ਇੱਕ ਤੁਹਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ, ਇੱਕ ਤੋਂ ਇਸ ਵੇਲੇ ਕਲਿੱਕ ਨਹੀਂ ਕਰ ਰਹੇ ਮੈਨੂੰ, ਹੁਣੇ ਤੁਹਾਡੇ ਨਾਲ ਗੱਲ ਕਰਦੇ ਹੋ ਯਾਦ ਆ ਗਿਆ, 3-4 ਵਾਰੀ, ਫਿਰ ਕਦੀ ਜਿਹੜੀ ਸੁਪਰੀਮ ਕੋਰਟ ਆ ਉਹਨੇ ਡਿਸੀਜਨ ਕੋਈ ਹੋਰ ਦਿੱਤਾ, ਫਿਰ ਉਹਦੀ ਵਰਡਿੰਗ ਨੂੰ ਲੈ ਕੇ ਹੋਰ ਡਿਸੀਜਨ ਦਿੱਤਾ, 3-4 ਵਾਰੀ ਹੋਈਆਂ ਉਹ, ਸ਼ਾਇਦ ਗੱਲ ਕਰਦੇ ਕਰਦੇ ਧਿਆਨ 'ਚ ਆ ਵੀ ਜਾਏਗਾ। ਗੱਲ ਕੀ ਹੈ, ਇੱਕ ਵਰਡ ਦੇ ਬੇਸਿਸ ਤੇ ਪੂਰੀ ਡਿਸੀਜਨ ਚੇਂਜ ਹੋ ਜਾਂਦਾ ਹੈ, ਇੱਕ ਵਰਡ ਕੀ ਕਹਿ ਰਿਹਾ। ਤਾਂ ਹਰ ਇੱਕ ਵਰਡ ਜਦੋਂ ਅਸੀਂ ਕੁਐਸਚਨ ਦੇ ਵਿੱਚ ਪੜ੍ਹਦੇ ਹਾਂ, ਉਹਦਾ ਖਿਆਲ ਰੱਖਣਾ ਕਿ ਉਹ ਵਰਡ ਕਹਿ ਕੇ, ਯੈਸ, ਕੇਸ਼ਵ ਨੰਦਾ ਭਾਰਤੀ ਕੇਸ, ਯੈਸ, ਹਾਂਜੀ ਹਾਂ। ਤਾਂ ਡਾਕਟ੍ਰਾਈਨ ਆਫ ਬੇਸਿਕ ਸਟਰਕਚਰ, ਯੈਸ, ਹਾਂ, ਯਾਦ ਕਰਵਾਤਾ ਤੁਸੀਂ। ਤਾਂ ਹੈ ਕੀ ਹੈ ਨਾ, ਉਹ ਉਸੇ ਤਰੀਕੇ ਨਾਲ ਜਦੋਂ ਅਸੀਂ ਕੁਐਸਚਨ ਪੜ੍ਹਦੇ ਹਾਂ ਨਾ, ਸਾਨੂੰ ਇੱਕ ਇੱਕ ਵਰਡ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ, ਠੀਕ ਹੈ। ਉਹ ਇੱਕ ਟ੍ਰੇਨਿੰਗ ਹੈ ਸਾਡੇ ਮਾਈਂਡ ਦੀ ਕਿ ਅਸੀਂ ਕੁਐਸਚਨ ਨੂੰ ਅੰਡਰਸਟੈਂਡ ਕਿਵੇਂ ਕਰਨਾ। ਦੂਸਰਾ, ਉਸ ਤੋਂ ਅੱਗੇ ਨੈਕਸਟ ਪਾਰਟ ਆ ਜਾਂਦਾ, ਫਿਰ ਆਂਸਰ ਦੇ 3 ਫੇਜ਼ ਹੁੰਦੇ ਆ। ਪਹਿਲਾ ਹੋ ਜਾਂਦਾ ਇੰਟਰੋਡਕਸ਼ਨ, ਦੂਸਰਾ ਹੋ ਜਾਂਦਾ ਬਾਡੀ, ਔਰ ਤੀਸਰਾ ਹੋ ਜਾਂਦਾ ਕਨਕਲੂਜਨ। ਇਹ ਸਾਨੂੰ ਪਤਾ ਹੈਗਾ। ਸਟਾਰਟਿੰਗ 'ਚ ਜਦੋਂ ਆਂਸਰ ਰਾਈਟਿੰਗ ਕਰਨੀ ਹੈ,
ਪੰਜਾਬੀ ਲਿਟਰੇਚਰ ਦੇ ਬੱਚੇ ਜਿਨ੍ਹਾਂ ਨੇ ਆਂਸਰ ਰਾਈਟਿੰਗ ਕੀਤੀ ਉਹਨਾਂ ਨੂੰ ਪਤਾ ਹੋਣਾ ਕਿ ਇੱਕ ਇੱਕ ਆਂਸਰ ਲਿਖਣ ਤੇ ਸ਼ੁਰੂ 'ਚ ਘੰਟਾ ਘੰਟਾ ਵੀ ਲਾਇਆ ਹੋਇਆ ਉਹਨਾਂ ਨੇ। ਤਾਂ ਉਹ ਆਂਸਰ ਰਾਈਟਿੰਗ ਇਦਾਂ ਨਹੀਂ ਕਰਨੀ ਅਸੀਂ GS ਦੇ ਵਿੱਚ ਵੀ ਕਿ ਕੁਐਸਚਨ ਚੱਕਿਆ ਤੇ ਆਂਸਰ ਲਿਖਣਾ ਸ਼ੁਰੂ ਕਰ ਦਿੱਤਾ, ਨਹੀਂ ਅਸੀਂ ਆਂਸਰ ਰਾਈਟਿੰਗ ਨਹੀਂ ਕਰਨੀ ਪਹਿਲਾਂ, ਪਹਿਲਾਂ ਅਸੀਂ ਆਂਸਰ ਰਾਈਟਿੰਗ ਕਰਨੀ ਸਿੱਖਣੀ ਹੈ। ਜਿਹੜੇ ਬੱਚੇ ਨੇ ਅਗਲੇ ਸਾਲ ਦੇ ਨਾ, ਜਿਹੜੇ ਬੱਚੇ ਇਸ ਵਾਰੀ ਕਰ ਰਹੇ ਹੋ ਥੋੜਾ ਜਿਹਾ ਉਹਨੂੰ ਫਾਸਟ ਕਰ ਸਕਦੇ, ਜਾਂ ਜਿਹੜੇ ਮੇਰੇ ਨਾਲ ਅਟੈਚ ਹੈਗੀ ਹੈ ਉਹਨਾਂ ਲਈ ਤਾਂ ਮੈਂ ਪਲਾਨ ਅਲੱਗ ਤਰੀਕੇ ਨਾਲ ਕਰਦਾ ਹੀ ਹੁੰਦਾ ਵੀ ਇਹਨਾਂ ਨੂੰ ਕਿਵੇਂ ਕੰਮ ਕਰਵਾਉਣਾ ਜਲਦੀ ਜਲਦੀ ਨਾਲ। ਜਦੋਂ ਅਸੀਂ ਸਿੱਖ ਰਹੇ ਹਾਂ ਉਦੋਂ ਕਰਨਾ ਕੀ ਹੈ, ਕੁਐਸਚਨ ਲੈ ਲਿਆ, ਕੁਐਸਚਨ ਸਮਝ ਲਏ ਦੀ ਡਿਮਾਂਡ ਹੈ, ਵਾਪਸ ਆਪਣੇ ਰਿਸੋਰਸਸ ਤੇ ਜਾਓ, ਤੁਹਾਡੇ ਕੋਲੇ ਨੋਟਸ ਨੇ, ਤੁਹਾਡੇ ਕੋਲੇ ਕੋਈ ਬੇਸਿਕ ਬੁੱਕਸ ਨੇ, ਤੁਹਾਡੇ ਕੋਲੇ ਇੰਟਰਨੈਟ ਹੈ, ਜੋ ਵੀ ਤੁਹਾਡੇ ਕੋਲੇ ਮਟੀਰੀਅਲ ਹੈਗਾ ਉਹਨੂੰ ਫਿਰ ਤੋਂ ਸਕੈਨ ਕਰੋ, ਪੜਿਆ ਹੋਇਆ ਸਕੈਨ ਕਰੋ, ਉਹਦੇ ਵਿੱਚੋਂ ਰੈਲੇਵੈਂਟ ਪੁਆਇੰਟਸ ਕੱਢੋ ਕਿ ਇਹ ਰੈਲੇਵੈਂਟ ਪੁਆਇੰਟਸ ਨੇ ਇਸ ਕੁਐਸਚਨ ਦੇ ਨਾਲ ਰਿਲੇਟਡ, ਉਹਨਾਂ ਨੂੰ ਰਫ ਪੇਜ ਤੇ ਜਸਟ ਉਹਨਾਂ ਦੇ ਕੀ ਵਰਡ ਹੀ ਲਿਖਣੇ, ਸਾਰੀਆਂ ਲਾਈਨਾਂ ਨਹੀਂ ਲਿਖਣੀਆਂ, ਜਸਟ ਕੀ ਵਰਡਸ, ਰਾਈਟ, ਉਹ ਕੀ ਵਰਡਸ ਲਿਖੋ ਪਹਿਲਾ ਸਟੈਪ। ਦੂਸਰਾ ਸਟੈਪ, ਉਹਨਾਂ ਕੀ ਵਰਡਸ ਨੂੰ ਅਰੇਂਜ ਕਰੋ ਕਿ ਸਭ ਤੋਂ ਪਹਿਲਾ ਪੁਆਇੰਟ ਕੀ ਆਉਣਾ ਚਾਹੀਦਾ, ਜੋ ਕੁਐਸਚਨ ਦੀ ਡਿਮਾਂਡ ਹੈ ਉਹਦੇ ਮੁਤਾਬਕ ਮੋਸਟ ਇੰਪੋਰਟੈਂਟ ਚੀਜ਼ ਕੀ ਹੈ। ਆਪਾਂ ਸਾਰੇ ਗ੍ਰੈਜੂਏਸ਼ਨ ਕਰਕੇ ਆਏ ਹਾਂ ਇੱਥੋਂ ਤੱਕ, ਸਭ ਦਾ ਘੱਟੋ ਘੱਟ ਇੱਕ ਵਾਰੀ ਤਾਂ ਤਜਰਬਾ ਰਿਹਾ ਹੀ ਹੁੰਦਾ, ਕੁਝ ਦਾ ਜ਼ਿਆਦਾ ਵੀ ਰਿਹਾ ਹੋਵੇਗਾ ਕਿ ਜਦੋਂ ਗ੍ਰੈਜੂਏਸ਼ਨ ਦੇ ਦੌਰਾਨ, ਮੈਨੂੰ ਹੁਣ ਵੀ ਯਾਦ ਆ ਜਾਂਦੀਆਂ ਕੁਝ ਆਪਣੀਆਂ ਗੱਲਾਂ, ਤਾਂ ਕਰਕੇ ਹਾਸਾ ਆ ਜਾਂਦਾ। ਕਈ ਵਾਰੀ ਇਦਾਂ ਹੁੰਦਾ ਸੀ ਨਾ ਗ੍ਰੈਜੂਏਸ਼ਨ 'ਚ ਆਂਸਰ ਲਿਖ ਰਹੇ ਹਾਂ, ਜਦੋਂ ਆਂਸਰ ਬਿਲਕੁਲ ਖਤਮ ਹੋਣ ਤੇ ਹੈਗਾ ਤਾਂ ਪਤਾ, ਓ ਯਾਰ ਲਿਖਣਾ ਤਾਂ ਇਹਦੇ 'ਚ ਇਹ ਸੀਗਾ। ਪਲੀਜ਼ ਹੱਥ ਖੜਾ ਕਰ ਦਿਓ ਜਿਹਦੇ ਨਾਲ ਉਹ ਹੋਇਆ ਨਹੀਂ, ਜੋ ਮਾਸ਼ਾਅੱਲਾ ਕਵੇ ਕਿ ਨਾ, ਆਪਣੇ ਨਾਲ ਕਦੇ ਨਹੀਂ ਹੋਇਆ ਜੀ ਇਦਾਂ ਦਾ। ਸੋ ਉੱਥੇ ਚੱਲ ਜਾਂਦੀਆਂ ਸੀ ਇਦਾਂ ਦੀਆਂ ਚੀਜ਼ਾਂ, UPSC 'ਚ ਸਕੋਪ ਨਹੀਂ ਹੈਗਾ, ਠੀਕ ਹੈ। ਤਾਂ ਇੱਥੇ ਕੀ ਕਰਨਾ ਅਸੀਂ, ਪਹਿਲਾਂ ਸਿੱਖਣੀ ਆਂਸਰ ਰਾਈਟਿੰਗ, ਅਸੀਂ ਕੀ ਕਰਨਾ ਇੰਪੋਰਟੈਂਟ ਪੁਆਇੰਟਸ ਨੂੰ ਫਿਰ ਨੰਬਰਿੰਗ ਕਰਨੀ, ਉਹ ਮੇਰਾ ਪਹਿਲਾ ਪੁਆਇੰਟ ਇਹ ਹੈਗਾ, ਦੂਸਰਾ ਇਹ ਹੈਗਾ, ਤੀਸਰਾ ਇਹ ਬਣੇਗਾ, ਚੌਥਾ ਇਹ ਬਣੇਗਾ, ਪੰਜਵਾਂ ਇਹ ਬਣੇਗਾ, ਛੇਵਾਂ ਸੱਤਵਾਂ ਅੱਠਵਾਂ ਹੋ ਗਿਆ। ਉਸ ਤੋਂ ਬਾਅਦ ਉਹਨੂੰ ਪੈਨ ਡਾਊਨ ਕਰੋ, ਫਿਰ ਪੈਨ ਡਾਊਨ ਕਰੋ। ਜਦੋਂ ਤੁਸੀਂ 20-25 ਕੁਐਸਚਨ ਇਸ ਤਰੀਕੇ ਨਾਲ ਲਿਖ ਲੈਣਾ, ਬਸ ਉਸ ਤੋਂ ਬਾਅਦ ਗੱਡੀ ਚੱਲ ਪੈਣੀ ਹੈ। ਇਹ ਉਵੇਂ ਹੀ ਹੈ ਜਿਵੇਂ ਅਸੀਂ ਕਾਰ ਚਲਾਉਣੀ ਸਿੱਖਦੇ ਹਾਂ ਜਾਂ ਬਾਈਕ ਚਲਾਉਣਾ ਸਿੱਖਦੇ ਹਾਂ, ਪਹਿਲਾਂ ਬਹੁਤ ਸਲੋ ਸਲੋ ਹੀ ਚਲਾਉਣੇ ਆ ਨਾ, ਅਸੀਂ ਇਹ ਥੋੜਾ ਕਹਿ ਦੇਣਾ ਜਿਹਦੇ ਕੋਲੋਂ ਸਿੱਖ ਰਹੇ ਹੁੰਦੇ ਇੱਦਾਂ ਸਿਖਾਓਗੇ ਫਿਰ ਤੇ ਪਹੁੰਚ ਗਏ ਅਸੀਂ ਦਿੱਲੀ। ਪਰ ਸਿੱਖਣ ਵਾਸਤੇ ਤਾਂ ਸਾਨੂੰ ਇੱਕ ਟ੍ਰੇਨਰ, ਜਿਹੜਾ ਟ੍ਰੇਨਿੰਗ ਹੈ, ਉਹਦੇ ਤਰ੍ਹਾਂ ਹੀ ਕੰਮ ਕਰਨਾ ਪਏਗਾ ਨਾ। ਪਰ ਬਜਾਏ ਕਿ ਅਸੀਂ 3 ਸਾਲ UPSC ਦੇ ਨਾਲ ਕੁਸ਼ਤੀ ਖੇਡੀ ਜਾਈਏ, ਉਹਦੇ ਨਾਲੋਂ ਵਧੀਆ ਨਹੀਂ ਕਿ 20 ਦਿਨ ਲਾ ਲਈਏ ਪਹਿਲਾਂ ਹੀ ਆਪਣੇ ਅੰਦਰ ਅਖਾੜੇ 'ਚ ਬੈਠ ਕੇ, ਆਪਣੇ ਆਪ ਨੂੰ ਟ੍ਰੇਨ ਕਰ ਲਈਏ ਉਸ ਤਰੀਕੇ ਨਾਲ ਕਿ ਲਿਖਣਾ ਇਦਾਂ ਹੁੰਦਾ, ਰਾਈਟ। ਕਲੀਅਰ ਹੈ ਪੁਆਇੰਟ ਇੱਥੋਂ ਤੱਕ? ਸੋ ਸਟਾਰਟਿੰਗ 'ਚ ਆਪਾਂ ਕੀ ਕਰਨਾ, ਸਟੱਡੀ ਮਟੀਰੀਅਲ ਤੇ ਵਾਪਸ ਜਾਓ, ਉਸ ਚੀਜ਼ ਨੂੰ ਉਹਨਾਂ ਨੂੰ ਪਹਿਲਾਂ ਕਲੈਕਟ ਕਰੋ ਸਾਰੇ ਪੁਆਇੰਟਸ ਕਿ ਇਹ ਇਹ ਪੁਆਇੰਟਸ ਮੇਰੇ ਹੋਣੇ ਚਾਹੀਦੇ ਆ, ਫਿਰ ਇਹਨਾਂ ਵਿੱਚੋਂ ਵੀ ਇੰਪੋਰਟੈਂਟ ਪੁਆਇੰਟ ਕੀ ਹੋਣਾ ਚਾਹੀਦਾ ਮੇਰਾ, ਮੋਸਟ ਇੰਪੋਰਟੈਂਟ ਕੀ ਹੈ, ਸੈਕਿੰਡ ਇੰਪੋਰਟੈਂਟ ਕੀ ਹੈ, ਥਰਡ ਇੰਪੋਰਟੈਂਟ ਕੀ ਹੈ, ਫੋਰਥ ਕੀ ਹੈ। ਤੁਸੀਂ ਆਪਣੇ ਆਪ ਇਹ ਚੀਜ਼ ਦੇਖੋਗੇ, ਤੁਹਾਡੇ ਕੋਲੇ ਇੰਨਾ ਕੁ ਮਟੀਰੀਅਲ ਆਉਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਲੱਗੇਗਾ ਮੈਂ ਲਿਖਾਂ ਕੀ ਤੇ ਛੱਡਾਂ ਕੀ। ਜਦੋਂ ਇਹ ਸਥਿਤੀ ਆ ਜਾਂਦੀ ਹੈ ਨਾ, ਫਿਰ ਉਸ ਵੇਲੇ ਲੈਵਲ ਆਉਂਦਾ ਕਿ ਹੁਣ ਘੱਟੋ ਘੱਟ ਜਨਰਲ ਸਟੱਡੀ 'ਚ ਸੈਂਟੈਂਸ ਬਣਾਉਣੇ ਬੰਦ ਕਰ ਦਿਓ ਜੀ, ਹਿੱਟ ਦਾ ਬੁਲਸ ਆਈ, ਮੇਜਰ ਪੁਆਇੰਟਸ ਨੇ ਜਿਹੜੇ, ਬਸ ਉਹ ਲਿਖੋ ਤੇ ਕੰਮ ਤੋਰੋ ਤੇ ਅਗਲੇ ਆਂਸਰ ਤੇ ਜਾਓ, ਬਸ। UPSC ਇਹੀ ਚਾਹੁੰਦੀ ਹੈ, UPSC ਕਹਾਣੀਆਂ ਨਹੀਂ ਚਾਹੁੰਦੀ।
ਸਾਡਾ ਆਂਸਰ ਇੰਨਾ ਕੁ ਐਨਰਿਚ ਹੋਣਾ ਚਾਹੀਦਾ ਕਿ ਉਹਨੂੰ ਇਹ ਲੱਗੇ ਮੈਂ ਕੱਟਾਂ ਕੀ ਇਹਦੇ ਵਿੱਚੋਂ ਇਹਦੇ ਵਾਸਤੇ, ਕਿਹੜੀ ਲਾਈਨ ਹੈ, ਕਿਹੜਾ ਸ਼ਬਦ ਹੈ ਜਿਹੜਾ ਵਾਧੂ ਹੈ ਇਹਦੇ ਵਿੱਚ, ਇਦਾਂ ਦਾ ਆਂਸਰ ਹੋਣਾ ਚਾਹੀਦਾ ਸਾਡਾ। ਪਰ ਉਹ ਹੋ ਜਾਂਦਾ, ਇਹ ਕੋਈ ਆਈਡੀਅਲ ਚੀਜ਼ ਨਹੀਂ ਹੈਗੀ, ਉਹ ਹੋ ਜਾਂਦਾ। ਅਸੀਂ ਲਿਟਰੇਚਰ ਦੇ ਬੱਚਿਆਂ ਨਾਲ ਆਪਾਂ ਕੰਮ ਕਰਦੇ ਹਾਂ ਹੁਣ ਤੱਕ, ਬਸ ਉਹਦੇ ਵਾਸਤੇ ਕੀ ਹੈ, ਥੋੜੀ ਐਫਰਟ ਤਾਂ ਲਗਾਉਣੀ ਪੈਣਗੇ। ਕਿਉਂਕਿ ਸਿੰਪਲ ਜੀ ਗੱਲ ਹੈ ਜੀ, ਬੱਤੀ ਵਾਲੀ ਕਾਰ 'ਚ ਵੀ ਆਪਾਂ ਹੀ ਘੁੰਮਣਾ ਹੈ, ਦਰਵਾਜ਼ੇ ਵੀ ਸਾਡੇ ਹੀ ਖੋਲ੍ਹਣੇ ਹੈ ਕਿਸੇ ਨੇ, ਬੰਗਲਾ ਵੀ ਸਾਨੂੰ ਹੀ ਮਿਲਣਾ ਹੈ ਨਾ, ਟੇਬਲ ਦੇ ਥੱਲਿਓਂ ਜੇ ਇੱਛਾ ਹੈਗੀ ਹੈ ਕੁਝ ਕਮਾਉਣ ਦੀ, ਉਹ ਵੀ ਅਸੀਂ ਕਮਾਉਣਾ, ਕਿਸੇ ਹੋਰ ਨੇ ਨਹੀਂ ਕਮਾਉਣਾ, ਉੱਪਰੋਂ ਜੇ ਪੁੜ ਪੁੜ ਖਾਣੇ ਉਹ ਵੀ ਅਸੀਂ ਖਾਣੇ ਹੈ, ਕਿਸੇ ਹੋਰ ਨੇ ਨਹੀਂ ਖਾਣੇ, ਠੀਕ ਹੈ, ਉਹ ਸਾਰਾ ਸਾਰਾ ਕੁਝ ਅਸੀਂ ਹੀ ਕਰਨਾ, ਤੇ ਫਿਰ ਮਿਹਨਤ ਇੰਨੀ ਕੁ ਤਾਂ ਸਾਨੂੰ ਹੀ ਕਰਨੀ ਪਏਗੀ, ਠੀਕ ਹੈ। ਸੋ ਉਹ ਕਰਨੀ ਪੈਣੀ। ਨੈਕਸਟ ਪੁਆਇੰਟ ਹੁਣ ਆਉਂਦਾ ਵੀ, ਆਂਸਰ ਜਦੋਂ ਲਿਖ ਰਹੇ ਹਾਂ, ਇੰਟਰੋਡਕਸ਼ਨ, ਕਈ ਵਾਰੀ ਕੀ ਹੁੰਦਾ ਕਿ ਅਸੀਂ ਇੰਟਰੋਡਕਸ਼ਨ ਲਿਖਤਾ ਰਹੇ ਹਾਂ, ਕੱਲੀ ਇੰਟਰੋਡਕਸ਼ਨ ਦਾ ਮਤਲਬ ਜਿਹੜਾ ਹੁੰਦਾ ਨਾ, ਉਹ ਹੁੰਦਾ ਰੈਲੇਵੈਂਟ ਟੂ ਕੁਐਸਚਨ, ਦੈਟ ਵਿਲ ਬੀ ਦਾ ਇੰਟਰੋਡਕਸ਼ਨ, ਜੇ ਉਹ ਰੈਲੇਵੈਂਟ ਹੈਗੀ ਹੈ ਕੁਐਸਚਨ ਦੇ ਨਾਲ। ਸਪੋਜ਼ ਛੋਟੀ ਜਿਹੀ ਚੀਜ਼ ਹੈ, ਆਪਾਂ ਗੱਲ ਕਰਦੇ ਹਾਂ, ਸਪੋਜ਼ ਤੁਸੀਂ ਬੀਟੈਕ ਕੀਤੀ ਹੋਈ ਹੈ ਔਰ ਤੁਸੀਂ ਬਹੁਤ ਵਧੀਆ ਸਿੰਗਰ ਵੀ ਹੈਗੇ ਹੋ, ਤੁਸੀਂ ਇੰਜੀਨੀਅਰਿੰਗ ਕਾਲਜ 'ਚ ਚਲੇ ਗਏ ਇੰਟਰਵਿਊ ਦੇਣ ਵਾਸਤੇ ਆਏ ਫੋਰ ਅਸਿਸਟੈਂਟ ਪ੍ਰੋਫੈਸਰ, ਉਹਨਾਂ ਨੇ ਤੁਹਾਨੂੰ ਪੁੱਛਿਆ ਆਪਣੇ ਆਪ ਦੇ ਬਾਰੇ ਦੱਸੋ, ਤੁਸੀਂ ਕਹੋਗੇ ਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਬੀਟੈਕ ਕੀਤੀ ਹੈ, ਤੇ ਉੱਥੇ ਸਾਡੇ ਹਰ ਸਾਲ ਯੂਥ ਫੈਸਟੀਵਲ ਹੁੰਦੇ ਹੁੰਦੇ ਸੀ, ਮੈਂ ਉੱਥੇ ਟੌਪ ਕਰਦਾ ਹੁੰਦਾ ਸੀ, ਮੇਰਾ ਜਿਹੜਾ ਮੈਨੂੰ ਕਲਾਸੀਕਲ 뮤직 ਵੀ ਬਹੁਤ ਵਧੀਆ ਆਉਂਦਾ, ਤੇ ਮੈਂ ਢੋਲਕੀ ਵੀ ਬਹੁਤ ਵਧੀਆ ਵਜਾ ਦੇਣਾ, ਉਹਨਾਂ ਨੇ ਤੁਹਾਡੇ ਕੈਰੀਅਰ ਦੀ ਢੋਲਕੀ ਵਜਾ ਦੇਣੀ ਹੈ ਉੱਥੇ, ਤੇ ਆਪਾਂ ਕਹਾਂਗੇ ਮੈਂ ਇੰਟਰੋਡਿਊਸ ਤਾਂ ਕੀਤਾ ਹੀ ਸੀ ਆਪਣੇ ਆਪ ਨੂੰ। ਗੈਟਿੰਗ ਦਾ ਪੁਆਇੰਟ, ਸਾਡੀ ਆਂਸਰ 'ਚ ਇੰਟਰੋਡਕਸ਼ਨ ਵੀ ਇਦਾਂ ਦੀ ਹੁੰਦੀ ਹੈ, ਤਾਂ ਹੀ ਅਗਲੇ ਫਤਵਾ ਭੇਜ ਦਿੰਦੇ ਵੀ ਫ੍ਰੀ 'ਚ ਫੇਰ ਆ ਜਾਓ, ਅਗਲੇ ਸਾਲ ਫਿਰ ਮਿਲਦੇ ਹਾਂ, ਫਿਰ ਮੁਲਾਕਾਤਾਂ ਹੋਣਗੀਆਂ। ਇਹ ਦੇਖਣਾ ਹੁੰਦਾ ਕਿ ਕੁਐਸਚਨ 'ਚ ਪੁੱਛਿਆ ਕੀ ਹੈ, ਉਹਦੇ ਨਾਲ ਰਿਲੇਟਡ ਅਸੀਂ ਇੰਟਰੋਡਕਸ਼ਨ ਦੇਣੀ ਹੁੰਦੀ ਹੈ, ਇੰਟਰੋਡਕਸ਼ਨ ਦਾ ਮਤਲਬ ਇਹ। ਔਰ ਦੂਸਰੀ ਚੀਜ਼ ਕਿ ਮੈਂ ਇਸ ਕੁਐਸਚਨ 'ਚ ਆਨਸਰ ਦੇ ਵਿੱਚ ਆਪਣੇ 'ਚ ਮੈਂ ਕੀ ਦੱਸਣ ਜਾ ਰਿਹਾ, ਇੰਟਰੋਡਕਸ਼ਨ ਦੇ ਵਿੱਚ ਉਹ ਚੀਜ਼ਾਂ ਦੇ ਕੇ ਜਾਣੀਆਂ, ਅਸੀਂ ਬਰੀਫ ਦੇ ਵਿੱਚ ਇੱਕ ਇਸ਼ਾਰਾ ਕਰਕੇ ਜਾਣਾ ਹੁੰਦਾ ਉਸ ਚੀਜ਼ 'ਤੇ, ਰਾਈਟ, ਉਹਦਾ ਹਿੰਟ ਦੇ ਕੇ ਜਾਣਾ ਅਸੀਂ, ਜੋ ਅਸੀਂ ਇਸ਼ਾਰਾ ਕਰਕੇ ਗਏ ਹਾਂ ਇੰਟਰੋਡਕਸ਼ਨ ਦੇ ਵਿੱਚ, ਉਹ ਇਸੇ ਚੀਜ਼ ਨੂੰ ਹੀ ਫਿਰ ਅਸੀਂ ਇਲੈਬੋਰੇਟ ਕਰਨਾ ਹੁੰਦਾ ਬਾਡੀ ਦੇ ਵਿੱਚ ਜਾ ਕੇ। ਉਹਨੇ ਇਲੈਬੋਰੇਟ ਪੁੱਛਿਆ, ਉਹਨੇ ਡਿਸਕਸ ਪੁੱਛਿਆ, ਉਹਨੇ ਐਕਸਪਲੇਨ ਪੁੱਛਿਆ, ਉਹਨੇ ਡਿਸਕ੍ਰਾਈਬ ਪੁੱਛਿਆ, ਉਹਦੇ ਮੁਤਾਬਕ ਉਹੀ ਐਂਗਲ ਦੇ ਕੇ ਉਸ ਚੀਜ਼ ਨੂੰ ਦੇ ਕੇ ਜਾਣਾ ਹੁੰਦਾ ਹੈ। ਕਲੀਅਰ ਹੈ ਪੁਆਇੰਟ ਇੱਥੋਂ ਤੱਕ? ਹਾਂ, ਉਹੀ ਚੀਜ਼ਾਂ ਨੂੰ ਫਿਰ ਅਸੀਂ ਪੂਰੇ ਆਂਸਰ ਦੇ ਵਿੱਚ ਦੇ ਕੇ ਜਾਣਾ, ਬਾਡੀ ਦੇ ਵਿੱਚ ਉਸੇ ਚੀਜ਼ ਨੂੰ ਉਸ ਤਰੀਕੇ ਨਾਲ ਐਕਸਪਲੇਨ ਕਰਕੇ ਜਾਣਾ ਹੁੰਦਾ, ਰਾਈਟ। ਫਿਰ ਨੈਕਸਟ ਲਾਸਟ ਆ ਜਾਂਦਾ ਸਾਡੇ ਕੋਲੇ ਕੰਕਲੂਜਨ। ਕੰਕਲੂਜਨ ਜਿਹੜਾ ਹੈਗਾ, ਇੱਕ ਤਾਂ ਇਹ ਚੀਜ਼ ਹੈ ਕਿ ਪੋਜ਼ਿਟਿਵ ਨੋਟ ਤੇ ਐਂਡ ਕਰਨਾ ਚਾਹੀਦਾ ਸੀ, ਰਾਈਟ। ਦੂਸਰੀ ਚੀਜ਼, ਜੋ ਅਸੀਂ ਹੁਣ ਤੱਕ ਲਿਖ ਕੇ ਆਏ ਆ ਉਸੇ ਨੂੰ ਹੀ ਕਨਕਲੂਡ ਕਰਨਾ ਹੁੰਦਾ ਹੈ ਅਸੀਂ, ਇਹ ਕਹਿ ਲਓ ਕਿ ਇੰਟਰੋਡਕਸ਼ਨ ਦਾ ਨੈਕਸਟ ਲੈਵਲ ਕਨਕਲੂਜਨ ਹੈ, ਬਸ ਇਸ ਤਰੀਕੇ ਨਾਲ ਉਹਨੂੰ ਅਸੀਂ ਫਰੇਮ ਕਰਨਾ ਹੁੰਦਾ ਹੈ। ਨਟ ਸ਼ੈਲ 'ਚ ਇੰਨੀ ਕੋਈ ਚੀਜ਼ ਹੈ, ਇਹਨੂੰ ਜਿੰਨਾ ਮਰਜ਼ੀ ਅਸੀਂ ਸਿੰਪਲ ਬਣਾ ਲਈਏ, ਜਿੰਨਾ ਮਰਜ਼ੀ ਕੰਪਲੀਕੇਟਡ ਬਣਾ ਲਈਏ, ਪਰ ਜਦੋਂ ਅਸੀਂ ਸਿੱਖਦੇ ਹਾਂ, ਕਿਉਂਕਿ ਮੇਰੀ ਰੂਟੀਨ 'ਚ ਹੀ ਡਿਸਕਸ਼ਨ ਹੁੰਦੀ ਹੈ
ਦੋ ਚਾਰ ਪੰਜ ਸਟੂਡੈਂਟਸ ਦੇ ਨਾਲ ਉਹਨਾਂ ਦੇ ਆਨਸਰਸ ਨੂੰ ਲੈ ਕੇ, ਠੀਕ ਹੈ, ਮੈਨੂੰ ਪਤਾ ਲੱਗ ਰਿਹਾ ਤਾਂ ਉੱਥੇ ਉਹਨਾਂ ਦੇ ਜਿਵੇਂ ਕਹਿੰਦੇ ਨਾ ਵੀ ਗੱਡੀ ਦਾ ਰੇਡੀਏਟਰ ਪੂਰਾ ਗਰਮ ਹੋਈ ਜਾਂਦਾ ਵੀ ਇਹ ਕੀ ਕੁਛ ਗਦਾਸਤਾ ਕਿਵੇਂ ਕਰਾਂਗੇ ਇਹਨੂੰ, ਇਹ ਇਦਾਂ ਦੀ ਚੀਜ਼ਾਂ ਇੱਥੋਂ ਲੈ ਕੇ ਆਉਣਾ, ਇੱਥੋਂ ਲੈ ਕੇ ਆਉਣੀ, ਉਹ ਹੁੰਦੀਆਂ ਪਰ ਉਹ ਹੋ ਕੇ ਹੀ ਟਰਾਂਸਫਰਮੇਸ਼ਨ ਹੋਣੀ ਹੈ, ਰਾਈਟ। ਸੋ ਇੰਨੀ ਕੁ ਚੀਜ਼ ਦਾ ਖਿਆਲ ਰੱਖਣਾ ਆਪਾਂ ਵੀ ਕੁਐਸਚਨ ਦੀ ਡਿਮਾਂਡ ਕੀ ਹੈ, ਕੁਐਸਚਨ ਨੂੰ ਲਿਖਣਾ ਕਿਵੇਂ ਹੈ, ਬਸ ਹਰ ਲਾਈਨ ਤੇ ਆਪਣੇ ਆਪ ਨੂੰ ਇਹ ਵੇਖਣਾ ਕਿ ਕੁਐਸਚਨ ਦੀ ਜਿਹੜੀ ਡਿਮਾਂਡ ਹੈ ਮੈਂ ਉਹ ਤੋਂ ਬਾਹਰ ਤਾਂ ਨਹੀਂ ਜਾ ਰਿਹਾ ਕਿਤੇ। ਇੱਕ ਜਿਹੜਾ ਪੋਲ ਬਣਾ ਲਿਆ ਨਾ ਕੁਐਸਚਨ, ਇੱਕ ਪੋਲ ਦੀ ਤਰ੍ਹਾਂ ਲੈ ਲਓ, ਬਸ ਉਸ ਪੋਲ ਦੇ ਆਲੇ ਦੁਆਲੇ ਘੁੰਮਣਾ ਹੁੰਦਾ ਬਸ ਅਸੀਂ। ਪਰ ਇੱਕ ਚੀਜ਼ ਹੈ, ਪੋਲ ਦੇ ਆਲੇ ਦੁਆਲੇ ਵਰਲਪੂਲ ਨਹੀਂ ਬਣਾਉਣਾ, ਪੋਲ ਦੇ ਆਲੇ ਦੁਆਲੇ ਘੁੰਮਦਿਆਂ ਉੱਪਰ ਵੱਲ ਜਾਣਾ ਹੁੰਦਾ। ਕਹਿਣ ਦਾ ਮਤਲਬ ਸਾਡਾ ਆਂਸਰ ਇਦਾਂ ਦਾ ਹੋਣਾ ਚਾਹੀਦਾ, ਲੱਗੇ ਕਿ ਹਰ ਅਗਲੀ ਲਾਈਨ ਅਗਲੇ ਸਟੈਪ ਵੱਲ ਮੂਵ ਕਰ ਰਹੀ ਹੈ, ਅਗਲਾ ਪੜਾਅ ਦੇ ਰਹੇ ਹਾਂ ਅਸੀਂ। ਗੈਟਿੰਗ ਦਾ ਪੁਆਇੰਟ? ਹਾਂਜੀ ਕਲੀਅਰ ਹੈ? ਹਾਂਜੀ ਪਲੀਜ਼ ਥੰਬਸ ਅਪ, ਅਗਰ ਕਲੀਅਰ ਦਾ ਪਲੀਜ਼ ਥੰਬਸ ਅਪ, ਅਗਰ ਕੋਈ ਡਾਊਟ ਹੈ ਤਾਂ ਯੂ ਕੈਨ ਰੇਜ਼ ਹੈਂਡ, ਡਿਜੀਟਲ ਹੈਂਡ ਰੇਜ਼ ਕਰ ਸਕਦੇ ਹੋ ਅਗਰ ਕੋਈ ਵੀ ਡਾਊਟ ਹੈ ਤਾਂ ਆਪਾਂ। ਓਕੇ ਓਕੇ ਠੀਕ ਹੈ, ਨੈਕਸਟ ਪੁਆਇੰਟ ਆ ਜਾਂਦਾ, ਜੋ ਪੰਜਾਬੀ ਲਿਟਰੇਚਰ ਦੇ ਸਟੂਡੈਂਟਸ ਨੇ ਉਹਨਾਂ ਵਾਸਤੇ ਹੈਗਾ, ਮੇਰੀ ਗੱਲ ਸਾਰੇ ਪੰਜਾਬੀ ਲਿਟਰੇਚਰ ਦੇ ਹੀ ਨੇ ਸ਼ਾਇਦ, ਤੇ ਜਿੰਨਾ ਕਿ ਮੈਨੂੰ ਨਜ਼ਰ ਆ ਰਿਹਾ, ਜੋ ਪੰਜਾਬੀ ਲਿਟਰੇਚਰ ਦੇ ਸਟੂਡੈਂਟਸ ਨੇ ਉਹਨਾਂ ਵਾਸਤੇ ਕੀ ਹੈ ਕਿ ਬੜੀ ਜਲਦੀ ਨੈਕਸਟ ਵੀਕ ਫਰਾਈਡੇ ਤੱਕ ਆਪਣੇ ਜ਼ੂਮ ਸੈਸ਼ਨ ਸ਼ੁਰੂ ਹੋ ਜਾਣੇ ਆ, ਤੁਹਾਡੇ ਕੁਐਸਚਨਸ ਨੂੰ ਲੈ ਕੇ, ਤੁਹਾਡੀ ਮੇਨ ਦੀ ਤਿਆਰੀ ਨੂੰ ਲੈ ਕੇ, ਠੀਕ ਹੈ। ਉਹਦੇ ਤੇ ਆਪਾਂ ਕੀ ਕਰਨਾ ਹੈ, ਇੱਕ ਟੌਪਿਕ ਲੈ ਕੇ ਉਹਦੇ ਪਹਿਲਾਂ ਕੁਐਸਚਨਸ ਡਿਸਕਸ ਕਰਾਂਗੇ ਕਿ ਇਹ ਕੁਐਸਚਨ ਹੈ ਉਹਦਾ ਆਂਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਉਹਦੀ ਆਂਸਰ ਰਾਈਟਿੰਗ ਕਰੋਗੇ, ਉਹਦੇ ਆਂਸਰਸ ਲਿਖ ਕੇ ਫਿਰ ਭੇਜੋਗੇ, ਠੀਕ ਹੈ। ਔਰ ਪਰਟੀਕੁਲਰਲੀ ਇਹਦਾ ਫੋਕਸ ਰਹੇਗਾ ਜਿਹੜੇ ਬੱਚੇ ਇਸ ਵਾਰੀ ਮੇਨ ਦੇਣ ਜਾ ਰਹੇ ਨੇ ਉਹਨਾਂ ਤੇ ਫੋਕਸ ਰਹੇਗਾ, ਠੀਕ ਹੈ। ਉਹ ਪਹਿਲਾਂ ਆਂਸਰਸ ਨਹੀਂ ਲਿਖਣਗੇ, ਪਹਿਲਾਂ ਉਹ ਸੈਸ਼ਨਸ ਲਗਾਉਣਗੇ, ਜਿਵੇਂ ਸਪੋਜ਼ ਆਪਾਂ ਗੱਲ ਕਰਦੇ ਹਾਂ, ਸਪੋਜ਼ ਅਸੀਂ 12ਵਾਂ ਤੁਖਾਰੀ ਟੌਪਿਕ ਚੱਕਿਆ, ਉਹਦੇ ਕੁਐਸਚਨਸ ਜਿਹੜੇ ਵੀ ਸਾਡੇ ਕੋਲੇ ਵੈਬਸਾਈਟ ਤੇ ਪਏ ਹੋਏ ਆ ਜਾਂ PYQ ਨੇ ਉਹਨਾਂ ਨੂੰ ਡਿਸਕਸ ਕਰਾਂਗੇ, ਫਿਰ ਉਸ ਤੋਂ ਬਾਅਦ ਤੁਸੀਂ ਲਿਖ ਕੇ ਉਹ ਸਬਮਿਟ ਕਰੋਗੇ, ਫਿਰ ਉਹ ਚੈੱਕ ਹੋ ਕੇ ਤੁਹਾਡੇ ਕੋਲੇ ਆਉਣਗੇ, ਫਿਰ ਉਹਦੀ ਆਪਾਂ ਫੀਡਬੈਕ ਹੋਏਗੀ, ਉਹ ਫੀਡਬੈਕ ਆਪਾਂ ਦੇਖ ਲਵਾਂਗੇ, ਆਪਾਂ ਵਨ ਟੂ ਵਨ ਵੀ ਕਰਨ 'ਚ ਇੰਟਰਸਟਡ ਹੈਗੇ ਹਾਂ ਜਾਂ ਆਪਾਂ ਗਰੁੱਪ ਦੇ ਵਿੱਚ ਵੀ ਕਰ ਸਕਦੇ ਹਾਂ, ਉਹ ਕਿਵੇਂ ਕਰ ਸਕਦੇ ਹਾਂ ਆਪਾਂ, ਉਹ ਤੁਹਾਡੇ ਇੰਟਰਸਟਸ ਨੂੰ ਫੇਵਰ 'ਚ ਰੱਖ ਕੇ, ਪ੍ਰਾਇੋਰਿਟੀ ਤੁਹਾਡੇ ਇੰਟਰਸਟ ਨੂੰ, ਤੁਹਾਡੇ ਟਾਈਮ ਨੂੰ, ਤੁਹਾਡੇ ਟਾਈਮ ਮੈਨੇਜਮੈਂਟ ਨੂੰ ਰੱਖ ਕੇ ਆਪਾਂ ਕਰਾਂਗੇ ਸਾਰਾ ਕੁਝ। ਉਹ ਮੈਂ ਉਹਦੇ ਵਾਸਤੇ ਜਦੋਂ ਵੀ ਟਾਈਮ ਭਾਵੇਂ ਰਾਤ ਨੂੰ 12 ਵਜੇ ਮੈਂ ਉਦੋਂ ਵੀ ਬੈਠਣ ਨੂੰ ਤਿਆਰ ਹਾਂ, 3 ਮਹੀਨੇ ਲਈ। ਬਾਅਦ 'ਚ ਜਿੰਨਾ ਵੀ ਉੱਪਰਲੀ ਕਮਾਈ ਹੋਏਗੀ ਉਹਦਾ 10% ਮੈਨੂੰ ਭੇਜ ਦਿਆ ਕਰਿਓ, ਬਸ ਇੰਨੀ ਕੀ ਡੀਲ ਹੁੰਦੀ ਹੈ ਮੇਰੀ। ਸੋ ਜਸਟ ਕਿਡਿੰਗ। ਸੋ ਇੱਕ ਚੀਜ਼, ਠੀਕ ਹੈ। ਦੂਸਰੀ ਚੀਜ਼, ਕੋਈ ਵੀ ਸਟੂਡੈਂਟ ਉਹਦੇ ਵਿੱਚ ਲਿਟਰੇਚਰ ਵਾਲੇ ਆ ਜਿਹੜੇ ਕਲਾਸ ਸਟੂਡੈਂਟਸ ਹੈਗੇ ਆ ਜਾਂ ਟੈਸਟ ਸੀਰੀਜ਼ ਵਾਲੇ ਜਿਹੜੇ ਸਟੂਡੈਂਟਸ ਹੈਗੇ, ਉਹ ਕੋਈ ਵੀ ਸਟੂਡੈਂਟ ਆ ਸਕਦੇ ਉਸ ਜ਼ੂਮ ਦੇ ਵਿੱਚ, ਬਟ ਉਹਨਾਂ ਦੇ ਜਿਹੜੇ ਆਨਸਰਸ ਹੋਣਗੇ ਉਹ ਚੈੱਕ ਹੋ ਜਾਣਗੇ, ਉਹਦੀ ਮੈਂ ਅਜੇ ਗਰੰਟੀ ਨਹੀਂ ਕਰ ਪਾਵਾਂਗਾ, ਡਿਪੈਂਡ ਹੋਏਗਾ ਕਿ ਕਿੰਨੇ ਕੁ ਬੱਚੇ ਹੈਗੇ ਆਪਣੇ ਮੇਨ 'ਚ ਜਾਣ ਵਾਲੇ, ਇਸ ਵਾਰੀ ਲੱਗ ਰਹੇ ਕਾਫੀ ਬੱਚੇ ਕਹਿ ਰਹੇ ਆ ਹੋਪਫੁਲ ਜ਼ਿਆਦਾ ਬੱਚੇ ਜਾ ਰਹੇ ਇਸ ਵਾਰੀ ਮੇਨ ਦੇ ਵਿੱਚ, ਠੀਕ ਹੈ। ਜੇ ਉਹ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਗੀ ਤਾਂ ਫਿਰ ਜਿਹੜੇ ਬੱਚੇ ਨੈਕਸਟ ਈਅਰ ਵਾਲੇ ਹੋਣਗੇ ਫਿਰ ਉਹਨਾਂ ਦੇ ਆਨਸਰਸ ਆਪਾਂ ਬਾਅਦ ਚੈੱਕ ਕਰ ਸਕਾਂਗੇ, ਹਾਂ ਡਿਸਕਸ਼ਨ ਦੇ ਵਿੱਚ ਉਹ ਆ ਸਕਦੇ ਜ਼ੂਮ ਡਿਸਕਸ਼ਨ ਦੇ ਵਿੱਚ, ਠੀਕ ਹੈ ਜੀ। ਤਾਂ ਉਹਦੇ ਵਿੱਚ ਤੁਸੀਂ ਬੈਠੋ ਹੀ, ਮੈਂ ਤਾਂ ਇਹ ਕਹਾਂਗਾ, ਸੁਜੈਸਟ ਕਰਾਂਗਾ ਬੈਠੋ ਸਗੋਂ ਸਾਰੇ ਬੱਚੇ, ਰਾਈਟ। ਔਰ ਉੱਥੋਂ ਕਿਉਂਕਿ ਹਰ ਵਾਰੀ ਕੁਛ ਨਾ ਕੁਛ ਸਿੱਖਣ ਨੂੰ ਸਾਨੂੰ ਮਿਲਦਾ, ਨਵੀਂ ਡਿਸਕਸ਼ਨ ਕਰਦੇ ਆ, ਔਰ ਜਿਹੜੀ PYQ ਦੀ ਡਿਸਕਸ਼ਨ ਆ ਉਹ ਵੀ ਉਹਦੇ ਵਿੱਚ ਹੋਏਗੀ,
ਰੂਟੀਨ ਦੇ ਵਿੱਚ ਤੁਹਾਡੀਆਂ ਡਿਸਕਸ਼ਨਸ ਹੋਣੀ ਆ, ਜਿਹੜੇ ਮੇਨ ਵਾਲੇ ਹੈਗੇ ਖਾਸ ਤੌਰ ਤੇ ਰੂਟੀਨ ਦੇ ਵਿੱਚ ਹੀ। ਰੂਟੀਨ ਦਾ ਮੀਨਸ ਇੱਕ ਇੱਕ ਦਿਨ ਛੱਡ ਕੇ ਡਿਸਕਸ਼ਨਸ ਹੋਣਗੀਆਂ ਤੁਹਾਡੀਆਂ ਉਹਦੇ ਤੇ ਆਨਸਰ ਨੂੰ ਲੈ ਕੇ, ਕਿਉਂਕਿ ਆਪਾਂ ਲਿਟਰੇਚਰ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਜਾਣਾ। ਔਰ ਦੂਸਰੀ ਚੀਜ਼ ਇਹ ਵੀ ਹੈਗੀ ਹੈ, ਜੋ ਇੱਥੇ ਆਪਾਂ ਸਿੱਖਾਂਗੇ ਉਹ ਤੁਹਾਨੂੰ ਜੀਐਸ ਦੇ ਵਿੱਚ ਵੀ ਉਹ ਸਕਿੱਲਸ ਆਨਸਰ ਰਾਈਟਿੰਗ ਦੀ ਉੱਥੇ ਵੀ ਕੰਮ ਦੇਣਗੀਆਂ, ਔਰ ਪਲੱਸ ਤੁਹਾਨੂੰ ਐਸਏ ਦੇ ਵਿੱਚ ਵੀ ਇੰਟਰਵਿਊ ਦੇ ਵਿੱਚ ਤਾਂ ਕੰਮ ਦੇਣਾ ਹੀ ਦੇਣਾ। ਠੀਕ ਹੈ ਜੀ, ਰਾਈਟ। ਕੋਈ ਕੁਐਸਚਨਸ ਤੁਹਾਡੇ ਵੱਲੋਂ? ਮੇਰੇ ਵੱਲੋਂ ਓਵਰ ਹੈ, ਕੋਈ ਕੁਐਸਚਨਸ? ਹਾਂਜੀ ਕਿਰਨ ਜੋਤ। ਹਾਂਜੀ ਸਰ, ਆਹੀ ਕੁਐਸਚਨ ਸੀਗਾ ਕਿ ਜਿਨ੍ਹਾਂ ਨੇ ਨੈਕਸਟ ਈਅਰ ਦੇਣਾ ਉਹ ਵੀ ਜੁਆਇਨ ਕਰ ਸਕਦੇ ਨੇ। ਬਿਲਕੁਲ ਜੁਆਇਨ ਕਰ ਸਕਦੇ ਹੋ, ਬਿਲਕੁਲ ਕਰ ਸਕਦੇ ਹੋ। ਜ਼ੂਮ ਡਿਸਕਸ਼ਨ ਜੁਆਇਨ ਤੁਸੀਂ ਕਰ ਸਕਦੇ ਹੋ, ਪਰ ਆਨਸਰ ਰਾਈਟਿੰਗ ਜਿਹੜੀ ਹੈਗਾ, ਜਿਹੜੀ ਹੈਗੀ ਆ ਆਨਸਰ ਰਾਈਟਿੰਗ, ਆਪਾਂ ਤੁਹਾਡੀ ਚੈੱਕ ਕਰ ਸਕਾਂਗੇ ਨਹੀਂ ਕਰ ਸਕਾਂਗੇ, ਮੈਂ ਜੋ ਉਹਦੇ ਤੇ ਗਰੰਟੀ ਨਹੀਂ ਕਰਾਂਗਾ। ਕਿਉਂਕਿ ਹਰ ਸਾਲ ਇਦਾਂ ਹੀ ਹੁੰਦਾ ਹੈ ਕਿ ਜਦੋਂ ਹੁੰਦਾ ਕਿ ਹੁਣ ਮੇਨ ਵਾਲੇ ਬੱਚਿਆਂ ਤੇ ਫੋਕਸ ਕਰਨਾ, ਤਾਂ ਫਿਰ ਜਿਹੜੇ ਨੈਕਸਟ ਈਅਰ ਦੇ ਰਹੇ ਬੱਚੇ, ਫਿਰ ਉਹਨਾਂ ਨੂੰ ਥੋੜਾ ਜਿਹਾ ਰਿਕੁਐਸਟ ਹੋ ਜਾਂਦੀ ਕਿ ਆਪਾਂ ਮੇਨ ਹੋ ਜਾਣ ਤੋਂ ਉਸ ਤੋਂ ਬਾਅਦ ਤੁਸੀਂ ਆਪਣਾ ਕਰ ਲਿਓ ਆਨਸਰ ਰਾਈਟਿੰਗ ਜਿੰਨੀ ਫਾਸਟ ਤੁਸੀਂ ਕਰਨਾ ਚਾਹੋ। ਠੀਕ ਹੈ, ਠੀਕ ਪਰ ਹੈ ਜੇ ਸਰ। ਤੁਸੀਂ ਸਰ ਹੁਣ ਇਹ ਵੈਸੇ ਡਿਸਿਜ਼ਨ, ਹਾਂਜੀ ਜੇ ਪਲੀਜ਼। ਵੈਸੇ ਮਤਲਬ ਆਪਾਂ ਸਿਲੇਬਸ ਜਿਵੇਂ ਹਰ ਟੋਪਿਕ ਕੰਪਲੀਟ ਕਰਕੇ ਕੋਈ ਆਂਸਰ ਰਾਈਟਿੰਗ ਕਰਾਂਗੇ, ਕੁਐਸਚਨਸ ਤੁਹਾਨੂੰ ਸੈਂਡ ਤਾਂ ਕਰ ਸਕਦੇ ਹਾਂ ਨਾ, ਮਤਲਬ ਕਿ ਆਪਾਂ ਆਂਸਰ ਲਿਖਿਆ ਸੀ ਜਿਵੇਂ। ਉਹਦੇ ਵਿੱਚ ਇਹ ਹੋ ਜਾਏਗਾ ਕਿ ਜੇ ਸਪੋਜ਼ ਆਪਾਂ ਹੁਣ ਚੈੱਕ ਨਹੀਂ ਕਰ ਪਾਏ, ਕਿਉਂਕਿ ਪਤਾ ਕੀ ਹੈ, ਫਿਰ ਕੰਪਰੋਮਾਈਜ਼ ਹੋਏਗਾ ਤੁਹਾਡੇ ਨਾਲ ਵੀ, ਮੇਰਾ ਆਪਣੇ ਆਪ ਨਾਲ ਵੀ ਤੇ ਮੇਨ ਵਾਲਿਆਂ ਨਾਲ ਵੀ। ਠੀਕ ਹੈ, ਜੇ ਨਹੀਂ ਚੈੱਕ ਪਾਏ ਕਰ ਪਾਏ, ਤੁਸੀਂ ਪਾਈਲ ਅਪ ਕਰ ਰਹੇ ਹੋ, ਠੀਕ ਹੈ, ਜਿਹੜੀ ਸਪੋਜ਼ ਤੁਹਾਡੇ 'ਚ ਕੋਈ ਕਮੀ ਹੈਗੀ ਹੈ ਤੁਹਾਡੀ ਆਨਸਰ ਰਾਈਟਿੰਗ 'ਚ, ਫਿਰ ਉਹ ਕਮੀ ਤੁਹਾਡੇ ਅਗਲੇ 25 ਆਨਸਰਾਂ ਦੇ ਵਿੱਚ ਉਹੀ ਚੱਲਦੀ ਰਹੇਗੀ। ਇਸੇ ਕਰਕੇ ਸ਼ੁਰੂ 'ਚ ਆਪਾਂ ਕੀ ਕਰਦੇ ਹੁੰਦੇ ਹਾਂ, ਬੱਚੇ ਤੋਂ ਦੋ ਦੋ ਆਨਸਰਸ ਲਿਖਵਾਉਣੇ, ਇਸੇ ਕਰਕੇ ਸ਼ੁਰੂ ਕਰਦੇ ਹੁੰਦੇ ਹਾਂ ਕਿ ਪਹਿਲਾਂ ਮੈਨੂੰ ਇਹ ਪਤਾ ਲੱਗ ਜੇ ਕਿੱਥੇ ਕਿੱਥੇ ਇੰਪਰੂਵਮੈਂਟਸ ਦੀ ਜ਼ਰੂਰਤ ਹੈਗੀ, ਕਿਉਂਕਿ ਜਿੰਨਾ ਹੀ ਉਹਨੂੰ ਜ਼ਿਆਦਾ ਲਿਖਦੇ ਜਾਓਗੇ ਉਨੀ ਉਹ ਗਲਤੀ ਅੰਦਰ ਪੱਕੀ ਹੁੰਦੀ ਜਾਂਦੀ ਹੈ। ਠੀਕ ਹੈ, ਸਟਾਰਟਿੰਗ 'ਚ ਇਹੀ ਪਰਪਸ ਹੁੰਦਾ ਸਾਡਾ, ਦੋ ਦੋ ਆਨਸਰ ਲਿਖਵਾਉਣ ਦਾ, ਕਿ ਪਤਾ ਚੱਲੇ ਕਿੱਥੇ ਕਮੀਆਂ ਨੇ, ਕਿਹੜੀਆਂ ਚੀਜ਼ਾਂ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ। ਰਾਈਟ, ਹਾਂਜੀ, ਕੋਈ ਹੋਰ ਕੁਐਸਚਨ ਕਿਸੇ ਸਟੂਡੈਂਟ ਦਾ, ਕੋਈ ਕੁਐਸਚਨ ਕਿਸੇ ਤਰ੍ਹਾਂ ਦਾ, ਕੋਈ ਵੀ, ਜਾਂ ਲਿਟਰੇਚਰ ਨੂੰ ਲੈ ਕੇ ਜਾਂ ਅਦਰਵਾਈਜ਼ ਤਿਆਰੀ ਨੂੰ ਲੈ ਕੇ, ਜੀਐਸ ਨੂੰ ਲੈ ਕੇ, ਕੋਈ ਸਟ੍ਰੈਟਜੀ ਨੂੰ ਲੈ ਕੇ, ਕਿਸੇ ਤਰ੍ਹਾਂ ਦਾ ਵੀ ਕੋਈ ਕੁਐਸਚਨ ਹੈਗਾ, ਆਪਾਂ 1-2 ਮਿੰਟ ਲਗਾ ਸਕਦੇ ਹਾਂ। 6 ਵਜੇ ਤੱਕ ਦਾ ਟਾਈਮ ਆਪਣੇ ਕੋਲ ਮੈਕਸਿਮਮ ਹੈਗਾ। ਕੋਈ ਸਰ ਕੁਐਸਚਨ? ਆਪਾਂ ਅਗਰ ਆਪਸ਼ਨਲ ਦੇ ਵਿੱਚ ਮਤਲਬ ਪੂਰਾ ਹਾਰਡ ਵਰਕ ਕਰੀਏ, ਪੂਰੀ ਆਂਸਰ ਰਾਈਟਿੰਗ ਕਰੀਏ, ਤਾਂ ਆਪਾਂ ਮੈਕਸਿਮਮ ਕਿੰਨਾ ਸਕੋਰ ਕਰ ਸਕਦੇ ਹਾਂ? ਇਹਦਾ ਕੋਈ ਇਹਦਾ ਆਂਸਰ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਮੈਕਸਿਮਮ 500 ਦਿੱਤਾ ਹੋਇਆ ਨਾ। ਨਹੀਂ ਸਰ, ਜਿਵੇਂ ਮਤਲब ਹੋਰ ਦੇਖੋ ਸਬਜੈਕਟਸ ਨੇ ਇਦਾਂ 300 ਹਾਂ, ਜਾਂ 313 ਤੱਕ, ਹਾਂਜੀ ਇਦਾਂ ਹਾਂਜੀ, ਸਰ ਜਿਵੇਂ ਦੂਸਰੇ ਸਬਜੈਕਟਸ ਨੇ ਉਹਨਾਂ ਵਿੱਚ ਜਿਵੇਂ 300, 313, 14 ਤੱਕ ਮਤਲਬ ਪਹੁੰਚਦੇ ਆ ਉਵੇਂ। ਯੈਸ ਯੈਸ। ਅੱਛਾ, ਤੁਸੀਂ ਉਵੇਂ ਜੇ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ, ਤੁਸੀਂ 315 ਤੋਂ ਲੈ ਕੇ 325 ਤੱਕ ਜਾ ਸਕਦੇ ਹੋ, ਜਾ ਸਕਦੇ ਹੋ। 300 ਸਾਡਾ ਆਇਆ ਹੋਇਆ, ਠੀਕ ਹੈ। ਦੂਸਰੀ ਚੀਜ਼ ਹੈਗੀ ਹੈ ਕਿ ਹੁੰਦਾ ਕੀ ਹੈ ਨਾ, ਆਪਾਂ ਨੂੰ ਪਹਿਲਾਂ ਜਿਵੇਂ ਹੁਣ ਤੁਸੀਂ ਨੈਕਸਟ ਈਅਰ ਦੇਣਾ, ਹੋਰ ਕੁਝ ਬੱਚੇ ਨੇ ਇੱਥੇ ਜਿਹੜੇ ਮੈਂ ਵੇਖ ਪਾ ਰਿਹਾ, ਉਹਨਾਂ ਨੇ ਨੈਕਸਟ ਈਅਰ ਦੇਣਾ ਪ੍ਰੀ ਅਜੇ, ਉਹਨਾਂ ਨੇ ਸ਼ੁਰੂ ਕੀਤਾ ਹੈ, ਠੀਕ ਹੈ। ਉਹ ਜੇ ਹੁਣ ਦਸੰਬਰ ਤੱਕ ਸਪੋਜ਼ ਆਏ, ਆਪਾਂ ਹੁਣ ਮੇਨ ਤੱਕ ਨਹੀਂ ਤੁਹਾਡੇ ਆਨਸਰ ਚੈੱਕ ਕਰ ਸਕਦੇ, ਮੇਨ ਤੋਂ ਬਾਅਦ ਸ਼ੁਰੂ ਕਰ ਦੇਂਗੇ, ਤੁਹਾਡੇ 3-4 ਮਹੀਨੇ ਉਹ ਲਗਾ ਦਾਂਗੇ ਵਧੀਆ ਤਰੀਕੇ ਨਾਲ, ਉਦੋਂ ਤੱਕ ਤੁਸੀਂ ਪੜ੍ਹ ਲਓ ਤਾਂ ਕਿ ਤੁਹਾਡੀ ਆਨਸਰ ਰਾਈਟਿੰਗ ਫਾਸਟ ਹੋਣੀ ਸ਼ੁਰੂ ਹੋ ਜਾਵੇ। ਤਾਂ ਉਸ ਵੇਲੇ ਕੀ ਹੋ ਸਕਦਾ, ਜਦੋਂ ਫਾਸਟ ਆਨਸਰ ਰਾਈਟਿੰਗ ਆਪਣੀ ਚੱਲ ਰਹੀ ਹੋਏਗੀ, ਤੇਜ਼ੀ ਨਾਲ ਕਰ ਰਹੇ ਹੋਵਾਂਗੇ ਆਪਾਂ ਕੰਮ ਨੂੰ, ਤਾਂ ਉਸ ਵੇਲੇ ਆਪਾਂ ਸਾਰਾ ਕੁਝ ਕਵਰ ਅਪ ਕਰ ਲਵਾਂਗੇ। ਦੂਜੀ ਚੀਜ਼ ਹੁੰਦੀ ਹੈ
ਕਿ ਜਿਵੇਂ ਤੁਹਾਨੂੰ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਕਿ ਅਸੀਂ ਉਸ ਤਰੀਕੇ ਨਾਲ ਕੰਮ ਨੂੰ ਕਰ ਰਹੇ ਹਾਂ, ਜੇ ਉਸ ਤਰੀਕੇ ਨਾਲ ਕਰ ਰਹੇ ਹਾਂ ਤਾਂ ਸਕੋਰ ਆ ਜਾਂਦਾ। ਇਹ ਨਹੀਂ ਮੈਂ ਕਹਿੰਦਾ ਕਿ ਕੋਈ ਬੱਚਾ ਡੈਲੀਬਰੇਟਲੀ ਨਹੀਂ ਕਰਦਾ, ਹੁੰਦਾ ਕੀ ਹੈ GS ਵੀ ਪੜ੍ਹਨੀ ਹੁੰਦੀ ਹੈ, ਐਸੇ ਵੀ ਕਰਨਾ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਫਿਰ ਕਈ ਵਾਰੀ ਕੀ ਹੁੰਦਾ ਨਾ, ਅਸੀਂ ਜੋ ਮਾਰਕੀਟ ਦੇ ਵਿੱਚ ਜਿਵੇਂ ਚੱਲੀ ਜਾਂਦਾ ਨਾ, ਅਸੀਂ ਉਧਰ ਉਲਝ ਜਾਂਦੇ। ਮੈਂ ਬਹੁਤ ਵਾਰੀ ਬੱਚਿਆਂ ਨੂੰ ਕਹਿਣਾ, ਇਸੇ ਕਰਕੇ ਅੱਜ ਦਾ ਸੈਸ਼ਨ ਲਗਾਉਣਾ ਮੈਨੂੰ ਅੰਦਰੋਂ ਆ ਰਿਹਾ ਸੀ ਕਿ ਨਹੀਂ ਮੈਂ ਇੱਕ ਵਾਰੀ ਲਾਵਾਂ। ਕੋਈ ਵੀ ਬੱਚੇ ਆ ਰਿਹਾ, ਚਾਹੇ ਉਹ GS ਦੇ, ਚਾਹੇ ਕਿਸੇ ਵੀ ਹੋਰ ਇੰਸਟੀਟਿਊਟ ਤੋਂ ਤਿਆਰੀ ਕਰੇ, ਕਿਤੋਂ ਵੀ ਕਰ ਰਹੇ ਹੈ, ਇੱਕ ਵਾਰੀ ਆਪਣੇ ਵੱਲੋਂ ਕੋਸ਼ਿਸ਼ ਕਰੀਏ ਬੱਚਿਆਂ ਤੱਕ ਇਸ ਮੈਸੇਜ ਨੂੰ ਪਹੁੰਚਾਉਣ ਦੀ ਕਿ ਯਾਰ ਜਿਵੇਂ ਆਮ ਬੱਚੇ ਪੜ੍ਹ ਰਹੇ ਹੋ, ਉਵੇਂ ਨਾ ਪੜ੍ਹੋ ਪਲੀਜ਼। ਫੋਕਸ ਕਰੋ ਆਂਸਰ ਰਾਈਟਿੰਗ, ਫੋਕਸ ਕਰੋ ਆਪਣੀਆਂ ਰਾਈਟਿੰਗ ਸਕਿੱਲਸ ਨੂੰ ਡਿਵੈਲਪ ਕਰਨ ਤੇ, ਕੁਝ ਵੱਖਰੇ ਤਰੀਕੇ ਨਾਲ ਕਰੋ। ਕਿਉਂਕਿ ਜਿਹੜੇ ਜੇਤੂ ਲੋਕ ਹੁੰਦੇ ਕੋਈ ਕੰਮ ਵੱਖਰੇ ਨਹੀਂ ਕਰਦੇ। ਇਹ ਨਹੀਂ ਕਿ ਜਿਹੜੇ ਜਿੱਤ ਕੇ ਆਏ ਆ UPSC ਚੋਂ, ਉਹਨਾਂ ਨੇ ਕੋਈ ਮੇਨ ਦੀ ਥਾਂ ਤੇ ਕੁਝ ਹੋਰ ਐਗਜ਼ਾਮ ਦਿੱਤਾ ਸੀ, ਬਸ ਉਹ ਕੰਮ ਨੂੰ ਵੱਖਰੇ ਤਰੀਕੇ ਨਾਲ ਕਰਦੇ ਆ। ਕੰਮ ਉਹੀ ਕਰ ਰਹੇ ਹੁੰਦੇ, ਤਰੀਕਾ ਵੱਖਰਾ ਹੁੰਦਾ ਉਹਨਾਂ ਦਾ ਦੂਜਿਆਂ ਨਾਲੋਂ, ਤਾਂ ਹੀ ਉਹ ਜਿੱਤ ਕੇ ਆਉਂਦੇ ਨੇ। ਇੰਨਾ ਹੀ ਫਰਕ ਹੁੰਦਾ ਬਸ, ਠੀਕ ਹੈ? ਤਾਂ ਉਸ ਚੀਜ਼ ਤੇ ਧਿਆਨ ਦੇਣਾ, ਰਾਈਟ? ਆਪਣੇ ਜਿਹੜੇ ਜਿਹੜੇ ਬੱਚੇ ਅਗਲੇ ਸਾਲ ਦੇਣ ਜਾ ਰਹੇ ਨਾ, ਆਪਣਾ GS, ਆਪਣਾ SA, ਉਹਨੂੰ ਹੁਣੇ ਨਾ ਮੈਨੇਜ ਕਰੋ, ਇੱਕ ਸਟ੍ਰੈਟਜੀ ਬਣਾਓ, ਆਪਣੀ ਇੱਕ ਬਾਉਂਡਰੀ ਡਿਸਾਈਡ ਕਰੋ ਕਿ ਮੈਂ ਇੰਨਾ ਪੜ੍ਹਨਾ ਬਸ, ਠੀਕ ਹੈ? ਉਹਨੂੰ ਡਿਸਾਈਡ ਕਰੋ, ਆਪਣੇ ਮਾਈਕਰੋ ਸ਼ਡਿਊਲਸ ਬਣਾਓ ਕਿ ਇੱਕ ਹਫ਼ਤੇ 'ਚ ਮੇਰਾ ਇੰਨਾ ਕੰਮ ਹੋਣਾ ਚਾਹੀਦਾ, ਅਗਲੇ ਹਫ਼ਤੇ 'ਚ ਮੇਰਾ ਇੰਨਾ ਕੰਮ ਹੋਣਾ ਚਾਹੀਦਾ, ਤੀਸਰੇ ਹਫ਼ਤੇ 'ਚ ਮੇਰਾ ਇੰਨਾ ਕੰਮ ਹੋਣਾ ਚਾਹੀਦਾ। ਇਸ ਤਰੀਕੇ ਨਾਲ ਕੰਮ ਨੂੰ ਕਰੋ ਤਾਂ ਕਿ ਅਸੀਂ ਹਰੇਕ ਸਬਜੈਕਟ ਨਾਲ ਜਸਟਿਸ ਕਰ ਸਕੀਏ। ਜੇ ਤੁਸੀਂ ਮੇਰੇ ਵਾਸਤੇ ਉਹਨਾਂ ਕਿ ਟਾਈਮ ਲੈ ਆਓਗੇ ਕਿ ਯੈਸ ਲਿਟਰੇਚਰ ਵਾਸਤੇ ਸਾਡੇ ਕੋਲ ਇੰਨਾ ਟਾਈਮ ਹੈਗਾ, ਅਸੀਂ ਹੁਣ ਰੈਡੀ, ਦੱਸੋ ਕਿੱਦਾਂ ਦੀਆਂ ਚੇਂਜਸ ਕਰਨੀ। ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਕਿ ਆਪਾਂ 315 ਤੋਂ ਸਕੋਰ ਕ੍ਰਾਸ ਕਰ ਸਕਦੇ, ਕੋਈ ਬਹੁਤ ਵੱਡੀ ਗੱਲ ਨਹੀਂ। ਸਾਨੂੰ ਵੀ ਹਰ ਵਾਰੀ ਇਹ ਹੁੰਦੀ ਹੈ ਚੀਜ਼, ਨਿਰਾਸ਼ਾ ਹੁੰਦੀ ਕਿ ਨਹੀਂ ਉਹਨਾਂ ਸਕੋਰ ਜਿੰਨਾ ਅਸੀਂ ਐਕਸਪੈਕਟ ਕਰਦੇ ਸਾਡੇ ਬੱਚੇ ਲੈ ਆਉਣਗੇ, ਉਹਨਾਂ ਆ ਨਹੀਂ ਰਿਹਾ ਬੱਚੇ। ਉਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਕਿ ਬੱਚਿਆਂ ਦਾ ਕੋਈ ਕਸੂਰ ਹੈ, ਬਸ ਮੈਨੇਜ ਕਰਨੀਆਂ ਹੁੰਦੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ, ਉਹਨਾਂ ਨੂੰ ਆਪਾਂ ਕਰਨਾ ਸਿੱਖ ਲਈਏ। ਕਿਉਂਕਿ ਹੁਣ ਸਾਰੀ ਉਮਰ ਤੁਸੀਂ ਮੈਨੇਜ ਹੀ ਕਰਨਾ ਚੀਜ਼ਾਂ ਨੂੰ, ਹੋਰ ਕੁਝ ਨਹੀਂ, ਤੁਹਾਡਾ ਕੰਮ ਮੈਨੇਜ ਕਰਨਾ ਹੀ ਅੱਗੇ ਜਾ ਕੇ ਜਦੋਂ IAS ਬਣ ਗਏ, ਰਾਈਟ? ਦਫ਼ਤਰ 'ਚ ਬੈਠੇ ਹੋ ਤਾਂ ਆਫਿਸ ਨੂੰ ਮੈਨੇਜ ਕਰਨਾ, ਬਾਹਰ ਆ ਗਏ ਤਾਂ ਜਿਹੜਾ 2 ਨੰਬਰ ਦਾ ਪੈਸਾ ਆਇਆ ਉਹਨੂੰ ਕਿਵੇਂ ਮੈਨੇਜ ਕਰੀਏ, ਕਿਹਦੇ ਨਾਂ ਤੇ ਭੇਜੀਏ ਉਹਨੂੰ, ਕਿਹਦੇ ਨਾਂ ਤੇ ਇੱਧਰ ਉੱਧਰ ਟ੍ਰਾਂਸਫਰ ਕਰੀਏ, ਇਹ ਜਿਹਾ ਕੁਝ ਹੀ ਚੱਲਦਾ ਬਸ, ਠੀਕ ਹੈ, ਰਾਈਟ? ਓਕੇ ਜੀ, ਰਾਈਟ, ਠੀਕ ਹੈ। ਹੈਲੋ ਸਰ। ਹਾਂਜੀ 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 ਸਰ ਮੈਂ ਪੁੱਛ ਰਿਹਾ ਸੀ ਸਰ, GS ਦਾ ਇਹ ਸਮਝ ਨਹੀਂ ਲੱਗ ਰਿਹਾ ਵੀ ਕਿਹੜੇ ਸਬਜੈਕਟ ਤੋਂ ਕਿਵੇਂ ਸ਼ੁਰੂ ਕਰੀਏ ਜੀ। ਹੁਣ ਕਈ ਵਾਰੀ ਤਾਂ ਲੱਗਦਾ ਪੋਲੀਟੀ ਦਾ ਚੱਕ ਲਈਏ, ਉਹ ਤੋਂ ਉਹਦੀ ਆਂਸਰ ਰਾਈਟਿੰਗ ਕਰ ਲਈਏ, ਕਈ ਵਾਰ ਲੱਗਦਾ ਹੈ ਹਿਸਟਰੀ ਦਾ, ਮਾਡਰਨ ਹਿਸਟਰੀ ਦਾ ਚੱਕ ਲਈਏ, ਇਸ ਤਰ੍ਹਾਂ ਕੁਐਸਚਨਿੰਗ ਦੀ ਕਈ ਵਾਰੀ ਤਿਆਰ ਕਰਨ ਵਾਲਾ ਹੀ ਲੱਗਦਾ ਵੀ ਸਬਜੈਕਟ ਚੇਂਜ ਕਰਕੇ ਹੋਰ ਕਰ ਲਈਏ। ਇਹ ਦੇਖੋ, ਵੈਸੇ ਤਾਂ ਜਨਰਲੀ ਇਹ ਪਰਸਨ ਟੂ ਪਰਸਨ ਵੇਰੀ ਕਰਦਾ, ਪਰ ਮੇਰੀ ਜੇ ਤੁਸੀਂ ਮੇਰੇ ਤੋਂ ਪੁੱਛਦੇ ਤਾਂ ਮੇਰੀ ਸੁਜੈਸ਼ਨ ਇਹ ਹੁੰਦੀ ਹੈ ਕਿ ਤੁਸੀਂ 2 ਤੋਂ ਵੱਧ ਸਬਜੈਕਟ ਚੱਕੋ ਇੱਕੋ ਵੇਲੇ, ਇੱਕੋ ਵੇਲੇ 2 ਤੋਂ ਵੱਧ ਸਬਜੈਕਟ ਚੱਕੋ, ਜਿਵੇਂ ਪੋਲਿਟਿਕ ਚੱਕ ਲਈ, ਹਿਸਟਰੀ ਚੱਕ ਲਈ, ਇਕਨੋਮੀ ਚੱਕ ਲਈ, ਹੈ ਨਾ? ਇੱਕ ਇਹ ਚੱਕ ਲਓ ਜਿਹੜਾ ਤੁਹਾਨੂੰ ਸੌਖਾ ਲੱਗਦਾ, ਇੱਕ ਉਹ ਚੱਕ ਲਓ ਜਿਹਦੀ ਤੁਹਾਨੂੰ ਲੱਗਦਾ ਜੇ ਮੈਨੂੰ ਐਫਰਟਸ ਲਗਾਉਣ ਦੀ ਲੋੜ ਹੈ, 2 ਤੋਂ ਵੱਧ ਸਬਜੈਕਟ ਚੱਕੋ, ਉਹ ਫਿਰ ਸਹੀ ਹੋ ਜਾਂਦਾ ਕੰਮ। ਪਰ ਐਸੇ ਨੂੰ ਵੀ ਨਾਲ ਹੀ ਰੱਖੀਏ ਜਾਂ ਇਹਨੂੰ ਬਾਅਦ ਦੇ ਵਿੱਚ ਅਸੀਂ ਇਹ ਕਹੀਏ GS ਕਿਸ ਕਰਨ ਨੂੰ ਤੋਂ ਜੀ, ਬਾਅਦ? ਪ੍ਰੀ ਨੂੰ, ਨਹੀਂ ਸਰ, ਐਸੇ ਐਸੇ ਰਾਈਟਿੰਗ ਸਰ। ਐਸੇ ਰਾਈਟਿੰਗ? ਐਸੇ ਰਾਈਟਿੰਗ ਤੁਸੀਂ ਥੋੜਾ ਰੁਕ ਕੇ ਵੀ ਕਰ ਸਕਦੇ ਹੋ, ਥੋੜਾ ਰੁਕ ਕੇ ਵੀ ਕਰ ਸਕਦੇ ਹੋ, ਥੋੜਾ ਜਦੋਂ ਸਾਡਾ ਇੱਕ ਇਨਫੋਰਮੇਸ਼ਨ ਦਾ ਇੱਕ ਮਿਨੀਮਮ ਬੇਸ ਬਣ ਗਿਆ, ਫਿਰ ਉਦੋਂ ਕਰ ਸਕਦੇ ਹੋ ਤੁਸੀਂ। ਓਕੇ ਸਰ, ਓਕੇ, ਥੈਂਕ ਯੂ। ਹਾਂ ਹਾਂ ਠੀਕ ਹੈ। ਹਾਂਜੀ ਹਰਮਨ, ਤੁਹਾਡਾ ਕੁਐਸਚਨ ਸੀ ਕੋਈ? ਸਰ ਮੈਂ ਇਹ ਪੁੱਛਣਾ ਸੀਗਾ ਕਿ ਜਿਵੇਂ ਜਿਹੜੇ ਬੱਚਿਆਂ ਦੇ ਜਾਂ ਜਿਵੇਂ ਮੇਰਾ ਬੈਚ ਸਰ ਐਕਸਪਾਇਰ ਹੋ ਗਿਆ ਸੀਗਾ, ਜਿਹਦੇ ਵਿੱਚ ਪੂਰਾ ਸੀਗਾ ਆਪਸ਼ਨਲ ਦਾ,
ਬਸ ਆਂਸਰ ਰਾਈਟਿੰਗ ਸੀਗਾ, ਤੇ ਸਰ ਮੈਂ ਹੁਣ ਆਂਸਰ ਰਾਈਟਿੰਗ ਦਾ ਮੈਨੂੰ ਕੋਰਸ ਬਾਏ ਕਰਨਾ ਪਊਗਾ, ਇੱਕ ਵਾਰੀ ਉਹ ਯਾਨੀ ਇੱਕ ਕੋਰਸ ਸਾਲ ਬਾਰੇ ਦੀ ਦੱਸ ਵੈਲਿਡਿਟੀ ਦਿਓ। ਸੀ? ਹਾਂਜੀ ਓਕੇ, ਹਾਂ, ਜਿਹੜੇ ਬੱਚਿਆਂ ਦੀ 1 ਸਾਲ ਦੀ ਵੈਲਿਡਿਟੀ ਸੀ, ਉਹਨਾਂ ਨੂੰ ਆਂਸਰ ਰਾਈਟਿੰਗ ਹੈ ਜਿਹੜੀ ਉਹ ਰੀਜੁਆਇਨ ਕਰਨੀ ਪੈਣੀ ਹੈ। ਉਹਦੇ ਵਿੱਚ ਜਨਰਲੀ ਜਿਹੜਾ ਸਾਡਾ ਆਂਸਰ ਰਾਈਟਿੰਗ ਦਾ ਜਿਹੜਾ ਪੂਰਾ ਪਲਾਨ ਹੈਗਾ ਉਹ 1 ਸਾਲ ਦਾ ਹੁੰਦਾ। 1 ਸਾਲ ਮੀਨਸ ਜੇ ਅੱਜ ਤੁਸੀਂ ਲੈ ਰਹੇ ਹੋ, ਸਪੋਜ਼ ਜੇ ਤੁਸੀਂ ਅਗਲੇ ਮੇਨ ਦੇਣਾ ਤਾਂ ਉਹ ਮੇਨ ਤੱਕ ਰਹੇਗੀ, ਮਤਲਬ 1.25 ਸਾਲ ਹੀ ਹੋ ਗਿਆ ਉਹ। ਠੀਕ ਹੈ, ਕਿਉਂਕਿ ਸਾਨੂੰ ਪਤਾ ਹੁਣ ਤੁਸੀਂ 1 ਸਾਲ ਦੀ ਲੈ ਲਈ, ਅਗਲੇ ਪ੍ਰੀ ਤੱਕ ਜਾ ਕੇ ਉਹ ਖਤਮ ਹੋ ਗਈ, ਫਿਰ ਤੁਸੀਂ ਕੀ ਕਰੋਗੇ? ਨਹੀਂ, ਪਰ ਅਸੀਂ ਉਹਨੂੰ 1 ਸਾਲ ਤੋਂ ਵਧਾ ਕੇ, ਮੀਨਸ 1 ਸਾਲ ਦਾ ਮਤਲਬ ਸਾਡਾ ਹੈ ਕਿ ਅਗਲੇ ਮੇਨ ਤੱਕ ਹੋ ਰਹੇਗੀ। ਉਹਦੇ ਚ ਜਨਰਲੀ ਜਿਹੜਾ ਹੈਗਾ ਉਵੇਂ ਹੀ ਹੋਣਗੀਆਂ ਆਨਸਰਸ, ਜਿਵੇਂ ਪਹਿਲਾਂ ਆਨਸਰ ਰਾਈਟਿੰਗ ਹੋਏਗੀ 2-2 ਕੁਐਸਚਨਸ ਕਰਕੇ ਹਰ ਟੌਪਿਕ ਤੇ, ਫਿਰ ਉਸ ਤੋਂ ਬਾਅਦ ਤੁਹਾਡੇ 3-3 ਘੰਟੇ ਦੇ ਟੈਸਟ ਹੋਣੇ ਆ ਸੈਕਸ਼ਨ ਵਾਈਜ਼। ਜਿਵੇਂ ਪੇਪਰ 1A ਸੈਕਸ਼ਨ ਆ ਜਿਹੜਾ, ਉਹਦਾ ਪੂਰੇ 3 ਘੰਟੇ ਦਾ ਸਿਲੇਬਸ ਆਏਗਾ, ਫਿਰ ਪੂਰੇ ਪੇਪਰ ਦਾ ਹੋਏਗਾ। ਇਸ ਤਰੀਕੇ ਨਾਲ ਉਹ ਅਨਲਿਮਿਟਡ ਹੋਣਗੇ, ਉਹ ਤੁਹਾਨੂੰ ਉਵੇਂ ਹੀ ਫੀਡਬੈਕ ਮਿਲਣੀ ਹੈ, 1-to-1 ਫੀਡਬੈਕ ਮਿਲਣੀ ਹੈ। ਤੇ ਜਿਹੜੇ ਅਗਲੇ ਸਾਲ ਦੇਣ ਜਾ ਰਹੇ ਬੱਚੇ, ਉਹਨਾਂ ਦਾ ਜਨਰਲੀ ਆਉਂਦਾ ਕਿ ਵਿਦਇਨ 3 ਡੇਜ਼ ਤੁਹਾਡੇ ਕੋਲ ਪੇਪਰ ਚੈੱਕ ਹੋ ਕੇ ਆਉਂਦਾ ਗਾ। ਔਰ ਆਡੀਓ ਫੀਡਬੈਕ ਵੀ ਆਉਂਦੀ ਹੈ, ਜੇ ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਕਿ ਮੈਨੂੰ ਟੈਲੀਫੋਨਿਕਲੀ ਡਿਟੇਲਡ ਫੀਡਬੈਕ ਚਾਹੀਦੀ, ਤੁਸੀਂ ਬਸ ਮੈਸੇਜ ਪਾਉਣਾ ਕਿ ਸਰ ਮੈਨੂੰ ਇੱਥੇ ਫੀਡਬੈਕ ਚਾਹੀਦੀ ਹੈ ਟੈਲੀਫੋਨਿਕਲੀ, ਤੇ ਤੁਹਾਨੂੰ ਟਾਈਮ ਆ ਜਾਂਦਾ ਇਸ ਟਾਈਮ ਤੇ ਕਾਲ ਕਰ ਲਿਓ, ਫਿਰ ਉਹ 'ਚ 1-to-1 ਡਿਸਕਸ਼ਨ ਹੁੰਦੀ ਹੈ ਸਾਡੀ। ਠੀਕ ਹੈ, ਤਾਂ ਉਹ ਤੁਹਾਨੂੰ ਰੀਜੁਆਇਨ ਕਰਨਾ ਪਏਗਾ। ਉਹਦੇ ਵਿੱਚ ਉਹਦੇ 15,000 ਰੁਪਏ ਹੈਗੀ ਹੈ ਵੈਸੇ, ਪਰ ਜਿਹੜੇ ਆਪਣੇ ਪੁਰਾਣੇ ਸਟੂਡੈਂਟਸ ਨੇ ਸਾਡੇ, ਉਹਨਾਂ ਵਾਸਤੇ 12,000 ਰੁਪਏ ਫੀਸ ਹੈਗੀ ਦੇ 1 ਸਾਲ ਦੀ। ਰਾਈਟ, ਠੀਕ ਹੈ ਜੀ। ਹਾਂਜੀ 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 ਸਰ, ਜਿਵੇਂ ਅਸੀਂ ਜੁਆਇਨ ਕਰਨੀ ਹੈ ਅਸੀਂ ਇੰਸਟੀਚਿਊਟ ਨੂੰ ਆਨਸਰ ਰਾਈਟਿੰਗ ਜੁਆਇਨ ਕਰਨੀ ਹੈ, ਕੀ ਐਪ ਰੂ ਰਾਹੀਂ ਜਾਂ ਕਿਸ ਤਰ੍ਹਾਂ ਅਸੀਂ ਜੁਆਇਨ ਕਰੀਏ? ਤੁਸੀਂ ਲਿਟਰੇਚਰ ਵਾਸਤੇ ਜੁਆਇਨ ਕਰਨੀ ਹੈ ਜੀ? ਸਰ ਅਸੀਂ ਤਾਂ ਚਾਹਾਂਗੇ GS ਦੀ ਵੀ ਹੋਵੇ ਨਾਲ ਹੀ, ਲਿਟਰੇਚਰ ਤਾਂ ਚਾਹੀਦੀ ਚਾਹੀਦੀ ਜੀ। ਦੇਖੋ, GS ਦੇ ਵਿੱਚ ਮੈਂ ਆਨਸਰ ਰਾਈਟਿੰਗ ਤਾਂ ਨਹੀਂ ਕਰਵਾ ਸਕਦਾ। ਮੈਂ ਹਮੇਸ਼ਾ ਬੱਚੇ ਨੂੰ ਇਹ ਕਹਿਣਾ, ਮੈਨੂੰ GS ਬਾਰੇ ਕੁਝ ਪੁੱਛਦੇ, ਮੈਂ ਕਹਿੰਦਾ ਐਕਸਪਰਟ ਕੋਲੇ ਜਾਓ, ਹੈ ਨਾ, ਜਿਹੜੇ ਟੀਚਰਸ ਕਰਵਾਉਂਦੇ, ਉਹ ਆਨਸਰ ਰਾਈਟਿੰਗ ਨਹੀਂ ਕਰਵਾ ਸਕਦਾ। ਬਟ ਹਾਂ, GS ਦੇ ਵਿੱਚ ਅਸੀਂ ਇੱਕ ਨਵਾਂ ਕੋਰਸ ਆ ਜਿਹੜਾ ਇਸ ਵਾਰੀ ਅਸੀਂ ਲਾਂਚ ਕਰਨ ਜਾ ਰਹੇ ਹਾਂ, ਜਿਹਨੂੰ ਮੈਂ ਖੁਦ ਡੀਲ ਕਰਨਾ। ਉਹਦੇ ਵਿੱਚ ਕੀ ਹੈ, ਜਿਵੇਂ ਆਪਾਂ ਹੁਣੇ ਗੱਲ ਕੀਤੀ ਟੈਕਨੀਕ ਦੀ, ਕਿ ਟੈਕਨੀਕ ਕੀ ਹੈ, ਅਪਰੋਚ ਕੀ ਹੈ। ਅਸੀਂ ਪੜ੍ਹ ਤਾਂ ਲੈਂਦੇ ਕਿਤਾਬਾਂ, ਪਰ ਸਾਨੂੰ ਅਪਰੋਚ ਦਾ ਨਹੀਂ ਪਤਾ ਹੁੰਦਾ। ਮੈਂ ਖੁਦ ਜੇ ਰਹਿ ਗਿਆ UPSC 'ਚ, ਉਹਦੇ ਪਿੱਛੇ ਕਾਰਨ ਇਹੀ ਰਿਹਾ, ਅਪਰੋਚ ਨਹੀਂ ਸੀ ਪਤਾ। ਠੀਕ ਹੈ, ਇਹੀ ਕੋਸ਼ਿਸ਼ ਬੜੇ ਸਾਲਾਂ ਤੋਂ ਹੁਣ ਇਹਨੂੰ ਅਸੀਂ ਐਗਜ਼ੀਕਿਊਟ ਕਰਨ ਜਾ ਰਹੇ ਹਾਂ ਕਿ ਬੱਚਿਆਂ ਨਾਲ ਉਸ ਅਪਰੋਚ ਤੇ ਗੱਲ ਕੀਤੀ ਜਾਵੇ, ਉਹਨਾਂ ਨੂੰ ਰੁਟੀਨ 'ਚ ਆਪਣੇ ਨਾਲ ਜੋੜਿਆ ਜਾਵੇ ਅਪਰੋਚ ਨੂੰ ਲੈ ਕੇ। ਉਹਦੇ ਤੇ ਅਸੀਂ ਇੱਕ ਕੋਰਸ ਲਾਂਚ ਕਰਨਾ ਹੈ, ਬੜੀ ਜਲਦੀ ਲਾਂਚ ਕਰਨ ਜਾ ਰਹੇ ਹਾਂ। ਠੀਕ ਹੈ, ਉਹਦੇ ਵਿੱਚ ਇਹ ਹੋਏਗਾ ਕਿ ਜਾਂ ਤਾਂ ਤੁਸੀਂ ਕੋਚਿੰਗ ਕਿਸੇ ਇੰਸਟੀਟਿਊਟ ਤੋਂ ਲਓ, ਜਾਂ ਫਿਰ ਤੁਸੀਂ ਆਪਣੇ ਜਿਹੜੇ ਰਿਸੋਰਸਸ ਨੇ, ਸਟੱਡੀ ਮਟੀਰੀਅਲ, ਉਹ ਕਿਤੋਂ ਕਲੈਕਟ ਕਰੋ। ਤੁਹਾਨੂੰ ਅਪਰੋਚ ਮੈਂ ਦੱਸਣੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਕੰਮ ਕਰਨਾ, ਕੋਈ ਕੁਐਸਚਨ ਉਹਦਾ ਆਂਸਰ ਕਿਵੇਂ ਹੋਣਾ ਚਾਹੀਦਾ, ਕਿਵੇਂ ਉਹਨੂੰ ਸਟਰਕਚਰਡ ਕਰਨਾ, ਕੀ ਡਿਮਾਂਡ ਹੈ ਕੁਐਸਚਨ ਦੀ। ਠੀਕ ਹੈ, ਉਹਦੇ ਤੇ ਤੁਹਾਨੂੰ ਗਾਈਡ ਕਰਨਾ ਹੈਗਾ, ਉਹਦੀ ਮੈਂਟੋਰਸ਼ਿਪ ਹੋਏ, ਉਹ ਅਸੀਂ ਕੋਰਸ ਡਿਜ਼ਾਈਨ ਕਰ ਰਹੇ ਹਾਂ। ਹਾਂਜੀ ਸਰ, ਇਸ ਤਰ੍ਹਾਂ ਹੀ ਹੁੰਦਾ ਜੀ ਸਰ ਸਾਡੇ ਨਾਲ, ਜਿਵੇਂ ਮੈਂ ਹੁਣ ਹਰ ਰੋਜ਼ 1-2 ਕੁਐਸਚਨ ਰਾਈਟ ਕਰਦੇ ਹਾਂ, ਤਾਂ ਸਾਨੂੰ ਵੈਲੀਡ ਕਰਨ ਵਾਸਤੇ ਨਹੀਂ ਮਿਲ ਰਿਹਾ ਜੀ ਕੋਈ ਵੀ ਉਹਨੂੰ ਵੈਲੀਡ ਕਰੇ। ਬਿਲਕੁਲ ਬਿਲਕੁਲ, ਉਹਦੇ ਤੇ ਅਸੀਂ ਪਲਾਨ ਕਰ ਰਹੇ ਹਾਂ, ਪਰ ਉਹਦੇ 'ਚ ਬੜੇ ਲਿਮਿਟਡ ਜੇ ਸਟੂਡੈਂਟ ਅਸੀਂ ਰੱਖਣੇ ਆ, ਕਿਉਂਕਿ ਮੇਰੇ ਕੋਲ ਵੀ 24 ਘੰਟੇ ਹੀ ਹੁੰਦੇ ਆ, ਕੀ ਕਰਾਂ, ਹੈ ਨਾ। ਤਾਂ ਉਹ 24 ਘੰਟਿਆਂ 'ਚ ਫਿਰ ਇਹ ਹੁੰਦਾ ਵੀ ਜਿਹੜੇ ਬੱਚੇ ਜੋੜ ਲਏ, ਫਿਰ ਉਹਨਾਂ ਨੂੰ ਕੇਟਰ ਕਰਨਾ ਹੈ ਪ੍ਰੋਪਰਲੀ, ਤਾਂ ਇਸ ਕਰਕੇ ਓਕੇ ਉਹਨੂੰ ਅਸੀਂ ਸੋਚ ਸਮਝ ਕੇ ਕਰ ਰਹੇ ਹਾਂ, ਉਹਦੇ ਤੇ ਕੰਮ ਕਰ ਰਹੇ ਹਾਂ ਅਸੀਂ। ਤੇ ਦੂਸਰੀ ਚੀਜ਼ ਹੈਗੀ ਹੈ ਲਿਟਰੇਚਰ ਦਾ। ਲਿਟਰੇਚਰ ਦੇ ਵਿੱਚ ਮੇਰੇ ਖਿਆਲ 'ਚ ਤੁਸੀਂ ਸ਼ਾਇਦ ਸਾਡੇ ਕੋਰਸ ਦੇ ਸਟੂਡੈਂਟ ਤਾਂ ਨਹੀਂ ਹੈਗੇ, ਮੈਨੂੰ ਪਹਿਚਾਣ ਨਹੀਂ ਹਾਂਜੀ ਆਉਂਦੀ। ਸਰ, ਹਾਂਜੀ 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 ਸਰ, ਨਹੀਂ ਸਰ ਬਿਲਕੁਲ ਮੇਰਾ ਐਕਚੁਅਲੀ ਸਰ ਮੈਂ ਨੈਟ GRF ਆਈ ਪੰਜਾਬੀ ਓਕੇ ਲਿਟਰੇਚਰ ਦੇ। ਓਕੇ, ਠੀਕ ਹੈ। ਤਾਂ ਉਹਦੇ ਵਿੱਚ ਕੀ ਹੈ, ਜੇ ਲਿਟਰੇਚਰ ਦੀ ਟੈਸਟ ਸੀਰੀਜ਼ ਆ, ਤਾਂ ਫਿਰ ਟੈਸਟ ਸੀਰੀਜ਼ ਅਸੀਂ ਸਿਰਫ ਉਹਨਾਂ ਬੱਚਿਆਂ ਦੀ ਲੈਣੇ ਹੁੰਦੇ ਆ ਜਿਨ੍ਹਾਂ ਨੇ ਪ੍ਰੋਪਰ ਕਿਤੋਂ ਕੋਚਿੰਗ ਲਈ ਹੋਈ ਹੈ ਲਿਟਰੇਚਰ ਦੀ, ਕਿਸੇ ਵੀ ਇੰਸਟੀਟਿਊਟ, ਵਧੀਆ ਇੰਸਟੀਟਿਊਟ ਤੋਂ ਕੋਚਿੰਗ ਲਈ ਹੋਵੇ। ਠੀਕ ਹੈ, ਬਿਨਾਂ ਕੋਚਿੰਗ ਦੇ ਸਿਰ ਬੱਚੇ ਦੇ ਅਸੀਂ ਟੈਸਟ ਸੀਰੀਜ਼ ਲੈਂਦੇ ਹੀ ਨਹੀਂ ਹੈਗੇ।
ਮੈਂ जी ਕਾਬਿਲ ਨਹੀਂ ਗਈ ਨਹੀਂ ਸਰ, ਇਸ ਤਰ੍ਹਾਂ ਮੈਂ ਇੰਸਟੀਚਿਊਟ ਤੋਂ ਕਿਤੇ ਲਈ ਨਹੀਂ ਗਈ हाँ ਕਾਲਜ ਉਹ ਤੱਕ। ਬਿਲਕੁਲ ਠੀਕ ਹੈ। ਉਹ ਭਾਵੇਂ ਤੁਸੀਂ ਨੈਟ ਕੀਤਾ JRF ਪੰਜਾਬੀ ਦੇ ਵਿੱਚ, ਹਾਂਜੀ ਤੁਹਾਡਾ ਬਿਲਕੁਲ ਠੀਕ ਹੈਗੀ ਇਹ ਗੱਲ। ਉਹਦੇ 'ਚ ਕਾਰਨ ਪਤਾ ਕਿ ਹੁੰਦਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਕੈਡਮਿਕ ਅਪਰੋਚ ਬਿਲਕੁਲ ਵੱਖਰੀ ਹੁੰਦੀ ਹੈ, ਓਕੇ ਸਰ। ਠੀਕ ਹੈ। ਤਾਂ ਤੁਹਾਡੇ ਕੋਲ ਨੌਲੇਜ ਬਹੁਤ ਜ਼ਿਆਦਾ ਹੈਗੀ ਹੈ, ਇਹਦੇ 'ਚ ਕੋਈ ਡਾਊਟ ਨਹੀਂ, ਤੁਸੀਂ JRF ਹੈਗੇ ਹੋ ਉਹਦੇ 'ਚ, ਪਰ ਇੱਕ ਅਪਰੋਚ ਬਿਲਕੁਲ ਵੱਖਰੀ ਚੀਜ਼ ਹੁੰਦੀ ਹੈ। ਓਕੇ ਸਰ। ਜਿਵੇਂ ਸਿੰਪਲ ਜੀ ਗੱਲ, ਅਸੀਂ ਕਹਿੰਦੇ ਹਾਂ ਮਿਸਤਰੀ ਦਾ ਕੰਮ ਇੰਜੀਨੀਅਰ ਨਹੀਂ ਕਰ ਸਕਦਾ, ਇੰਜੀਨੀਅਰ ਦਾ ਕੰਮ ਮਿਸਤਰੀ ਨਹੀਂ ਕਰ ਸਕਦਾ, ਦੋਨੇ ਕੰਮ ਇੱਕੋ ਹੀ ਕਰ ਰਹੇ ਹੁੰਦੇ, ਮਕਾਨ ਹੀ ਬਣਾ ਰਹੇ ਹੁੰਦੇ ਦੋਨੋਂ, ਠੀਕ ਹੈ ਨਾ, ਓਕੇ ਉਹੀ ਚੀਜ਼ ਹੈ ਬਸ, ਹੈ ਨਾ। ਤਾਂ ਇਹ ਚੀਜ਼ ਹੈਗੀ ਹੁਣ, ਭਾਵੇਂ ਜਿਹੜਾ ਹੈਗਾ ਜਦੋਂ ਆਪਾਂ ਨੂੰ ਚੱਲਣਾ UPSC ਤੇ, ਤਾਂ ਉਹ ਸਾਨੂੰ ਅਪਰੋਚ ਬਿਲਕੁਲ ਵੱਖਰੀ ਲੈ ਕੇ ਚੱਲਣੀ ਪੈਂਦੀ। ਤਾਂ ਉਹਦੇ ਵਾਸਤੇ ਸਾਡਾ ਇਹ ਓਕੇ ਹੁੰਦਾ ਵੀ ਪਹਿਲਾਂ ਪ੍ਰੋਪਰ ਕੋਚਿੰਗ ਹੋਣੀ ਚਾਹੀਦੀ ਇੱਕ ਵਧੀਆ ਇੰਸਟੀਟਿਊਟ ਤੋਂ ਬੱਚੇ ਦੀ, ਉਸ ਤੋਂ ਬਾਅਦ ਅਸੀਂ ਟੈਸਟ ਸੀਰੀ ਲੈਂਦੇ ਹਾਂ, ਸਾਡੇ ਕੋਲ ਆਉਂਦੇ ਆ ਬੱਚੇ ਇਸ ਤਰੀਕੇ ਨਾਲ। ਓਕੇ ਹਾਂਜੀ, ਲਾਸਟ ਕੁਐਸਚਨ ਹੈ ਲਵਪ੍ਰੀਤ ਸਿੰਘ, ਆਈ ਥਿੰਕ ਕੋਈ ਐਸ ਕਿ ਆਈ ਹੈ ਵਨ ਕੁਐਸਚਨ। ਹਾਂਜੀ ਹਾਂਜੀ ਲਵਪ੍ਰੀਤ ਸਰ, ਕੁਸ਼ਚਨ ਇਹ ਸੀਗਾ ਕਿ ਮੈਂ ਲਾਸਟ ਈਅਰ ਸਟੂਡੈਂਟ ਹਾਂ ਤੁਹਾਡੇ ਕੋਲ, ਜੀ ਤਾਂ ਸਰ ਵੈਬਸਾਈਟ ਕੁਸ਼ਚਨ ਮੈਂ ਡਨ ਕਰਤੇ ਸੀ ਸਾਰੇ, ਠੀਕ ਹੈ ਤਾਂ ਜੀ, ਦੈਨ ਹੁਣ ਮੈਂ PYQ ਐਂਡ ਫੁੱਲ ਲੈਂਥ ਟੈਸਟ ਸੀਰੀਜ਼ ਤੇ ਫੋਕਸ ਕਰਾਂ। ਬਿਲਕੁਲ ਠੀਕ ਹੈ। ਤੁਸੀਂ ਇਸ ਵਾਰੀ ਪ੍ਰੀ ਦਿੱਤਾ ਤੁਸੀਂ, ਹਾਂਜੀ ਓਕੇ ਠੀਕ ਹੈ, ਮੇਨ ਲਿਖਣ ਜਾ ਰਹੇ ਹੋ, ਸਰ, ਅਭੀ ਬਸ ਰਿਜ਼ਲਟ ਤੇ ਹੀ ਹੈ ਜੀ, ਥੋੜਾ ਜਿਹਾ ਥੋੜੇ ਮਾਰਕਸ ਦੇ ਓਕੇ ਇੱਧਰ ਉੱਧਰ ਹੋ ਰਿਹਾ ਜੀ। ਓਕੇ ਠੀਕ ਹੈ, ਕੋਈ ਗੱਲ ਨਹੀਂ, ਆਪਾਂ ਵੇਟ ਕਰ ਲੈਂਦੇ ਹਾਂ, ਹੋਪ ਸੋ ਤੁਸੀਂ ਜਾਓ ਮੇਨ ਲਿਖਣ, ਤੇ ਆਪਾਂ ਫਿਰ ਉਹਦੇ ਮੁਤਾਬਕ ਡਿਸਾਈਡ ਕਰਾਂਗੇ, ਠੀਕ ਹੈ, ਠੀਕ ਹੈ ਸਰ, ਆਪਾਂ ਉਹਦੇ ਮੁਤਾਬਕ ਡਿਸਾਈਡ ਕਰਾਂਗੇ ਵੀ ਆਪਾਂ ਕੀ ਅਪਰੋਚ ਲੈ ਕੇ ਚੱਲਣੀ ਹੈ, ਠੀਕ ਹੈ। ਓਕੇ ਸਰ, ਫਿਲਹਾਲ ਜਿਹੜਾ ਹੈਗਾ ਤੁਹਾਡੇ ਕੋਲੇ ਸਟੇਟਸ ਵੀ ਲੱਗ ਜਾਏਗਾ, ਤੁਹਾਡੇ ਕੋਲੇ ਇਨਫੋਰਮੇਸ਼ਨ ਵੀ ਆ ਜਾਏਗੀ ਕਿ ਡਿਸਕਸ਼ਨ ਸ਼ੁਰੂ ਹੋਣ ਜਾ ਰਹੀ ਹੈ ਕੁਐਸਚਨਸ ਤੇ, ਉਹਨੂੰ ਜੁਆਇਨ ਕਰ ਲਿਓ ਜਰੂਰ ਸਾਰੇ ਜਣੇ, ਓਕੇ ਸਰ, ਠੀਕ ਹੈ ਥੈਂਕ ਜੀ, ਯੂ। ਰਾਈਟ ਠੀਕ ਹੈ। ਹਾਂਜੀ ਕਿਰਨਜੋਤ, ਲਾਸਟ ਬਸ 6 ਵੱਜ ਗਏ ਕਿਉਂਕਿ ਅਗਲੀ ਅਸਾਈਨਮੈਂਟ ਹੈ ਮੇਰੀ, ਹਾਂਜੀ ਪਲੀਜ਼। ਸਰ, ਜਿਵੇਂ ਤੁਸੀਂ ਕਿਹਾ ਕਿ ਆਂਸਰ ਰਾਈਟਿੰਗ ਦਾ ਕੋਰਸ ਦਾ ਟਾਈਮਿੰਗ ਜਿਹੜਾ ਉਹ ਆਪਣਾ 2 ਮੇਨਸ ਤੱਕ ਰਹਿੰਦਾ, ਜਿਵੇਂ ਹੁਣ ਮੈਂ ਜਨਵਰੀ ਚ ਜੁਆਇਨ ਕੀਤਾ ਤਾਂ ਇਸ ਵਾਰ ਦਾ ਮੇਨਸ ਹੋ ਜਾਊਗਾ, ਤਾਂ ਨੈਕਸਟ ਮੇਨਸ ਤੱਕ ਰਹੂਗਾ ਉਹ ਕੋਰਸ? ਤੁਹਾਡਾ ਐਗਜੈਕਟਲੀ ਫਿਰ ਉਹ ਦੇਖਣਾ ਪਏਗਾ ਮੈਨੂੰ ਰਿਕਾਰਡ 'ਚ, ਉਹ ਮੈਡਮ ਨੂੰ ਭਾਵੇਂ ਕਾਲ ਕਰ ਲਿਓ ਤੁਸੀਂ, ਉਹ ਤੁਹਾਨੂੰ ਦੱਸ ਦੇਣਗੇ ਦੇਖ ਕੇ, ਠੀਕ ਹੈ, ਉਹ ਦੇਖ ਕੇ ਦੱਸ ਦੇਣਗੇ ਤੁਹਾਨੂੰ, ਠੀਕ ਹੈ ਜੀ, ਸੋ ਮਿਲਦੇ ਹਾਂ, ਰਾਈਟ ਓਕੇ, ਥੈਂਕ ਯੂ ਸੋ ਮੱਚ, ਲਵ ਯੂ ਆਲ, ਥੈਂਕ ਯੂ, ਥੈਂਕ ਯੂ ਸਰ। ਥੈਂਕ ਯੂ, ਥੈਂਕ ਯੂ। ਥੈਂਕ ਯੂ ਸਰ।